ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਨੇ ਤੁਹਾਡੇ? ਦੋਸਤੋ, ਇਸ ਵਕਤ ਮੈਂ ਖੜਾ ਦਿੱਲੀ ਜੈਪੁਰ ਰੋਡ ਤੇ, ਜਿੱਥੇ ਕਿ ਕਿਸਾਨਾਂ ਤੇ ਜਿਹੜਾ ਹੈਗਾ ਫੌਜ ਦੇ ਵਿਚਕਾਰ ਕੱਲ ਭਿਆਨਕ ਜਿਹੜਾ ਹੈਗਾ ਫੌਜ ਨੇ ਇਹਨਾਂ ਤੇ ਗੋਲਾਬਾਰੀ ਕੀਤੀ, ਜਿਹਦੇ ਵਿੱਚ ਲਗਾਤਾਰ ਗੋਲੇ ਸੁੱਟੇ ਗਏ, ਕਈ ਕਿਸਾਨ ਫੱਟੜ ਵੀ ਹੋਏ, ਫ੍ਰੈਕਚਰ ਵੀ ਹੋਏ, ਸੱਟਾਂ ਵੀ ਲੱਗੀਆਂ, ਟਰੈਕਟਰ ਟਰਾਲੀਆਂ ਨੂੰ ਅੱਗ ਵੀ ਲੱਗੀ। ਅੱਜ ਉਸੇ ਜਗ੍ਹਾ ਦੇ ਉੱਪਰ ਮੈਂ ਤੁਹਾਨੂੰ ਦਿਖਾ ਰਿਹਾ, ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ, ਕਿਉਂਕਿ ਰਾਤ ਦੇ ਹਨੇਰੇ 'ਚ ਮੈਂ ਦਿਖਾ ਨਹੀਂ ਸਕਿਆ ਤੁਹਾਨੂੰ। ਇਹ ਜਿਹੜਾ ਹੈਗਾ ਥੋੜ੍ਹਾ ਜਿਹਾ ਹੁਣ ਕਲੀਅਰ ਹੋ ਸਕਦਾ ਕਿ ਕਿਸਾਨ, ਕਿਉਂਕਿ ਸੂਰਜ ਵੀ ਅੱਜ ਸਵੇਰੇ ਹੀ ਆਪਾਂ ਕਹਿੰਦੇ ਚੜ੍ਹ ਗਿਆ, ਦੇਖਿਆ ਜਾਵੇ ਮੌਸਮ ਬਿਲਕੁਲ ਸਾਫ਼ ਹੋ ਚੁੱਕਿਆ ਅਤੇ ਕਿਸਾਨ ਆ ਜਿਹੜੇ ਉਹ ਜਾਗਰ। ਆਹ ਤੁਸੀਂ ਦੇਖ ਸਕਦੇ ਹੋ ਫੌਜਾਂ ਦੀਆਂ ਗੱਡੀਆਂ, ਕਿੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਫੌਜ ਹੈ, ਲਗਭਗ ਆਪਾਂ ਕਹਿੰਦੇ ਸਭ ਤੋਂ ਭਿਆਨਕ ਜਿਹੜਾ ਤਸ਼ੱਦਦ ਹੋਇਆ ਉਹ ਵੀ ਇਸ ਜਗ੍ਹਾ 'ਤੇ ਹੋਇਆ। ਅਤੇ ਅੱਜ ਵੀ ਕਿਉਂਕਿ ਹੁਣ ਤੋਂ ਕੁਝ ਟਾਈਮਾਂ ਬਾਅਦ ਨੌਜਵਾਨ ਮੁੰਡੇ ਮੀਟਿੰਗਾਂ ਕਰ ਰਹੇ ਆ, ਮੀਟਿੰਗਾਂ ਦਾ ਦੌਰ ਜਾਰੀ ਹੈ, ਕਿਸੇ ਵਕਤ ਵੀ ਜਿਹੜਾ ਹੈਗਾ ਅੱਗੇ ਵਧਣ ਦਾ ਡਿਸੀਜਨ ਲਿਆ ਜਾ ਸਕਦਾ ਥੋੜ੍ਹਾ ਮੋਟਾ। ਹੁਣ ਥੱਲੇ ਵੀ ਫੌਜ ਡਿਪਲਾਈ ਕਰਨੀ ਸ਼ੁਰੂ ਕਰਤੀ ਹੈ, ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਹੈਗਾ ਹਰਿਆਣਾ ਤੋਂ ਜਿਹੜਾ ਆਪਾਂ ਕਹੀਏ ਸਭ ਤੋਂ ਮੇਨ ਰਾਹ ਦਿੱਲੀ ਦੀ, ਜੇ ਸਾਹ ਰੱਗ ਕਹੀਏ, ਜਿਹਨੂੰ ਸਾਹ ਨਾਲੀ ਕਹੀਏ, ਉਹ ਬੰਦ ਕਰਨ ਦੀ ਤਿਆਰੀ ਆ। ਅਤੇ ਹੁਣ ਜਿਹੜੀ ਫੌਜ ਹੈ ਉਹ ਥੱਲੇ ਵੀ ਭੇਜ ਦਿੱਤੀ ਹੈ, ਤੁਸੀਂ ਸਾਹਮਣੇ ਦੇਖ ਸਕਦੇ ਹੋ। ਪਹਿਲਾਂ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਫੌਜ ਹੈ, ਆ ਸਾਹਮਣੇ ਗੱਡੀਆਂ ਲਗਾਤਾਰ ਆਸੂ ਗੈਸ ਦੇ ਗੋਲੇ ਦਾਗਣ ਵਾਸਤੇ ਤਿਆਰ ਆ। ਅਤੇ ਹੁਣ ਜਿਹੜੇ ਹੈਗੇ ਆ ਫੌਜੀ, ਠੀਕ ਹੈ, ਅਤੇ ਜਗ੍ਹਾ ਪੁਲਿਸ ਹੈ, ਉਹ ਜਿਹੜਾ ਹੈਗਾ ਲਗਾਤਾਰ ਮੀਡੀਆ ਨੂੰ ਵੀ ਪਿੱਛੇ ਜਾਣ ਨੂੰ ਕਿਹਾ ਜਾ ਰਿਹਾ। ਮੈਂ ਦਿਖਾਵਾਂ ਸਾਹਮਣੇ, ਰਤਨਦੀਪ ਧਾਲੀਵਾਲ ਹੈ ਉਹਦੇ ਨਾਲ, ਦੈਨਿਕ ਸਵੇਰਾ ਦੀ ਟੀਮ ਹੈ, ਮੈਨੂੰ ਲੱਗਦਾ ਦੋ ਤਿੰਨ ਜਿਹੜੇ ਚੈਨਲ ਹੈ ਉਹਨਾਂ ਨੂੰ ਵੀ ਜਿਹੜਾ ਹੁਣ ਵਾਪਸ ਆਪਾਂ ਕਹੀਏ ਜਿਹੜਾ ਹੈਗਾ ਉੱਥੇ ਕਿਹਾ ਗਿਆ ਵੀ ਤੁਸੀਂ ਜਿਹੜਾ ਹੈਗਾ ਪਿੱਛੇ ਚੱਲ ਜਾਓ, ਇੱਥੇ ਜਿਹੜਾ ਡਿਪਲਾਏ ਨਾ ਹੋਇਆ ਜਾਵੇ। ਅਤੇ ਇੱਥੋਂ ਜਿਹੜਾ ਹੈਗਾ ਇਸ ਪੁਲ ਦੇ ਉੱਪਰੋਂ ਜਿਹੜੀ ਗੋਲਾਬਾਰੀ ਹੋਈ ਆ ਰਾਤ, ਇੱਥੋਂ ਤੱਕ ਕਿ ਜਿਹੜੇ ਐਕਸਪਾਇਰ ਹੋਏ ਗੋਲੇ ਜਿਹੜੇ 2000 ਜਿਹੜਾ ਹੈਗਾ 20 ਤੋਂ ਪਹਿਲਾਂ ਐਕਸਪਾਇਰ ਹੋ ਚੁੱਕੇ 2017-18-19 ਦੇ, ਉਹ ਵੀ ਇਹਨਾਂ ਦੇ 18-19 ਦੇ ਜਿਹੜੇ ਹੈਗਾ ਗੋਲੇ ਉਹ ਵੀ ਦਾਗੇ ਗਏ। ਉਦੋਂ ਬਿਨਾਂ ਜਿਹੜਾ ਹੁਣ ਫੌਜ ਹੈ, ਪੁਲਿਸ, ਹਰਿਆਣਾ ਪੁਲਿਸ ਥੱਲੇ ਭੇਜੀ ਗਈ ਹੈ, ਲਗਾਤਾਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਕਿ ਕਵਰੇਜ ਰਤਨਦੀਪ ਢਾਲੀਆ RMB ਚੈਨਲ ਹੈ, ਹੁਣ ਕੁਝ ਮੀਡੀਆ ਦੇ ਚੈਨਲ ਇੱਥੇ ਆਏ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਲਾਈਵ ਜਿਹੜੀਆਂ ਹੈਗੀਆਂ ਵੇਖ ਰਹੇ ਹੋ, ਲਗਾਤਾਰ ਪਿੱਛੇ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਜਿਹੜੇ ਟਰੱਕ ਹੈ ਤੁਹਾਨੂੰ ਦਿਖਾ ਦਿਆਂ, ਇਸ ਜਗ੍ਹਾ ਦੇ ਉੱਪਰ ਬਿਲਕੁਲ ਉਸ ਤਰ੍ਹਾਂ ਦਾ ਪੁਜੀਸ਼ਨ ਹੈ ਜਿਸ ਸਮੇਂ ਹੁਣ ਮੀਡੀਆ ਦੇ ਚੈਨਲ ਜਿਹੜੇ ਆਏ ਆ। ਤੁਹਾਡੀ ਸਾਰਿਆਂ ਦੀ ਕਿਰਪਾ ਹੋਈ ਹੈ, ਦੱਬ ਕੇ ਸਾਰਿਆਂ ਨੇ ਸ਼ੇਅਰ ਕਰੋ, ਜਿੰਨਾ ਤੁਸੀਂ ਸ਼ੇਅਰ ਕਰੋਗੇ ਮੀਡੀਆ 'ਤੇ ਦਬਾਅ ਵਧੂਗਾ, ਮੀਡੀਆ ਉਹੀ ਚੀਜ਼ ਦਿਖਾਊਗਾ ਜਿਹੜੀ ਕਿ ਲੋਕ ਦੇਖਣਾ ਚਾਹੁੰਦੇ ਆ। ਤੁਹਾਡੀ ਆਹ ਮੈਂ ਕਹਿੰਦਾ ਤੁਹਾਡੀ ਜਿੱਤ ਹੈ ਕਿ ਫੌਜ ਨੂੰ ਜਿਹੜਾ ਹੈਗਾ ਹੁਣ ਜਿਹੜਾ ਪੁਲਿਸ ਨੂੰ ਪਿੱਛੇ ਜਾਣ ਵਾਸਤੇ ਮਜਬੂਰ ਹੋਣਾ ਪਿਆ, ਕਿਉਂਕਿ ਸਾਡੇ ਕੈਮਰੇ ਉੱਪਰ ਲੱਗੇ ਹੋਏ ਆ, ਆਹ ਮੁੰਡੇ ਆਸੇ ਪਾਸੇ ਖੜ੍ਹੇ ਆ। ਸੋ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਇੱਥੇ ਤਲਖੀ ਵੱਧ ਰਹੀ ਹੈ। ਤੁਹਾਡਾ ਜਿਹੜਾ ਹੈਗਾ ਜਿਹੜਾ ਤੁਹਾਨੂੰ ਮੈਂ ਬੇਨਤੀ ਕਰਦਾ, ਜਿੰਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਓਨਾ ਹੀ ਜਿਹੜਾ ਹੈਗਾ ਇੱਥੇ ਦਬਾਅ ਵਧੂਗਾ, ਓਨਾ ਹੀ ਜਿਹੜਾ ਹੈਗਾ ਕਿਸਾਨਾਂ 'ਤੇ ਅੱਤਿਆਚਾਰ ਨਹੀਂ ਹੋਊਗਾ। ਸੋ ਹੁਣ ਤੁਹਾਡਾ ਮੇਨ ਮੁੱਦਾ ਇਹ ਹੋਣਾ ਚਾਹੀਦਾ ਕਿ ਤੁਸੀਂ ਜਿਹੜਾ ਲਗਾਤਾਰ ਲਾਈਵ ਨੂੰ ਸ਼ੇਅਰ ਕਰ ਦਿਓ 100-100, 200-200 ਗਰੁੱਪਾਂ ਦੇ ਵਿੱਚ, ਤਾਂ ਕਿ ਜਿੰਨਾ ਤੁਹਾਡੀ ਅੱਖ ਰਹੂਗੀ ਇਸ ਬਾਰਡਰ ਦੇ ਉੱਤੇ, ਓਨਾ ਜਿਹੜਾ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਦਾ। ਇਹ ਉਹ ਜਗ੍ਹਾ ਜਿਹੜਾ ਕਿ ਦਿੱਲੀ ਅਤੇ ਗੁਜਰਾਤ ਨੂੰ ਜੋੜਦਾ, ਇਹ ਉਹ ਜਗ੍ਹਾ ਜਿਹੜਾ ਆਪਾਂ ਕਹੀਏ ਨੋਇਡਾ, ਇੱਥੋਂ ਲਗਾਤਾਰ ਮੀਡੀਆ ਨੂੰ ਪਿੱਛੇ ਕਿਹਾ ਜਾ ਰਤਨ, ਇੱਥੇ RMB ਚੈਨਲ ਨੂੰ ਵੀ ਪਿੱਛੇ ਭੇਜਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਅੱਗੇ ਨਹੀਂ ਜਾਣ ਦਿੱਤਾ ਜਾਣਾ। ਨਹੀਂ ਨਹੀਂ ਇਹ ਲਾਈਵ ਚੱਲ ਰਹੇ ਹੋ ਤੁਸੀਂ, ਆਹ ਲਾਈਵ ਚੱਲ ਰਹੇ ਹੋ, 1700 ਬੰਦਾ ਦੇਖ ਰਿਹਾ ਕਿ ਅਸੀਂ ਅੱਗੇ ਨਹੀਂ ਜਾ ਸਕਦੇ। ਧੱਕੇਸ਼ਾਹੀ ਤੁਸੀਂ ਬਿਨਾਂ ਮੀਡੀਆ ਤੋਂ ਕਰ ਲਈ ਭਾਈ ਸਾਹਿਬ, ਹੋਣੀ ਧੱਕੇਸ਼ਾਹੀ ਹੋ ਜਾਂਦੀ। ਨਹੀਂ ਨਹੀਂ ਅੱਗੇ ਜਾ, ਨਹੀਂ ਨਹੀਂ ਖੜੇ ਕਰ ਲਓ ਸਰ। ਨਹੀਂ ਸਰ ਆਪ ਅੱਗੇ ਨਹੀਂ ਜਾਣਾ ਦੇਗੇ, ਹਮੇ ਅਧਿਕਾਰ ਆ ਪ੍ਰੋਟੈਸਟ ਕਰਨਾ, ਇਹਨਾਂ ਦਾ ਅਧਿਕਾਰ, ਰਾਜਧਾਨੀ ਦਿੱਲੀ ਜਿੰਨੀ ਤੁਹਾਡੀ ਆ ਇਹਨਾਂ ਦੀ ਵੀ ਉਨੀ ਆ। ਠੀਕ ਆ, ਨਹੀਂ ਆਪ ਮੀਡੀਆ ਕੋ ਅੱਗੇ ਕਿਉਂ ਨਹੀਂ ਜਾਣ ਦੇ ਰਹੇ ਸਰ? ਸਰਕਾਰੀ ਬਾਰਡਰ ਯਾਰ
लगातार जिहड़ा हैगा इत्थे पुलिस हजे भी आ कुछ करन नूं नहीं हट रही। लगातार ट्रकां नूं जान बुझ के इत्थे फसाया गया। हुण जिहड़ा हैगा उपर उपर देख सकदे हो उपर बहुत वड्डी मात्रा दे विच जिवें कारगिल पहाड़ियां वाला काम सीगा ना उवें चलाई बैठे आ। आ उपर देख सकदे हो किन्नी जिहड़ी फौज है ते जिहड़ी हैगी आपां कहिए हरियाणा पुलिस है। इह उही पुलिस है जिन्हां नूं 300 बंदियां नूं जिहड़ा हैगा कल राशन दित्ता। जिहड़ा हैगा पहलां जिहड़ा हैगा इत्थे कंदर हुण तुसीं देख सकदे सो लगातार पिछे किसान नारेबाजी कर रहे हैं। मीडिया जरूर पहुंचा बहुत धन्यवाद है। लगातार ताडे जनता टीवी पहुंचा, न्यूज नेशन पहुंचा, ANI पहुंचा, रतनदीप धालीवाल जिहड़े हैगे आ RMB तो पहुंचे है। पंजाब का इको एक मीडिया जिहड़ा हजे तक पहुंचा RMB, ये भी तुसीं देख सकते हो। तो पर हजे तक पंजाब के वो चैनल मैनू हजे तक नज़र नहीं आ रहे जिहड़े कहिंदे सीगे सानू देखो जां असीं नवां बनाया जी असीं पुराना जी असीं बहुत लॉयल आ। सिर्फ RMB चैनल तो बिना जिहड़ा मैं कह सकदा भी कोई होर चैनल पतंदर दूर नेड़े मैनूं फर्कदा नहीं दिंदा। कल प्राइम एशिया ने जरूर कवर किया, ठीक है, दैनिक सवेरा जरूर किया जिन्हां ने किया, पर आपां जिहड़ा हैगा अज भी प्राइम एशिया वाले भरा आए आ इन्हां दा भी धन्नवाद। जिहड़ा मीडिया चैनल पंजाब दा भी इत्थे आऊगा मैं उहदी एप्रीशिएशन दसूंगा भी आह चैनल आए आ। हुण प्राइम एशिया RMB चैनल दो उहदे बाद जनता TV हिंदी दा न्यूज नेशन उह तों बिना ANI जरूर पहुंची है। मीडिया नूं बहुत बहुत ज़्यादा मैं मीडिया नूं बेनती करदा कि इत्थे जिहड़ा हैगा किसानां ने अगे वधण दा मन बना लिया, किसान इत्थों अगे वधणगे ही वधणगे। इत्थे सब तो वध अत्याचार होया कल होया, ठीक है, तुसीं दिखाउणा चाहुंदे आ क्योंकि तुहाडा आह देखो तुसीं जे देख रहे हो तां पुलिस नूं पिछे हटना पै रिहा, तुसीं शेयर कर रहे हो पुलिस नूं पिछे हटना पै रिहा, फौज नूं पिछे हटना पै रिहा। उपर इन्हां ते अत्याचार घट होणा तुहाडी बहुत जिम्मेवारी आ। जिहड़े गुरप्रीत कोटली पेज हुण वेख रहे हो ਤੁਹਾਡੀ ਮੇਰੇ ਵੱਲੋਂ ਮੈਂ ਤੁਹਾਨੂੰ ਕਹਿਣਾ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ। ਤੁਸੀਂ ਘੱਟੋ ਘੱਟ 100-100, 200-200, 500-500 ਗਰੁੱਪਾਂ ਦੇ ਵਿੱਚ ਸ਼ੇਅਰ ਕਰੋ, ਆਪਣਾ ਕਰੋ, ਹੋਰਾਂ ਨੂੰ ਵੀ ਇਹ ਚੀਜ਼ਾਂ ਦਿਖਾਓ, ਜ਼ਰੂਰੀ ਆ। ਅੱਜ ਉਹ ਆਪਾਂ ਕਹਿੰਦੇ ਜ਼ਰੂਰੀ ਆ ਉਹ ਚੀਜ਼ਾਂ ਦਿਖਾਉਣੀਆਂ ਇੱਥੇ ਬਾਈ ਦੈਨਿਕ ਸਵੇਰੇ ਵਾਲੇ ਕੱਲ੍ਹ ਵੀ ਸੀਗੇ ਅੱਜ ਵੀ ਹੈ। ਮੁੰਡਾ ਬੜਾ ਚੰਗਾ ਕੰਮ ਕਰ ਰਿਹਾ, ਜਿਹੜਾ ਚੈਨਲ ਚੰਗਾ ਕਰੂਗਾ ਮੈਂ ਉਹਦੀ ਤੁਹਾਨੂੰ ਸਿੱਧੀ ਜਿਹੜਾ ਹੈਗਾ ਕਵਰੇਜ ਵੀ ਦਿਖਾਊਂਗਾ ਸਿੱਧਾ। ਕੱਲ੍ਹ ਆਹ ਜਿਹੜੀ ਗੱਡੀ ਆ ਇਹਦੇ ਉੱਤੋਂ ਲੱਖਾਂ ਇੱਥੋਂ ਜਿਹੜਾ ਹੈਗਾ ਸੈਂਕੜੇ ਤਦਾਦ ਦੇ ਵਿੱਚ ਜਿਹੜੇ ਐਕਸਪਾਇਰ ਹੋਏ ਗੋਲੇ ਦਾਗੇ ਗਏ। ਲਗਾਤਾਰ ਤੁਸੀਂ ਦੇਖ ਸਕਦੇ ਹੋ ਆਹ ਉਹੀ ਪੁਲਿਸ ਆ ਜਿਹਨਾਂ ਨੂੰ 300 ਬੰਦਿਆਂ ਨੂੰ ਲੰਗਰ ਹਜੇ ਕੱਲ੍ਹ ਜਿਹੜਾ ਹੈਗਾ ਤੜਕੇ ਖਵਾ ਕੇ ਹਟੇ ਸੀਗੇ ਅਤੇ ਇਹਨਾਂ ਨੇ ਛਾਂ ਪਾਈ ਜਵਾਕਾਂ ਦੇ ਸਾਡਿਆਂ ਦੇ, ਠੀਕ ਆ। ਆਹ ਉਹ ਰਜਾਈਆਂ ਪੰਗਾ ਜਿਹੜੀਆਂ ਕੱਲ੍ਹ ਵਾਲੀਆਂ ਜਿਹੜੀ ਟਰਾਲੀ ਸੜੀ ਉਹਦੀ ਜਿਹੜੀ ਹੈਗੀ ਆ ਉਹਦੇ 'ਚੋਂ ਜਿਹੜੀ ਆਹ ਰਜਾਈਆਂ ਕੱਢੀਆਂ ਬਾਅਦ ਦੇ ਵਿੱਚ ਇੱਥੇ ਉਹ ਗੋਲੇ ਤੁਹਾਨੂੰ ਮੈਂ ਰਾਤ ਵੀ ਦਿਖਾਏ ਆ ਹੁਣ ਚੱਕ ਕੇ ਅਸੀਂ ਜਿਹੜਾ ਇੱਕ ਵਿਟਨੈਸ ਦੇ ਤੌਰ 'ਤੇ ਕਿਉਂਕਿ ਕੋਰਟ ਦੇ ਵਿੱਚ ਇਹ ਕੇਸ ਕਰਨਾ ਇਹਨਾਂ 'ਤੇ ਕਿਉਂਕਿ ਇਹਨਾਂ ਨੇ ਐਕਸਪਾਇਰ ਗੋਲੇ ਆ ਜਿਹੜੇ ਉਹ ਦਾਗੇ ਆ। ਸੋ ਪੁਲਿਸ ਨੇ ਜਿੱਥੇ ਜਿਹੜਾ ਕਿਤੇ ਆਪਾਂ ਕਹੀਏ ਆਹ ਬਿਲਕੁਲ ਉਹ ਉਸ ਤਰ੍ਹਾਂ ਦਾ ਜਿਵੇਂ ਕਾਰਗਿਲ ਦੇ ਵਿੱਚ ਪਹਾੜੀਆਂ ਸੀਗੀਆਂ, ਕਾਰਗਿਲ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਕੁਝ ਅੱਤਵਾਦੀ ਸੀਗੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਪਹਾੜੀਆਂ ਮਿਲ ਗਈਆਂ ਅਤੇ ਉਹਨਾਂ ਨੇ ਜਿਹੜਾ ਹੈਗਾ ਇੰਡੀਅਨ ਫੌਜ 'ਤੇ ਬਹੁਤ ਵੱਡਾ ਹਮਲਾ ਕੀਤਾ, ਹਜ਼ਾਰਾਂ ਸਾਡੇ ਜਵਾਨ ਸ਼ਹੀਦ ਹੋਏ। ਅੱਜ ਪੁਲਿਸ ਬਿਲਕੁਲ ਉਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੋਇਆ, ਪੁਲਿਸ ਬਿਲਕੁਲ ਉੱਪਰੇ ਥਾਂ 'ਤੇ ਆ, ਫੌਜ ਉਹਨਾਂ ਦੇ ਨਾਲ ਆ, ਹਥਿਆਰਾਂ ਨਾਲ ਲੈਸ ਆ। ਤੁਸੀਂ ਦੇਖ ਸਕਦੇ ਹੋ ਸ਼ਰੇਆਮ ਇਹ ਪੰਜਾਬ ਦੇ ਵਿੱਚ ਆਪਾਂ ਕਹੀਏ ਸੋਰੀ ਹਰਿਆਣਾ ਦੀ ਧਰਤੀ 'ਤੇ ਇੰਡੀਆ ਦੇ ਵਿੱਚ ਇੰਡੀਆ ਦੇ ਲੋਕਾਂ ਦੇ ਉੱਪਰ ਆਪਦੇ ਮੁਲਕ ਦੇ ਵਿੱਚ ਆਪਦੇ ਲੋਕਾਂ ਦੇ ਉੱਪਰ ਤਸ਼ੱਦਦ ਢਾਉਣ ਵਾਸਤੇ ਪੁਲਿਸ ਤਿਆਰ ਬਰ ਤਿਆਰ ਹੈ। ਸੋ ਜਿਹੜਾ ਹੈਗਾ ਇਹ ਤੁਸੀਂ ਇਹ ਚੀਜ਼ ਦਾ ਮੈਂ ਕਹਿਣਾ ਵੀ ਤੁਸੀਂ ਇਹ ਚੀਜ਼ ਦਾ ਹੱਲ ਕਰ ਸਕਦੇ ਹੋ ਕਿਉਂਕਿ ਜਿੰਨਾ ਇਹ ਸੋਸ਼ਲ ਮੀਡੀਆ 'ਤੇ ਅੱਗੇ ਜਾਊ ਹੋ ਸਕਦਾ ਕੁਝ ਸਮੇਂ ਬਾਅਦ ਇੱਥੋਂ ਜਿਹੜਾ ਹੈਗਾ ਇਹਨਾਂ ਨੇ ਚੈਂਬਰ ਚੁੰਬਰ ਲਾ ਕੇ ਰੇਂਜ ਰੂਜ ਉਡਾ ਦੇਣ, ਪਰ ਇੱਥੇ ਜੋ ਵੀ ਹੋਊਗਾ ਅਸੀਂ ਰਿਕਾਰਡ ਕਰਾਂਗੇ। ਇੱਥੇ ਜਿਹੜੇ ਹੋਰ ਭਰਾ ਜਿਹੜੇ ਮੀਡੀਆ ਵਾਲੇ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ, ਜਿਵੇਂ ਜਨਤਾ TV ਆ ਬਹੁਤ ਅੱਛਾ ਕੰਮ ਕਰ ਰਹੇ ਆ, ਠੀਕ ਹੈ। ਪ੍ਰਾਈਮ ਏਸ਼ੀਆ ਹੈਗਾ ਮੁੰਡਾ ਬਹੁਤ, ਕੱਲ੍ਹ ਵੀ ਵਿਚਾਰੇ ਨੇ ਲਾਈਵ ਕੀਤਾ ਹੈ ਨਾ, ਕੱਲ੍ਹ ਵੀ ਕੀਤਾ ਸੀ ਨਾ ਉਹ ਮੁੰਡਾ ਦੈਨਿਕ ਸਵੇਰੇ ਵਾਲਾ, ਦੈਨਿਕ ਸਵੇਰੇ ਵਾਲਾ ਹੈਗਾ, ਇੱਧਰੋਂ ਰਤਨ ਹੈਗਾ RMB ਚੈਨਲ ਵਾਲਾ, ਪਰ ਬਾਕੀ ਚੈਨਲ ਕਿੱਥੇ ਹੈ? ਬਾਕੀਆਂ ਨੂੰ ਤਾਂ ਮੈਂ ਰਾਤ ਦਾ ਵੀ ਜਿਹੜਾ ਹੈਗਾ ਰੌਲਾ ਪਾਈ ਜਾਣਾ, ਰਾਤ ਦਾ ਵੀ ਕਹੀ ਜਾਣਾ ਵੀ ਭਾਈ ਪੰਜਾਬ ਵਾਲੇ ਚੈਨਲ ਵਾਲੇ ਉਹ ਤਾਂ ਆਓ ਨਾ, ਤੁਸੀਂ ਇਕੱਲੇ ਕਲਾਕਾਰਾਂ 'ਤੇ ਲਾ ਕੇ ਖੜ ਜਾਂਦੇ ਉੱਥੇ, ਇੱਕ ਦੋ ਕਰ ਲਏ ਸੈੱਟ ਅਤੇ ਦੇ ਤੇਰੇ ਦੀ ਲਾਇਆ ਤੇਰੇ ਦੀ ਫਲਾਣੇ ਨੇ ਬਿਆਨ ਦਾਗਤਾ ਵੀ ਯਾਰ ਤੁਹਾਨੂੰ ਬਿਆਨ ਦਾਗਣ ਵਾਸਤੇ ਥੋੜ੍ਹੀ ਕਿਹਾ। ਨੈਸ਼ਨਲ ਮੀਡੀਆ ਤੋਂ ਅਸੀਂ ਆਸ ਨਹੀਂ ਰੱਖਦੇ, ਪਰ ਸਿਰਫ ਪੰਜਾਬ ਦੇ 2 ਜਾਂ 3 ਚੈਨਲ ਹੀ ਪਹੁੰਚਣੇ,
ਤੇ ਜਦ ਕਿ ਮੈਂ ਕਹਿਣਾ ਪੰਜਾਬ ਦੇ ਵਿੱਚ ਸੈਂਕੜੇ ਚੈਨਲ ਹੈ, ਕਿਸੇ ਨੂੰ ਮੈਂ ਲਾ ਕੇ ਨਹੀਂ ਕਹਿੰਦਾ, ਪਰ ਹਜੇ ਜਿਨ੍ਹਾਂ ਕੋਲ ਟੀਮਾਂ ਉਹ ਵੀ ਨਹੀਂ ਪਹੁੰਚੇ, ਬਹੁਤ ਮਾੜੀ ਗੱਲ ਹੈ। ਸੋ ਵੱਧ ਤੋਂ ਵੱਧ ਮੈਂ ਤਾਂ ਹੀ ਤੁਹਾਨੂੰ ਕਹਿਣਾ ਇਹਦੇ ਨਾਲ ਚੰਗਾ ਤਾਂ ਗੁਰਪ੍ਰੀਤ ਕੋਟਲੀ ਪੇਜ ਆ ਜਿਹੜਾ ਆਪਣਾ ਹੀ ਫੋਲੋ ਕਰ ਲਓ ਯਾਰ, ਸਾਰੇ ਜਣੇ ਦੱਬ ਕੇ ਘੱਟੋ ਘੱਟ ਆਪਾਂ ਤਾਂ ਚੱਜਦੇ ਹਾਂ ਫਿਰ ਇਹਨਾਂ ਨਾਲੋਂ, ਕਿਉਂਕਿ ਤੁਸੀਂ ਨਾਲ ਜੁੜੇ ਹੋਵੋਗੇ, ਲੱਖਾਂ ਦੀ ਗਿਣਤੀ 'ਚ ਬੰਦੇ ਨਾਲ ਜੁੜੇ ਹੋਣਗੇ, ਤਾਂ ਇਹਨਾਂ ਦੇ ਆਪਣਾ ਵੀ ਜਿਹੜਾ ਮੀਡੀਆ ਤੋਂ ਵੱਧ ਦਬਾ ਰਹੇ ਨੇ। ਸੋ ਘੱਟੋ ਘੱਟ ਤੁਹਾਨੂੰ ਕਹਿਣਾ ਜਿਹੜੇ ਭਰਾ ਦੇਖ ਰਹੇ ਹੋ ਗੁਰਪ੍ਰੀਤ ਕੋਟਲੀ ਪੇਜ ਨੂੰ ਫੋਲੋ ਕਰੋ ਦੱਬ ਤੋਂ ਦੱਬ ਕੇ, ਕਿਉਂਕਿ ਇੱਥੋਂ ਦਾ ਮੀਡੀਆ ਆਪਾਂ ਹੀ ਕੱਢਦੇ ਹਾਂ ਫਿਰ ਵਾਰਟ ਇਹਨਾਂ ਦੇ, ਤਾਂ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ। ਇੱਥੇ ਕੁਝ ਟਾਈਮ ਬਾਅਦ ਜਿਹੜਾ ਹੈਗਾ ਹੁਣ ਕਿਸਾਨ ਬੈਠੇ ਆ, ਸੂਰਜ ਵੀ ਅੱਜ ਤੜਕੇ ਚੜ ਗਿਆ, ਠੀਕ ਆ, ਕਿਉਂਕਿ ਕੁਝ ਸਮੇਂ ਬਾਅਦ ਜਾਣਾ ਤੁਹਾਨੂੰ ਮੈਂ ਥੱਲੇ ਦੀ ਗਾਂ ਤਸਵੀਰਾਂ ਦਿਖਾਉਣਾ, ਹੋ ਸਕਦਾ ਹੈ ਜਿਹੜਾ ਲਗਾਤਾਰ ਆਹ ਟਰੱਕ ਆ, ਇਹ ਟਰੱਕਾਂ ਦੇ ਮਾਲਕ ਕਹਿ ਰਿਹਾ ਸਾਨੂੰ ਜਾਣ ਦਿਓ, ਕਿਉਂਕਿ ਇਹਨਾਂ ਦੇ ਵਿੱਚ ਲੱਖਾਂ ਦਾ ਨੁਕਸਾਨ ਆ। ਕੱਲ੍ਹ ਟਰੱਕਾਂ ਦੇ ਟਾਇਰਾਂ ਦੀ ਹਵਾ ਕੱਢੀ ਗਈ ਫੌਜ ਦੁਆਰਾ, ਅਤੇ ਟਰੱਕ ਦੇ ਮਾਲਕਾਂ ਦਾ ਕਹਿਣਾ ਸੀ ਕਿ ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ, ਲੱਖ ਲੱਖ ਰੁਪਏ ਦੀ ਜੋੜੀ ਚੱਲ ਜਾਂਦੀ ਆ, ਉਹਦਾ ਭਰਪਾਈ ਕੌਣ ਕਰੂਗਾ? ਨੋ ਡਾਊਟ ਹੈ ਇੱਥੇ ਜੇਕਰ ਜੀਓ ਦੇ ਟਾਵਰਾਂ ਦਾ ਨੁਕਸਾਨ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਅਤੇ ਪੂਰੇ ਇੱਥੋਂ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਨੂੰ ਬਿਆਨ ਦੇਣੇ ਪੈ ਜਾਂਦੇ, ਜਦਕਿ ਜੀਓ ਦੇ ਟਾਵਰਾਂ ਦਾ ਬੀਮਾ ਹੁੰਦਾ, ਪਰ ਇਹ ਕਿਸਾਨਾਂ ਦੀਆਂ ਫਸਲਾਂ ਦਾ ਕੋਈ ਬੀਮਾ ਨਹੀਂ ਦੁਨੀਆਂ ਦੇ ਵਿੱਚ, ਕੋਈ ਪ੍ਰਧਾਨ ਮੰਤਰੀ ਨੂੰ ਫਿਕਰ ਨਹੀਂਗਾ। ਅੰਬਾਨੀਆਂ ਦੇ ਘਰੇ ਜੇ ਜਵਾਕ ਜੰਮ ਜਾਵੇ ਤਾਂ ਜਿਹੜਾ ਹੈਗਾ ਉਹਨਾਂ ਦੀ, ਜੇ ਆਪਾਂ ਕਹੀਏ ਬਿੱਲੀ ਵੀ ਜੇ ਉਹ ਦੇ ਦੇਣਾ, ਆਪਾਂ ਕਹੀਏ ਕੀ ਹੁੰਦਾ ਬੱਚਾ ਦੇ ਦੇ, ਉੱਥੇ ਸਾਡਾ ਪ੍ਰਧਾਨ ਮੰਤਰੀ ਜਾਵੜੂਗਾ। ਪਰ ਆਪਦੇ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਪਹਿਲਾਂ ਤਾਂ ਘਰੇ ਬੈਠਦੇ ਸੁਣੀ, ਹੁਣ ਦਿੱਲੀ ਜਾਣਾ, ਦਿੱਲੀ ਸਾਡੀ ਰਾਜਧਾਨੀ ਆ, ਸਾਡੇ ਭਰਾਵਾਂ ਨੂੰ ਸਾਡੇ ਅੱਗੇ ਖੜਾ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ ਸਾਹਮਣੇ, ਠੀਕ ਆ, ਇਹ ਵੀ ਕਿਸਾਨਾਂ ਦੇ ਪੁੱਤ ਆ, ਠੀਕ ਆ, ਅਸੀਂ ਵੀ ਕਿਸਾਨਾਂ ਦੇ ਪੁੱਤ ਆ। ਇੱਥੋਂ ਤੱਕ ਕਿ ਮੇਰੇ ਨਾਲ ਮੁੰਡਾ ਸੀਗਾ ਜੱਗੂ, ਉਹਦਾ ਪਿਓ ਜਿਹੜਾ ਹੈਗਾ ਚਾਈਨਾ ਬਾਰਡਰ 'ਤੇ ਸ਼ਹੀਦ ਹੋਇਆ ਅਤੇ ਇੱਥੇ ਆਇਆ। ਇਹ ਤੋਂ ਬਿਨਾਂ ਤੁਸੀਂ ਦੇਖ ਸਕਦੇ ਹੋ ਗਾਜ਼ੀਪੁਰ ਬਾਰਡਰ 'ਤੇ ਕਿੰਨੇ ਹੀ ਜਵਾਨ ਬੈਠੇ ਆ, ਇਹਨਾਂ ਦੀਆਂ ਖੁਦ ਦੀਆਂ ਤਨਖਾਹਾਂ ਕੱਟੀਆਂ ਗਈਆਂ, ਪਰ ਭਰਾ ਮਾਰੂ ਜੰਗ ਲੜਾਉਣ ਵਾਸਤੇ, ਸਿਰਫ ਅੰਬਾਨੀ ਅਡਾਨੀਆਂ ਨੂੰ ਬਚਾਉਣ ਵਾਸਤੇ ਆਪਦੇ ਦੇਸ਼ ਦੇ ਆਪਦੇ ਭਰਾਵਾਂ ਦੇ ਉੱਪਰ ਭਰਾਵਾਂ 'ਤੇ ਅੱਤਿਆਚਾਰ ਕਰਾਇਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਇੱਧਰਲੇ ਪਾਸੇ ਜੇ ਮੈਂ ਥੱਲੇ ਦਿਖਾਵਾਂ ਤਾਂ ਥੱਲੇ ਜਿਹੜਾ ਹੈਗਾ ਹੁਣ ਆਪਾਂ ਗੱਲ ਕਰੀਏ ਤਾਂ ਇਹ ਬੰਦ ਕੀਤੇ ਹੋਏ ਆ, ਗਾਂ ਕੰਟੇਨਰ ਸੁੱਟੇ ਹੋਏ ਆ, ਠੀਕ ਹੈ। ਸੋ ਜੇ ਆਪਾਂ ਗੱਲ ਕਰੀਏ ਤਾਂ ਆਹ ਕੰਟੇਨਰ ਆਹ ਟਰੱਕਾਂ ਵਾਲੇ ਕਹਿ ਰਿਹਾ ਕਿ ਸਾਨੂੰ ਜਾਣ ਦਿੱਤਾ ਜਾਵੇ, ਪਰ ਅੱਗੇ ਖੁਦ ਜਿਹੜਾ ਹੈਗਾ ਆਪਾਂ ਕਹੀਏ ਜਿਹੜਾ ਕੰਟੇਨਰ ਸੁੱਟ ਕੇ ਥੱਲਿਓਂ ਰਾਹ ਬੰਦ ਕੀਤਾ ਹੋਇਆ। ਸੋ ਜਿਹੜਾ ਮੈਂ ਤੁਹਾਨੂੰ ਇਹੀ ਕਹਿਣਾ, ਬੇਨਤੀ ਕਰਦਾ ਕਿ ਪੰਜਾਬ ਦਾ ਮੀਡੀਆ ਪਹੁੰਚੇ, ਹਰਿਆਣੇ ਦਾ ਮੀਡੀਆ ਪਹੁੰਚੇ। ਮੈਨੂੰ ਹਰਿਆਣੇ ਦਾ ਮੀਡੀਆ ਨਹੀਂ ਆਇਆ, ਮੈਨੂੰ ਹਜੇ ਤੱਕ ਕਿਤੇ ਮੈਨੂੰ ਕਿਸੇ ਥਾਂ 'ਤੇ ਨਹੀਂ ਆਇਆ। ਪਤਾ ਨਹੀਂ ਕੀ ਕਰਦੇ ਆ ਉਹ, ਇੱਕ ਹੁੰਦਾ ਸੀ ਪਤਾ ਨਹੀਂ ਕੀ, ਪਤਾ ਨਹੀਂ ਉਹ ਕਿਹੜਾ ਸੀਗਾ ਯਾਰ ਹਰਿਆਣੇ ਦਾ, ਉਹ ਟੋਰਾ ਜਿਹਾ ਬੰਨ ਕੇ ਰੱਖਦਾ ਸੀਗਾ, ਮੈਨੂੰ ਤਾਂ ਉਹ ਨਹੀਂ ਆਇਆ। ਕੀ ਟੋਲਾ ਨਹੀਂ ਹੈ, ਅਮਰੂ ਆਇਆ ਕਿਤੇ ਉਹ, ਹੈ ਨਾ, ਅਮਰੂ ਡਮਰੂ ਪਤਾ ਨਹੀਂ, ਹੋਰ ਪਤਾ ਨਹੀਂ ਕਹਿੰਦੇ ਸੀ, ਪਤਾ ਨਹੀਂ ਜਨਤਾ ਕਿਹੜੀ ਕਹਿੰਦੇ ਸੀਗੇ ਯਾਰ, ਠੀਕ ਆ। ਸਾਰੇ ਬੰਦੇ ਆਪਾਂ ਕਹੀਏ ਫੇਲ ਹੋ ਗਏ ਆ, ਕਿਉਂਕਿ ਆਹ ਬਾਰਡਰ ਦੇ ਉੱਤੇ ਕਿਉਂ ਕੋਈ ਮੀਡੀਆ ਨਹੀਂ ਆਉਂਦਾ, ਉਹਦਾ ਕਾਰਨ ਵੱਡਾ, ਕਿਉਂਕਿ ਇਹ ਨਸ਼ਾ ਹੈ। ਇਹ ਜੇਕਰ ਇਹ ਬੰਦ ਹੁੰਦਾ ਇਹਦੇ ਨਾਲ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਇਹ ਜਾਂਦਾ, ਸਾਈਬਰ ਸਿਟੀ ਗੁਰਗਾਓਂ ਇਹਦੇ ਉੱਤੇ ਆਉਂਦੀ ਹੈ, ਇਹਦੇ ਉੱਤੇ ਜੈਪੁਰ ਆਉਂਦਾ। ਜੇਕਰ ਆਹ ਰਾਹ ਬੰਦ ਹੁੰਦਾ ਤਾਂ ਸਿੱਧਾ ਸਿੱਧਾ ਜਿਹੜਾ ਹੈਗਾ ਅਰਬਾਂ ਰੁਪਏ ਦਾ ਘਾਟਾ ਇੱਕ ਦਿਨ ਦਾ ਜਿਹੜਾ ਹੈਗਾ ਆਪਾਂ ਕਹੀਏ ਇਹ ਜਿਹੜੇ ਅੰਬਾਨੀ ਅਡਾਨੀਆਂ ਨੂੰ ਪੈਣਾ। ਤਾਂ ਕਰਕੇ ਇੱਥੇ ਮੀਡੀਆ ਵੀ ਕਾਰਪੋਰੇਟ ਹੱਥਾਂ ਦੇ ਵਿੱਚ ਹੈ, ਮੀਡੀਆ ਆ ਕੇ ਇਹ ਨਹੀਂ ਦਿਖਾਊਗਾ ਕਦੇ ਵੀ। ਉਹ ਤੋਂ ਬਿਨਾਂ ਜਿਹੜੇ ਦੂਜੇ ਆਪਾਂ ਗੱਲ ਕਰੀਏ ਜਿਹੜੇ ਲੀਡਰ ਹੈ ਪਹਿਲਾਂ ਪਿੱਛੇ ਬੈਠੇ ਆ ਹੁਣ ਆਉਂਦੇ ਆ ਪਿੱਛੇ ਪੁੱਛੇ, ਉਹ ਗੱਲ ਆ ਵੀ ਖਾਣ ਪੀਣ ਨੂੰ ਬਾਂਦਰੀ ਅਤੇ ਖੇਡਾਂ ਪਾਉਣ ਨੂੰ ਰਿੱਛ, ਹੈ ਮਰਾ ਸਾ ਖਵਾ ਕੇ ਆਹ ਮੁੰਡਿਆਂ ਦੇ ਕੱਲ੍ਹ ਵੀ ਰਾਤ ਦਿਖਾਈ ਮਾੜਾ ਜਿਹਾ, ਇਹਦੇ ਵਿਚਾਰੇ ਦੀਆਂ ਬਾਹਾਂ ਭੰਨੀਆਂ ਪਈਆਂ, ਠੀਕ ਹੈ। ਤੁਸੀਂ ਦੇਖੋ ਟਰੈਕਟਰ ਮੋੜਦਿਆਂ ਦੀਆਂ ਇਹਨਾਂ ਨੇ ਸੋਟੀਆਂ ਮਾਰ ਮਾਰ ਕੇ ਆਹ ਦਿਨੇ ਤੁਹਾਡੇ ਭਰਾਵਾਂ ਜਿਹੜੀਆਂ ਬਾਹਾਂ ਭੰਨੀਆਂ, ਆਹ ਸਾਡੇ ਭਰਾ ਹੋਰ ਇੱਥੇ ਮੁੰਡੇ ਨੇ ਪਲਾਸਤਰ ਪੱਟਿਆ ਜਿਹੜਾ ਹੈਗਾ ਬੁਲਾਈ ਮਾੜਾ ਜਿਹਾ, ਉਹ ਮੁੰਡਾ ਮੈਂ ਤੁਹਾਨੂੰ ਦਿਖਾਉਣਾ, ਇਹ ਭਰਾ ਜਿਹੜਾ ਹੈਗਾ ਇਹਦੀ ਲੱਤਾਂ ਦੇ ਉੱਤੇ ਜਿਹੜਾ ਤਸ਼ੱਦਦ ਹੋਇਆ, ਠੀਕ ਹੈ, ਪਲਾਸਤਰ ਲੱਗਿਆ, ਆਪਾਂ ਕਹੀਏ ਹੱਡੀ ਟੁੱਟ ਸਕਦੀ ਸੀਗੀ, ਅਤੇ ਭਰਾ ਨੇ ਫਿਰ ਵੀ ਹੌਸਲਾ ਨੇ ਪਲਾਸਤਰ ਪੱਟ ਕੇ, ਭਾਈ ਪਲਾਸਤਰ ਪੱਟ ਤਾਂ ਹੈਗਾ ਪੜਦਾ, ਆਹ ਲਓ ਤੁਸੀਂ ਗੁਰਪ੍ਰੀਤ ਕੋਟਲੀ ਪੇਜ 'ਤੇ ਲਾਈਵ ਹੋ, 4500 ਬੰਦਾ ਤੁਹਾਨੂੰ ਦੇਖ ਰਿਹਾ। ਬਾਈ ਕੀ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਆਪਦੇ ਦੇਸ਼ ਦੇ ਵਿੱਚ ਹੀ ਆਪਾਂ ਨੂੰ ਇੰਨਾ ਕੁਛ ਸਹਿਣਾ ਪੈਣਾ? ਵਾਹਿਗੁਰੂ ਜੀ, ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤਾਂ ਗੱਲ ਇਹ ਕਹਿਣਾ ਵੀ ਸਾਨੂੰ ਹੁਣ ਐਂ ਲੱਗਣ ਲੱਗ ਗਿਆ ਵੀ ਅਸੀਂ ਦੇਸ਼ ਦੇ ਵਸਿੰਦੇ ਨਹੀਂ, ਜਾਂ ਤਾਂ ਸਾਡੇ ਕੋਲੋਂ ਜਿੰਨੇ ਆਧਾਰ ਕਾਰਡ ਸਾਡੇ ਬਣਾਏ ਆ, ਸਾਡੀਆਂ ਆਈਡੈਂਟੀਆਂ ਆ, ਉਹ ਸਰਕਾਰਾਂ ਵਾਪਸ ਲੈ ਲੈਣ ਅਤੇ ਸਾਨੂੰ ਇਹ ਦੱਸ ਦੇਣ ਵੀ ਸਾਡਾ ਦੇਸ਼ ਕਿਹੜਾ। ਦੂਸਰੀ ਗੱਲ, ਇਸ ਦੇਸ਼ ਦਾ ਝੰਡਾ ਤਿਰੰਗਾ ਝੰਡਾ, ਠੀਕ ਹੈ, ਉਹ ਝੰਡੇ ਨੂੰ ਵੀ ਕੱਲ੍ਹ ਇਹਨਾਂ ਨੇ ਤਾਰ ਤਾਰ ਕਰਤਾ, ਝੰਡੇ ਦੀ ਵੀ ਕੋਈ ਮਰਿਆਦਾ ਨਹੀਂ ਰੱਖੀ ਗਈ।
ਝੰਡਾ ਲੈ ਕੇ ਜਿਹੜਾ ਕਿਸਾਨ ਇੱਥੇ ਆਇਆ ਪ੍ਰੋਟੈਸਟ ਕਰ ਰਿਹਾ ਉਹ ਕਿਸਾਨਾਂ ਨੂੰ ਉਹ ਝੰਡੇ ਦੇ ਉੱਤੇ ਵੀ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਇਸ ਟਾਈਮ ਮੈਂ ਖੱਟਰ ਸਰਕਾਰ ਨੂੰ ਇਹ ਪੁੱਛਦਾ ਹਾਂ ਵੀ ਹੱਥ ਜੋੜ ਕੇ ਸਾਨੂੰ ਇਹ ਦੱਸ ਦੇ ਵੀ ਜੇ ਤੇਰੇ ਹਰਿਆਣੇ 'ਚ ਆਉਣ ਵਾਸਤੇ ਕੋਈ ਵੀਜ਼ਾ ਲੈਣ ਦੀ ਪਲੈਨਿੰਗ ਕਰਤੀ ਤੂੰ, ਜਿਵੇਂ ਅਸੀਂ ਬਾਹਰਲੀ ਕਿਸੇ ਕੰਟਰੀ 'ਚ ਜਾਂਦੇ ਹਾਂ ਅਤੇ ਅਸੀਂ ਵੀਜ਼ਾ ਲੈ ਲੈਂਦੇ ਭਰਾਵਾ ਤਾਂ ਸਾਨੂੰ ਦਿੱਲੀ ਜਾ ਲੈਣ ਦੇ, ਅਤੇ ਜਾਂ ਭਰਾ ਮੇਰੇ ਆ ਗੱਲ ਸੁਣ ਲਾ ਅਤੇ ਸਾਨੂੰ ਤੂੰ ਇੱਕ ਚੀਜ਼ ਆ ਅੱਜ ਤੁਸੀਂ ਸਰਕਾਰ ਆਇਆ ਜਾਂ ਸਾਨੂੰ ਇਹ ਦੱਸ ਦਿਓ ਵੀ ਦੇਸ਼ ਦਾ ਝੰਡਾ ਚੇਂਜ ਹੋ ਗਿਆ ਕਿ ਤੁਸੀਂ ਕੋਈ ਹੋਰ ਪਲੈਨਿੰਗ ਕਰੀ ਹੈ ਕਿ ਦੇਸ਼ ਦਾ ਝੰਡਾ ਕਿਤੇ ਹੋਰ ਹੋਰ ਕੋਈ ਝੰਡਾ ਲਾਉਣਾ ਤੁਸੀਂ, ਤਿਰੰਗੇ ਨੂੰ ਤਾਂ ਤੁਸੀਂ ਪਛਾਣ ਨਹੀਂ ਪਾ ਰਹੇ। ਦੂਸਰੀ ਗੱਲ ਇੱਥੇ ਟਰਾਲੀ ਸੀਗੀ ਰਾਤ, ਉਹ ਵੀਰ ਜੀ ਹੋਣਾਂ ਨੇ ਵੀ ਆ ਖੜੇ ਨਾਲ ਇਹਨਾਂ ਨੇ ਕਵਰੇਜ ਕੀਤਾ ਉਹਨੂੰ ਸਾਰਾ, ਉਹਦੇ ਅੱਗ ਲੱਗ ਗਈ ਭਰਾ ਜੀ। ਅੱਗ ਲੱਗਣ ਤੋਂ ਬਾਅਦ ਕਿਸਾਨ ਭਰਾ ਆਉਂਦੇ ਉਹਦੇ ਵਿੱਚ ਰਜਾਈਆਂ ਸੜੀਆਂ ਪਈਆਂ, ਉਹਦੇ ਵਿੱਚ ਮੋਟਰਸਾਈਕਲ ਸੀਗਾ ਸਿਲੰਡਰ ਸੀਗਾ, ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਸਾਨੂੰ ਅੱਗ ਬੁਝਾ ਲੈਣ ਦਿਓ, ਇੱਥੇ ਬਲਾਸਟ ਹੋ ਗਿਆ, ਬੰਦਾ ਜ਼ਿਆਦਾ ਆ, ਬਹੁਤ ਵੱਡਾ ਨੁਕਸਾਨ ਹੋ ਜਾਣਾ ਆ। ਬਹੁਤ ਸਾਰੀਆਂ ਟਰਾਲੀਆਂ ਕੋਲੇ ਸੀਗੀਆਂ ਪਰ ਇਹ ਬੰਦਿਆਂ ਨੇ ਤੁਸੀਂ ਅੱਗ ਬੁਝਾਉਣ ਦੇ ਮਿਆਂ ਵੀ ਇੱਕ ਸੈਕਿੰਡ ਵੀ ਇਹਨਾਂ ਨੇ ਇੱਥੋਂ ਗੈਸ ਦੇ ਗੋਲੇ ਬੰਦ ਨਹੀਂ ਕੀਤੇ, ਕਿਸਾਨਾਂ ਨੇ ਉਹ ਸਿਲੰਡਰ ਅਤੇ ਮੋਟਰਸਾਈਕਲ ਚੱਲ ਹੀ ਅੱਥਰੂ ਗੈਸ ਦੇ ਗੋਲਿਆਂ ਦੇ ਵਿੱਚੋਂ ਕੱਢ ਕੇ ਲੈ ਕੇ ਗਏ ਆਪਦੀ ਜਾਨ 'ਤੇ ਜੋਖਿਮ 'ਚ ਬਣਾ, ਉੱਥੇ ਅੱਗ ਲੱਗੀ ਅਤੇ ਪਾਣੀ ਪਾਉਂਦੇ ਬੰਦਿਆਂ ਦੇ ਉੱਥੇ ਹੀ ਦੁਬਾਰਾ ਸੁੱਟੇ ਆ, ਕਈ ਟਰੱਕਾਂ 'ਤੇ ਡਿੱਗੇ, ਕਈ ਆਹ ਟਰੱਕ ਦਾ ਤੁਸੀਂ ਦੇਖ ਲਓ ਸਟੇਅਰਿੰਗ ਤੋੜਤਾ, ਇਹਨਾਂ ਨੂੰ ਕਿਹਾ ਵੀ ਤੁਸੀਂ ਚਾਹੁੰਦੇ ਕੀ ਹੋ, ਚਾਹ ਤਾਂ ਸਾਨੂੰ ਦੱਸ ਦਿਓ ਵੀ ਸਾਡਾ ਦੇਸ਼ ਕਿੱਥੇ ਆ। ਗੋਲੇ ਵੀ ਸੀਗੇ ਉਹ ਵੀ ਐਕਸਪਾਇਰ ਡੇਟ ਦੇ ਸੀਗੇ, ਐਕਸਪਾਇਰੀ ਡੇਟ ਦੇ ਗੋਲੇ ਪਾਰਾ ਜੀ, ਉਹਦੇ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ ਜਿਹੜੇ ਅੱਥਰੂ ਗੈਸ ਦੇ ਗੋਲੇ ਇਹਨਾਂ ਨੇ ਛੱਡੇ, ਐਕਸਪਾਇਰੀ ਡੇਟ ਤੁਸੀਂ ਅਗਰ ਕਰੋਗੇ ਉਹ 3 ਤੋਂ 4 ਗੁਣਾ ਨੁਕਸਾਨ ਜ਼ਿਆਦਾ ਕਰਦਾ। ਔਰ ਦੂਸਰਾ ਇਹਨਾਂ ਨੇ ਮੈਂ ਕਹਿੰਦਾ ਮਿੰਨੀ ਬੰਬ, ਮੈਂ ਅੱਥਰੂ ਗੈਸ ਦੇ ਗੋਲੇ ਨਹੀਂ ਆਖੂੰਗਾ, ਅੱਥਰੂ ਗੈਸ ਦਾ ਗੋਲਾ ਤਾਂ ਆਪਾਂ ਅੱਜ ਤੱਕ ਦੇਖਿਆ ਸੀਗਾ, ਅੱਜ ਮੈਂ ਦੱਸਦਾ ਅੱਥਰੂ ਗੈਸ ਦਾ ਗੋਲਾ ਆ, ਉਹਦੇ ਨਾਲ ਗੈਸ ਭਰੂ ਗੈਸ ਅੰਦਰ ਜਾਊਗੀ ਹੈ ਨਾ, ਅਤੇ ਆਪਾਂ ਨੂੰ ਸਾਹ ਨਹੀਂ ਆਉਣਾ ਜਾਂ ਆਪਣੀਆਂ ਅੱਖਾਂ 'ਚ ਜਲਨ ਹੋਊਗੀ। ਇਹਨਾਂ ਨੇ ਜਿਹੜੇ ਕੱਲ ਅੱਥਰੂ ਗੈਸ ਦੇ ਗੋਲੇ ਛੱਡੇ ਆ, ਬੰਬਾਂ ਮਿੰਨੀ ਬੰਬ ਸੁੱਟੇ ਆ ਵਾਹਿਗੁਰੂ, ਮਿੰਨੀ ਬੰਬ ਇਹ ਇਹਨਾਂ ਨੇ ਪਤਾ ਨਹੀਂ ਕਿੱਥੋਂ ਬਣਾਏ ਆ ਕਿਵੇਂ ਬਣਾਏ ਆ, ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ, ਜਾਂਚ ਦਾ ਵਿਸ਼ਾ ਹੈ। ਔਰ ਦੂਸਰਾ ਜਿਹੜਾ ਇਹਨਾਂ ਨੇ ਕੱਲ੍ਹ ਉੱਥੇ ਟਰਾਲੀ ਨੂੰ ਅੱਗ ਲੱਗੀ ਹੈ ਜਾਂ ਕਿੱਦਾਂ ਆ, ਉਹਦੇ 307 ਅਤੇ 308 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਪ੍ਰੀ ਪਲੈਨਿੰਗ ਮਰਡਰ 308 ਅਤੇ 307 ਇਰਾਦਾ ਕਤਲ। ਕਿਉਂ? ਕਿਉਂਕਿ ਇਹਨਾਂ ਨੇ ਬਿਲਕੁਲ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸਾਜ਼ਿਸ਼ ਕੀਤੀ। ਅਸੀਂ ਜੇ ਇਹ ਸਰਕਾਰ ਦੇ ਖਿਲਾਫ ਇਹ FIR ਲਾਂਚ ਨਹੀਂ ਹੋਣੀ ਹੈ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ, ਤਾਂ ਅਸੀਂ ਕੋਰਟ 'ਚ ਜਾਵਾਂਗੇ, ਕੋਰਟ 'ਚ ਅਸੀਂ ਜ਼ਰੂਰ ਰਿਟ ਪਾਵਾਂਗੇ ਵੀ ਇਹਨਾਂ 'ਤੇ ਇਹ ਮੁਕੱਦਮੇ ਦਰਜ ਹੋਣੇ ਚਾਹੀਦੇ ਆ ਅਤੇ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਆ, ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਆ। ਅਤੇ ਅਸੀਂ ਸਿਰਫ ਉਹ ਜਾਂਚ, ਮੈਂ ਕਹਿੰਦਾ ਵੀ ਇਹਨਾਂ ਦੀਆਂ ਜਾਂਚ ਏਜੰਸੀਆਂ ਨਹੀਂ, ਅਸੀਂ ਕਹਾਂਗੇ ਵੀ ਸਪੈਸ਼ਲ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਦੇ ਹੇਠ ਹੋਵੇ, ਉਹ ਪੂਰੀ ਜਾਂਚ ਕਰਨ। ਇਹਨਾਂ ਦੀਆਂ ਜਾਂਚ ਏਜੰਸੀਆਂ 'ਤੇ ਤਾਂ ਸਾਨੂੰ ਜਮ੍ਹਾਂ ਭਰੋਸਾ ਨਹੀਂ, ਕਿਉਂਕਿ ਉਹ ਤਾਂ ਇਹਨਾਂ ਦੀਆਂ ਹੀ ਆ, ਉਹ ਤਾਂ ਜਿਵੇਂ ਸ਼ਾਹ ਕਹੂਗਾ, ਇੱਕ ਤਾਂ ਗੱਲ ਸੁਣੋ, ਇੱਕ ਤਾਂ ਤਾਨਾ ਸ਼ਾਹ ਬਿਠਾ ਰੱਖਿਆ ਇੱਥੋਂ ਦਾ ਅਨਿਲ ਵਿਜ, ਅਤੇ ਉੱਥੇ ਬਿਠਾ ਰੱਖਿਆ ਜਿਹੜਾ ਆਪਣੇ ਆਪਣੇ ਜਿੰਨੀਆਂ ਵੀ ਹੈਗੀਆਂ CBI ਲੈ ਲਓ, ਹੋਰ ਲੈ ਲਓ, ਅਮਿਤ ਸ਼ਾਹ। ਅਤੇ ਇਹ ਦੇਸ਼ ਦਾ ਮੈਂ ਕਹਿੰਦਾ ਲੋਕਤੰਤਰ ਜਮ੍ਹਾਂ ਖਤਮ ਹੋ ਗਿਆ, ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਰਹੀਗੀ, ਨਾ ਲੋਕਤੰਤਰ ਆ, ਹੁਣ ਤਾਨਾਸ਼ਾਹੀ। ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਆਪਣਾ ਦੇਸ਼ ਤਾਨਾਸ਼ਾਹ ਹੋ ਗਿਆ, ਇੱਥੇ ਤਾਨਾਸ਼ਾਹਾਂ ਦਾ ਰਾਜ ਹੈ। ਹੁਣ ਮੈਨੂੰ ਨਹੀਂ ਲੱਗਦਾ ਗਾਂਹ ਵੋਟਾਂ ਪੈਣੀਆਂ ਆ, ਜਿਹੜਾ ਕੋਈ ਕਹੀ ਜਾਂਦਾ EVM ਹੈਂਗ ਹੁੰਦੀ ਹੈ ਫਲਾਨਾ, ਇਹਨਾਂ ਨੇ ਹੈਂਗ ਹੂੰਗ ਵਾਲਾ ਸਿਸਟਮ ਖਤਮ ਕਰਤਾ, ਹੁਣ ਜਿਹੜਾ ਸਿਸਟਮ ਚੱਲ ਰਿਹਾ ਉਹ ਸਿਰਫ ਤਾਂ ਸਿਰਫ ਇਹੀ ਹੋਊਗਾ ਵੀ ਉੱਥੇ ਅਸੀਂ ਰਾਜਿਆਂ ਤਰ੍ਹਾਂ, ਉਹ ਆਹ ਬੰਦਾ ਰਾਜ ਕਰੂਗਾ, ਉੱਥੇ ਆਹ ਬੰਦਾ ਰਾਜ ਕਰੂਗਾ, ਦੁਬਾਰਾ ਗੁਲਾਮੀ ਸ਼ੁਰੂ ਹੈ ਅਤੇ ਰਾਜਿਆਂ ਦਾ ਸ਼ਾਸਨ ਚਾਲੂ ਹੋ ਗਿਆ। ਮੈਂ ਤੁਹਾਨੂੰ ਪੁੱਛਦਾ, ਦੇਖੋ ਮੈਂ ਵੀ ਕਵਰ ਕੀਤਾ, ਖਨੌਰੀ ਵੀ ਕੀਤਾ, ਖਨੌਰੀ ਵੀ ਚਲੋ ਲਾਠੀਚਾਰਜ ਹੋਇਆ, ਉਦੋਂ ਬਾਅਦ ਆਪਾਂ ਕਹੇ ਉੱਤਰਾਖੰਡ ਦੇ ਵਿੱਚ ਵੀ ਹੋਇਆ, ਪਰ ਇੰਨਾ ਭਿਆਨਕ ਨਹੀਂ ਹੋਇਆ ਜਿੰਨਾ ਤੁਹਾਡੇ 'ਤੇ ਹੋਇਆ, ਠੀਕ ਆ, ਤੁਹਾਡੇ ਨਾਲ ਤਾਂ ਮੈਂ ਕਹਿੰਦਾ ਉਹਨਾਂ ਦੇ 1% ਵੀ ਨਹੀਂ ਹੋਇਆ, ਇੰਨਾ ਭਿਆਨਕ ਕਾਰਨ ਕੀ ਆ, ਜਾਂ ਤੁਸੀਂ ਸਾਰਾ ਰੱਗ ਬੰਦ ਕਰ ਰਹੇ ਹੋ, ਕੀ ਕਾਰਨ ਆ ਤੁਹਾਡੇ 'ਤੇ ਇੱਡਾ ਜਿਹੜਾ ਹੈਗਾ ਤਸ਼ੱਦਦ ਕਿਉਂ ਹੋ ਰਿਹਾ? ਉਹਦਾ ਕਾਰਨ ਮਹਾਰਾਜ ਸਿੱਧਾ ਆ, ਆਹ ਰੋਡ ਮੋਦੀ ਦੇ ਯਾਰਾਂ ਦੀ ਹੈ, ਇਹ ਆਮ ਨਾਗਰਿਕਾਂ ਦੀ ਰੋਡ ਨਹੀਂ। ਆਹ ਜਿੰਨਾ ਆਵਾਜਾਵੀ ਆ, ਟਰੱਕ ਇੱਧਰੋਂ ਆ ਰਹੇ ਉੱਧਰ ਜਾ ਰਹੇ ਆ, ਇਹ ਸਾਰੀਆਂ ਚੀਜ਼ਾਂ ਇੰਡਸਟਰੀ ਨਾਲ ਜਿੰਨੀਆਂ ਬੰਬੇ ਦੇ ਜਿਹੜੇ ਅਡਾਨੀ ਅਬਾਨੀ ਬੈਠੇ ਆ ਉਹਨਾਂ ਦਾ ਸਮਾਨ ਜਾਂਦਾ ਆ, ਉਹਨਾਂ ਦੀਆਂ ਫੈਕਟਰੀਆਂ ਦਾ ਸਮਾਨ ਹੁੰਦਾ ਆ, ਉਹਨਾਂ ਨੇ ਜਿਹੜੀਆਂ ਵਿਦੇਸ਼ਾਂ 'ਚੋਂ ਚੀਜ਼ਾਂ ਲਿਆਉਂਦੇ ਆ ਜਾਂ ਭੇਜਣੀਆਂ ਹੁੰਦੀਆਂ ਉਹ, ਔਰ ਦੂਜਾ ਤੁਸੀਂ ਨਾ ਮਹਾਰਾਜ ਪਿੱਛੇ ਜਾ ਕੇ ਕਵਰੇਜ ਕਰਿਓ। ਸਾਨੂੰ ਤਾਂ ਹੁਣ ਆਣ ਕੇ ਪਤਾ ਲੱਗਿਆ, ਇੰਨਾ ਟਾਈਮ ਹੋ ਗਿਆ ਸੀਗਾ ਵਾਹਿਗੁਰੂ ਨਹੀਂ ਪਤਾ ਸੀਗਾ, ਇਹਨਾਂ ਨੇ ਪਿੱਛੇ ਇੱਕ ਰੇਲਵੇ ਟਰੈਕ ਦਾ ਪੂਰਾ ਸਿਸਟਮ ਬਣਾ ਰਹੇ ਆ, ਠੀਕ ਹੈ, ਉਹ ਇੱਕ ਦਿਨ ਦੀ ਪਲੈਨਿੰਗ ਤਾਂ ਹੁੰਦੀ ਨਹੀਂ। ਜਿੱਦਣ ਮੋਦੀ ਜੀ 2014 'ਚ ਇਹਨੂੰ ਬ੍ਰੈਂਡਿੰਗ ਕਰਕੇ ਉਹਨਾਂ ਨੇ ਭੇਜਤਾ ਸੀਗਾ, ਉਦਣ ਦੀਆਂ ਹੀ ਸਾਡੇ ਖਿਲਾਫ਼ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸੀ। ਉਹ ਰੇਲਵੇ ਟਰੈਕ ਲੋਕ ਸੋਚ ਰਹੇ ਸੀਗੇ, ਇੱਥੋਂ ਦੀ ਜਨਤਾ ਸੋਚ ਰਹੀ ਸੀ ਵੀ ਹੁਣ ਤਾਂ ਬਾਈ ਐਵੇਂ ਆ, ਐਡਾ ਫਾਸਟ ਉਹ ਸਿਸਟਮ ਰੇਲਵੇ ਦਾ ਹੋ ਜਾਣਾ ਆ ਵੀ ਰੇਲਵੇ ਨੂੰ ਕਿਤੇ ਪ੍ਰੋਬਲਮ ਨਹੀਂ ਆਉਣੀ, ਬਹੁਤ ਫਾਸਟ ਜਿਹੜੀਆਂ ਵੀ ਜਿਹੜਾ ਮਾਲ 30-30, 40-40 ਦਿਨਾਂ 'ਚ ਪਹੁੰਚਦਾ ਸੀਗਾ ਆਪਣੇ ਬੰਬੇ,
ਉਹ ਮਹਾਰਾਜ ਜੀ 10 ਤੋਂ 12 ਘੰਟਿਆਂ 'ਚ ਪਹੁੰਚੂਗਾ। ਇੰਨੀ ਫਾਸਟ ਇਹਨੇ ਮਾਲ ਗੱਡੀਆਂ ਦਾ ਸਿਸਟਮ ਕੀਤਾ, ਉਹ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ, ਰਵਾੜੀ ਦੇ ਕੋਲੇ ਉਹ ਬਣ ਰਿਹਾ ਪੂਰਾ, ਉਹ ਬੰਬੇ ਜਾ ਰਿਹਾ। ਉਹ ਕਿਹਦੇ ਵਾਸਤੇ ਜਾ ਰਿਹਾ? ਉਹ ਬਣ ਕਿਹਦੇ ਯਾਰਾਂ ਵਾਸਤੇ। ਅਤੇ ਇਹਨਾਂ ਨੇ ਪਲੈਨਿੰਗ ਤਾਂ ਪਹਿਲਾਂ ਹੀ ਕਰ ਲਈ ਸੀ ਕਿਸਾਨਾਂ ਨੂੰ ਮਾਰਨ ਦੀ, ਕਾਨੂੰਨ ਹੁਣ ਲਾਗੂ ਕਰਤੇ ਸਾਲ ਦੋ ਸਾਲਾਂ ਨੂੰ, ਇਹਨਾਂ ਨੂੰ ਪਤਾ ਆ ਵੀ ਸਾਰਾ ਸਮਾਨ ਇੱਥੇ ਸਟੋਕ ਕਰਕੇ ਉਹ ਉੱਥੇ ਲਿਜਾਣਗੇ, ਉੱਥੋਂ ਫਿਰ ਆਪਦੀ ਮਰਜ਼ੀ ਨਾਲ ਭੇਜਣਗੇ। ਜਿਹੜੇ ਗੋਡਾਊਨ ਬਣ ਰਿਹਾ, ਕੁਛ ਬਣ ਰਿਹਾ, ਇਹਨਾਂ ਨੇ ਉਹੀ ਪੂਰਾ ਪ੍ਰੋਪਰ। ਦੂਸਰੀ ਗੱਲ ਜਿਹੜੇ ਕਹਿੰਦੇ ਆ ਭਾਰਤਮਾਲਾ ਰੋਡ, ਉਹ ਵੀ ਜਿਹੜੀ ਪਲੈਨਿੰਗ ਹੈ, ਉਹ ਵੀ ਮੰਨ ਲਓ, ਗੱਲ ਸੁਣ ਲਓ, ਉਹ ਮੇਰੇ ਵਾਸਤੇ ਤਾਂ ਹੈ ਨਹੀਂ, ਗੱਲ ਸੁਣ ਲਓ। ਉੱਥੇ ਜਾ ਕੇ ਉਸ ਰੋਡ ਦੇ ਉੱਤੇ ਜ਼ਮੀਨ ਕਿਹਦੀ ਗਈ? ਕਿਸਾਨ ਦੀ, ਠੀਕ ਹੈ। ਫੈਸਿਲਿਟੀ ਕੌਣ ਲਊਗਾ? ਵੱਡੇ ਵੱਡੇ ਕਰੋੜਪਤੀ ਨਾ ਕੋਈ ਉੱਥੇ ਬੰਦਾ ਆਪਦਾ, ਗੱਲ ਸੁਣੋ। ਹੁਣ ਇੱਕ ਚੀਜ਼ ਹੈ, ਅੱਜ ਆਪਾਂ ਇੱਕ ਗੱਲ ਕਹਿ ਰਹੇ ਹਾਂ ਵੀ ਇਹ ਕਿਸਾਨਾਂ ਦਾ ਅੰਦੋਲਨ ਹੈ, ਕਿਸਾਨ ਦਾ ਅੰਦੋਲਨ ਨਹੀਂ, ਭਾਰਤਮਾਲਾ ਜਿਹੜੀ ਰੋਡ ਨਿਕਲ ਰਹੀ ਹੈ ਨਾ ਵਾਹਿਗੁਰੂ, ਉਹਦੇ ਵਿੱਚ ਅੱਜ ਇਸ ਰੋਡ 'ਤੇ ਤੁਸੀਂ ਨਿਕਲੋ, ਕਿੰਨੇ ਢਾਬੇ ਆ ਉੱਥੇ? ਨਾ ਤੁਸੀਂ ਆਪਦਾ ਢਾਬਾ ਖੋਲ੍ਹ ਸਕਦੇ ਹੋ, ਨਾ ਤੁਸੀਂ ਰੈਸਟੋਰੈਂਟ ਖੋਲ੍ਹ ਸਕਦੇ ਹੋ, ਨਾ ਕੋਈ ਹੋਟਲ ਬਣਾ ਸਕਦੇ ਹੋ, ਨਾ ਕੁਛ ਕਰ ਸਕਦੇ ਹੋ। ਕੌਣ ਕਰੂਗਾ? ਸਿਰਫ ਕੋਪਰੇਟ ਘਰਾਨੇ ਜਿਹੜੇ ਵੱਡੇ, ਉਹ ਕਰਨਗੇ। ਅਤੇ ਜਿਹੜੇ ਢਾਬੇ ਵਾਲਾ ਉਹ ਵੀ ਮਰ ਗਿਆ, ਜਿਹੜਾ ਹੋਟਲ ਵਾਲਾ ਉਹ ਵੀ ਮਰ ਗਿਆ, ਜਿਹੜਾ ਕੋਈ ਪੈਂਚਰ ਦੀ ਦੁਕਾਨ ਲਾ ਕੇ ਬੈਠਾ ਸੀ ਉਹ ਵੀ ਮਰ ਗਿਆ। ਮੈਂ ਤੁਹਾਨੂੰ ਕਹਿਤਾ ਵੀ ਇਹਨੇ ਦੇਸ਼ ਦਾ ਸਿਰਫ ਜਿਹੜਾ ਸਿਸਟਮ ਆ ਸਾਰਾ ਦੋ ਬੰਦਿਆਂ ਨੂੰ ਦੇਤਾ ਵਾਹਿਗੁਰੂ। ਇਹ ਹੁਣ ਦੇਸ਼ ਦੇ ਜਿਹੜੇ ਸ਼ਹਿਰੀ ਆ ਉਹ ਵੀ ਸਮਝ ਲਓ, ਤੁਹਾਨੂੰ ਅੱਜ ਨਹੀਂ ਸਮਝ ਆ ਰਹੀ, ਸਾਡੇ 'ਤੇ ਅੱਜ ਪੀੜਾ ਪਈ ਆ, ਅਸੀਂ ਲੜੀ ਜਾਂਦੇ ਹਾਂ, ਭਿੜੀ ਜਾਂਦੇ ਹਾਂ, ਤੁਹਾਨੂੰ ਅੱਜ ਐਂ ਲੱਗੀ ਜਾਂਦਾ ਵੀ ਇਹ ਕਮਲੇ ਆ। ਉਹ ਮਹਾਰਾਜ ਮੈਂ, ਅਸੀਂ ਤੁਹਾਡੇ ਵਾਸਤੇ ਵੀ ਲੜ ਰਹੇ ਹਾਂ, ਜਿਹੜੇ ਢਾਬੇ ਵਾਲੇ ਆ ਉਹਨਾਂ ਵਾਸਤੇ ਵੀ ਲੜ ਰਹੇ ਹਾਂ, ਜਿਹੜਾ ਪੈਂਚਰ ਦੀ ਦੁਕਾਨ ਵਾਲਾ ਅਸੀਂ ਉਹਦੇ ਵਾਸਤੇ ਵੀ ਲੜ ਰਹੇ ਹਾਂ, ਆਹ ਗੱਲ ਨੂੰ ਵੀ ਸਮਝੋ। ਅਸੀਂ ਸਾਰੇ ਬੰਦਿਆਂ ਦੀ ਲੜਾਈ ਲੜ ਰਹੇ ਹਾਂ, ਤੁਸੀਂ ਸਾਡਾ ਜਿੰਨਾ ਸਾਥ ਦਿਓਗੇ, ਔਰ ਜਿਹੜੇ ਭਰਾ ਉੱਤੇ ਸਾਡੇ ਛੱਡੀ ਜਾਂਦੇ ਆ ਗੱਲ, ਮੈਂ ਇਹਨਾਂ ਨੂੰ ਕਹਿੰਦਾ ਤੁਹਾਡੀਆਂ ਵੀ ਨਸਲਾਂ ਤਬਾਹ ਹੋ ਜਾਣਗੀਆਂ। ਤੁਸੀਂ ਅੱਜ ਸਾਡੇ ਗੋਲੇ ਮਾਰ ਲਓ, ਜੋ ਮਰਜ਼ੀ ਕਰ ਲਓ, ਲੇਕਿਨ ਇੱਕ ਚੀਜ਼ ਤੈਅ ਆ ਵੀ ਜਵਾਕ ਤੁਹਾਡੇ ਵੀ ਰੁਲਣੇ ਆ, ਨੌਕਰੀਆਂ ਨਹੀਂ ਮਿਲਣੀਆਂ। ਕੱਲ ਨੂੰ ਮੇਰੀ ਗੱਲ ਸੁਣੋ, ਵਰਦੀ ਗੱਲ ਸੁਣੋ, ਨੌਕਰੀ ਤਾਂ ਇਹਨਾਂ ਨੇ ਦੇਣੀ ਨਹੀਂ। ਇਹਨਾਂ ਨੇ ਤਾਂ ਇੱਕ ਚੀਜ਼ ਆ, ਜਦੋਂ ਤਾਨਾ ਸ਼ਾਹ ਬਣ ਗਏ ਉੱਥੇ ਉਹੀ ਤਰੀਕੇ ਦੇ ਨਾਲ ਦੁਬਾਰਾ ਸਿਸਟਮ ਚੱਲਣਾ, ਇਹਨਾਂ ਨੇ ਉਹੀ ਸਿਸਟਮ ਆ, ਉਹੀ ਨਿੱਕਰਾਂ ਵਾਲੇ ਸਿਪਾਹੀ ਆਉਣਗੇ, ਉਹੀ ਡੰਡਾ ਔਰ ਨਿੱਕਰਾਂ ਵਾਲੇ ਸਿਪਾਹੀ। ਮੇਰੀ ਗੱਲ ਸੁਣੋ, ਅੱਜ ਕੋਈ ਵੀ ਬੰਦਾ, ਕੋਈ ਵੀ ਜਿੰਨੇ ਵੀ ਸੰਗਠਨ ਹੈ, ਜਿੰਨੀ ਵੀ ਜਥੇਬੰਦੀਆਂ, ਜੋ ਵੀ ਸਿਸਟਮ ਹੈ, ਕੋਈ ਅੱਜ ਤੱਕ ਮੈਨੂੰ ਇਹ ਦੱਸੋ ਕਿ ਕੋਈ ਟ੍ਰੇਨਿੰਗ ਦਿੰਦਾ ਵੀ ਪਰੇਡ ਕਰਾਉਂਦਾ? ਸਪੈਸ਼ਲ ਟ੍ਰੇਨਿੰਗ ਸਿਰਫ ਆਰਐਸਐਸ ਦਿੰਦੀ ਹੈ, ਉੱਥੇ ਕੋਈ ਬੰਦੇ ਨੇ ਅੱਜ ਤੱਕ ਲਾਇਆ ਰੋਪ? ਜੇ ਮੰਨ ਲਓ ਕੱਲ ਨੂੰ ਮੈਂ ਜਾਂ ਆਹ ਕੋਈ ਕਿਸਾਨ, ਜਿੰਨੇ ਭਰਾ ਆਏ ਆ, ਅਸੀਂ ਇੱਥੇ ਆਪਦਾ ਪਰੇਡ ਕਰਨ ਲੱਗ ਜਾਈਏ, ਕਿਸੇ ਨੂੰ ਅਸੀਂ ਨਿਸ਼ਾਨੇ ਲਾਉਣੇ ਸਿਖਾਉਣ ਲੱਗ ਜਾਈਏ, ਤੇ ਉਦੋਂ ਹੀ ਕਹਿਣਗੇ ਉਗਰਵਾਦ ਇਹ ਖਾਲਿਸਤਾਨੀ ਹੈ। ਆਰਐਸਐਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਔਰ ਜਿਹੜੇ ਇੰਨਾ ਟਾਈਮ ਦੇ ਉਹ ਕੱਛਾ ਪਵਾ ਕੇ ਉਹਨਾਂ ਨੂੰ ਟ੍ਰੇਨਿੰਗਾਂ ਦੇਈ ਜਾਂਦੇ ਨਾ, ਉਹ ਅੰਗਰੇਜ਼ਾਂ ਦੇ ਟਾਈਮ ਕੱਛੇ ਵਾਲੇ ਸਿਪਾਹੀ ਹੁੰਦੇ ਸੀ, ਉਹ ਸਾਰੇ ਸਾਡੇ ਉੱਤੇ ਉਹਨਾਂ ਨੇ ਉਹ ਬਿਠਾਉਣੇ ਆ। ਇਸ ਦੇਸ਼ ਨੂੰ ਬਹੁਤ ਵੱਡੇ ਤਰੀਕੇ ਨਾਲ ਪਲੈਨਿੰਗ ਆ ਮਾਰਨ ਦੀ, ਇਹ ਸਾਰੇ ਸਮਝ ਲਓ। ਇੱਕ ਤੁਹਾਡੇ ਬਾਈ ਜਿਹੜਾ ਹੈਗਾ ਇੱਥੇ ਸੱਟ ਲੱਗੀ ਸੀ, ਫ੍ਰੈਕਚਰ ਸੀਗਾ, ਉਹ ਕਿਸ ਤਰ੍ਹਾਂ ਹੋਇਆ ਸੀਗਾ ਫ੍ਰੈਕਚਰ? ਵਾਹਿਗੁਰੂ, ਜਿੱਦਣ ਅਸੀਂ ਸ਼ਾਹਜਹਾਂਪੁਰ ਵਾਲਾ ਬਾਰਡਰ ਤੋੜਿਆ ਸੀਗਾ, ਉਦਣ ਸਾਡਾ ਜਦੋਂ ਅਸੀਂ ਬੈਰੀਗੇਡਸ ਤੋੜ ਰਹੇ ਸੀਗੇ ਉਦੋਂ ਹੋਇਆ, ਔਰ ਉਹ ਤੋਂ ਬਾਅਦ ਸਾਡਾ ਇੱਕ ਭਰਾ ਆ ਉਹ ਆਪਣੇ ਉੱਥੇ ਐਡਮਿਟ ਆ ਆਪਣੇ, ਉਹਨਾਂ ਨੂੰ ਅੱਜ ਮੇਰੇ ਖਿਆਲ ਨਾਲ ਡਿਸਚਾਰਜ ਕਰ ਦੇਣਗੇ ਐਮ ਪੀ ਬਾਈ ਲਾਲਪੁਰੇ ਤੋਂ। ਔਰ ਦੂਸਰਾ ਇੱਕ ਸਾਡਾ ਵੀਰ ਆ, ਉਹਦੇ ਸਿਰ ਦੇ ਵਿੱਚ ਲਾਠੀ ਚਾਰਜ ਹੋਇਆ ਜਦੋਂ ਉਹਦੇ ਸਿਰ ਦੇ ਉੱਤੇ 8 ਟਾਂਕੇ ਲੱਗੇ ਆ, ਉਹ ਵੀ ਭਰਾ ਇੱਥੇ ਆ। ਹੋਰ ਬਹੁਤ ਸਾਰੇ ਭਰਾ ਜਿਨ੍ਹਾਂ ਦੇ ਬਾਹਾਂ ਦੇ ਉੱਤੇ ਬਹੁਤ ਜ਼ਿਆਦਾ ਸ਼ਿੱਦਤ ਕੀਤੀ ਗਈ ਉਹਨਾਂ ਦੇ, ਔਰ ਜਿਹੜੇ ਕੱਲ੍ਹ ਜਿਹੜੇ ਇਹਨਾਂ ਨੇ ਅੱਥਰੂ ਗੈਸ ਦੇ ਗੋਲੇ, ਨਹੀਂ ਮੈਂ ਤਾਂ ਮਿੰਨੀ ਬੰਬ ਕਹੂੰਗਾ, ਅੱਥਰੂ ਗੈਸ ਦੇ ਗੋਲੇ ਤਾਂ ਭਾਈ ਜੀ ਆਵਾਜ਼ ਨਹੀਂ ਕਰਦੇ, ਉਹ ਜਿਹੜੇ ਮਿੰਨੀ ਬੰਬ ਸੁੱਟੇ ਆ ਉਹਨਾਂ ਨਾਲ ਸਾਡੇ ਕਈ ਭਰਾਵਾਂ ਦੇ ਜ਼ਖਮੀ ਹੋਏ ਆ ਭਰਾ, ਪੈਰ ਕਈਆਂ ਦੇ ਪੈਰ ਪਾੜ ਗਏ, ਕਈਆਂ ਦੇ ਇਹ ਰੱਬ ਜਾਣੇ ਇਹਨਾਂ ਨੇ ਕੱਚ ਪਾਇਆ ਉਹ 'ਚ, ਰੱਬ ਜਾਣੇ ਕੀ ਪਾਇਆ ਚੀਜ਼ਾਂ ਇਹਨਾਂ ਦੀਆਂ, ਸਾਡੇ ਕੋਲ ਕੁਛ ਹੈ ਨਹੀਂ। ਉੱਤੇ ਬੈਠੇ ਆ ਅਸੀਂ ਇਸ ਟਾਈਮ, ਕਿਸਾਨ ਕਾਰਗਿਲ ਦਾ ਯੁੱਧ ਲੜ ਰਿਹਾ, ਕਾਰਗਿਲ ਦਾ, ਅਤੇ ਸਾਨੂੰ ਐਂ ਲੱਗ ਰਿਹਾ ਵੀ ਅਸੀਂ ਪਾਕਿਸਤਾਨ ਨਾਲ ਯੁੱਧ ਲੜ ਰਹੇ ਹਾਂ ਖਾਲੀ ਹੱਥ, ਉੱਤੋਂ ਸਾਡੇ ਉੱਤੇ ਇੰਨੀ ਸਾਡੇ ਨਾਲ ਬੁਰਾ ਹੋ ਰਿਹਾ। ਅਸੀਂ ਤਾਂ ਅਸੀਂ ਫਿਰ ਵੀ ਹੌਸਲਾ ਨਹੀਂ ਹਾਰਨਾ, ਉਹ ਗੁਰੂ ਸਾਹਿਬ ਦਾ ਸਾਡੇ ਸਿਰ 'ਤੇ ਹੱਥ ਆ, ਅਤੇ ਗੁਰੂ ਸਾਹਿਬ ਹੀ ਸਾਡੀ ਜਿਹੜੀ ਇਹ ਲੜਾਈ ਆ ਸੱਚ ਨੂੰ ਜਿਤਾਉਣਗੇ, ਸੱਚ ਜਿੱਤੂਗਾ, ਗੁਰੂ ਸਾਹਿਬ ਨੇ ਮਿਹਰ ਕਰਨੀ ਹੈ। ਅਸੀਂ ਨਾ ਤਾਂ ਅੱਜ ਤੱਕ ਕਿਸੇ ਵੀ ਕਿਸਾਨ ਨੇ ਕੋਈ ਇਹਨਾਂ ਦਾ ਜਵਾਬ ਦਿੱਤਾ, ਨਾ ਦੇਣਾ। ਅਸੀਂ ਅਗਰ ਜਵਾਬ ਦੇਵਾਂਗੇ ਜਾਂ ਜਕਾਰਿਆਂ 'ਚ ਜਾਂ ਨਾਰਿਆਂ 'ਚ ਜਾਂ ਤਿਰੰਗਾ ਚੱਕ ਕੇ, ਹੋਰ ਸਾਡੇ ਕੋਲੇ ਕੁਛ ਨਹੀਂ। ਇਸ ਟਾਈਮ ਸਾਡਾ ਗਲਾ ਆ ਉਹ ਜੇ ਇਹਨਾਂ ਦਾ ਜੀ ਕਰਦਾ ਵੱਢ ਕੇ ਬੰਦ ਕਰਾ ਦੇਣਾ। ਇੱਕ ਮੈਂ ਪੁੱਛਣਾ ਤੁਹਾਨੂੰ, ਜਿਹੜੀਆਂ ਜਥੇਬੰਦੀਆਂ ਮੰਨ ਲਓ ਉਹ ਕਿਸ ਤਰ੍ਹਾਂ ਰਿਸਪੌਂਸ ਕਰ ਰਹੀਆਂ? ਪਹਿਲਾਂ ਤਾਂ ਹੁਣ ਚਲੋ ਤੁਹਾਡੇ ਨਾਲ ਜੀ ਕੇ ਐਸ ਵੀ ਆ ਗਈ ਆ, ਪਿੱਛੇ ਖੜੇ ਸੀ, ਤੜਕੇ ਮੇਰੀ ਗੱਲ ਵੀ ਹੋਈ ਹੈ, ਠੀਕ ਆ। ਤੁਸੀਂ ਪਹਿਲਾਂ ਨੌਜਵਾਨ ਆਪ ਤੁਰੇ ਹੋ, ਅਤੇ ਬਾਕੀ ਜਥੇਬੰਦੀਆਂ ਵੱਲੋਂ ਤੁਹਾਨੂੰ ਕੀ ਸਪੋਰਟ ਆ ਰਹੀ ਆ? ਮੇਰੀ ਗੱਲ ਹੋਈ ਸੀ ਖੁਦ ਭਾਰਤੀ ਕਿਸਾਨ ਜੀ ਨੇ ਕ੍ਰਾਂਤੀਕਾਰੀ ਰਤਨ ਦੀ ਹੋਈ ਆ, ਉਹਨਾਂ ਨੇ ਆਪਦਾ ਜ਼ਰੂਰ ਨੁਮਾਇੰਦਾ ਭੇਜਿਆ, ਉਹ ਕਹਿੰਦੇ ਅੱਜ ਅਸੀਂ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹਾਂਗੇ, ਜਿਹਦੇ ਕਿ ਸੁਰਜੀਤ ਸਿੰਘ ਫੂਲ ਪ੍ਰਧਾਨ ਨੇ,
उन्होंने उन्हों का मैं लगता इतने नुमाइंदा भी आऊगा वो तेजे हक च खड़े आ कहते भी असं मुंडे ना क्योंकि जो पहला मीटिंग हुई सी जो किसान की पहला वड्डी पद्धर से मीटिंग उन्होंने कहा कि जेडे राह बेरी रहे राजस्थान तो लैके दिल्ली तक वो भन्ने जाएंगे पर जथेबंदियों ने पता नहीं इन्हें मन च की आया वो उत्थे ही बैठे रहे फिर तुहानू जिहड़ा नौजवानों नूं अगे आउणा पिया जबकि रिटर्न दे विच जिहड़े उत्थे बंदे बैठे मेरे कोल बयान भी पए उन्होंने जिहड़े उत्थे उत्थे भाषण दिंदे आ वी पंज बेरियर तोड़ के अगे वधिया जाऊगा 26 तरीक तक जबकि अज जिहड़ी जनवरी चढ़ गई अगला 2021 चढ़ गई वो नहीं चल पहुंचे की तुहाडा उन्होंने प्रति रवैया की है जां जिहड़े तुहाडे अज हक दे विच आ उन्हां प्रति की रवैया ते तुसीं जथेबंदियों नूं की अपील करोगे वी तुहाडे वास्ते की कीता जाऊगा। सुनो पहलां तां असीं उन्हां दे सब तों ज़्यादा तां असीं शुक्रिया अदा करदे आ उन्हां दा असी पंजाब दा हरियाणे दा सारयां दा शुक्रिया अदा करदे हां वो जथेबंदियों दा शुक्रिया अदा करदे हां उन्हां दा संयम दा शुक्रिया अदा करदे हां क्योंकि जिहड़ा प्रोटेस्ट उन्होंने चलाया पंजाब च सब तो उस तो बाद मैं अगर देखो मैं सारयां दी गल नहीं कह सकदा क्योंकि अलग अलग बंदियां दे अलग अलग विचार है पर मैं जिथों प्रभावित होया देखो मैं 2 महीने टीवी ते देखिया पंजाब दे विच अंदोलन चल रहा सीगा ठीक है वाहिगुरू मेरे रेस्टोरेंट आ जयपुर के मैं उस ना जुड़िया बाकी किसानी मेरी मेरे साड़ी जमीन जी है गंगानगर जिले के पदमपुर के साड़ी पदमपुर तहसील पैंती है उत्थे है तो असं एक गल कहना चाहना जिहड़ा मेरा अंदरला जिहड़ा इत्थों आह जागया ये 26 तरीक नूं जिदन गुरु नानक सिंह चडूनी ने बैरियर तोड़ के जिदन पहले दिन वधन की वो की उदन मैनू ऐ लग्या भी यार तू सुता है जाग तेनू जाना चाहिए मैं अगर प्रभावित होया तो उस गल तो प्रभावित होकर रोड से आया तो मैं 11 तरीक न वाहगुरु घरों निकलिया मैं एवं नहीं कहता भी मैं 26 तरीक न निकल गया मैं झूठ नहीं बोलता 11 तरीक न निकलिया उदन का वाहगुरु मैं इतें ही हाँ पहला असी एक दिन मैं क्योंकि 12 तरीक की कॉल सी जथेबंदियों की आ रोड ब्लॉक करन दी ते 11 तरीक न असी शाम को असी निकले सके जयपुर तो जिवें निकले असी अगे गए गुरुग्राम तक गए कोई उत्थे सानू रोक टोक या इधर कुछ नहीं सीगा उदन क्रांति नहीं जागी सी फिर मैं 12 तरीक न टिकरी बॉर्डर गया 13 तरीक नूं जदों मैं वापस जा रहा सी शाहजहाँपुर बॉर्डर ते उत्थे 30 बंदयां ने एक टेंट ला के उत्थे कीता होया सी उत्थे काफ़ी सारी फोर्स सी आपां गड्डी रोकी आपां उत्थे बैठ गए उस दिन तो उत्थे संघर्ष चल रहा सीगा उस तों बाद साडा काफला वधिया साडियां सारियां जथेबंदियां आईयां। मैं एक होर चीज़ कह देना चाहुंदा आं भी किसे दिल दे विच किसे दिमाग दे विच कोई चीज़ ये होवे भी असीं अलग आ असीं बिल्कुल अलग नहीं असीं सारे इकट्ठे आ साडी एकता आ एकता दे विच ही जित आ असी जिहड़े भरा साडे हुण भी पिछे बैठे आ उन्हां नूं अगे भी गुजारिश करदे हाँ हथ जोड़ के बेनती करदे हाँ अपील करदे हाँ कि वाहिगुरू तुसीं अगे आओ आपां मिल के ये हम जितीए और जथेबंदियों नूं असीं ये अपील करदे हाँ कि तुसीं जिहड़ी जंग दा ऐलान कीता सीगा उहदे ते पहरा दिंदिआं होइआं असीं तुरे हाँ ते साडा मकसद जिहड़ा मकसद तुहाडा उही राजस्थान दा आ राजस्थान दा जिहड़ा भी किसान है जिहड़े भी भरा आ उह लास्ट टाइम तक और मैं ये कहना आ ਜਿੰਨੇ ਵੀ ਬਾਰਡਰ 'ਤੇ ਬੈਰੀਗੇਡਸ ਤੋੜੇ ਗਏ ਜਾਂ ਕਿੱਦਾਂ ਮੈਂ ਇਹ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਸਭ ਤੋਂ ਜ਼ਿਆਦਾ ਅਗਰ ਕਿਤੇ ਅਥਰੂ ਗੈਸ ਦੇ ਗੋਲੇ ਜਾਂ ਅਟੈਕ ਜਾਂ ਤਸ਼ੱਦਦ ਨਾਲ ਲੱਗੇ ਮੈਂ ਕਹਿੰਦਾ ਵੀ ਇਹਨਾਂ ਨੇ ਮਿੰਨੀ ਬੰਬ ਚਲਾਏ ਜਾਂ ਕੁਛ ਵੀ ਕੀਤਾ ਉਹ ਰਾਜਸਥਾਨ ਦਾ ਕਿਸਾਨ ਚੱਲ ਰਿਹਾ ਅਤੇ ਰਾਜਸਥਾਨ ਦਾ ਕਿਸਾਨ ਤੁਹਾਨੂੰ ਇਹ ਕਹਿਤਾ ਆ ਉਹਨਾਂ ਨੂੰ ਚੱਲਿਆ ਜ਼ਰੂਰ ਲੇਟ ਹੈ ਪਰ ਵਾਹਿਗੁਰੂ ਹੁਣ ਫਤਿਹ ਕਰਾ ਕੇ ਨਿਕਲਾਂਗੇ ਘਰੇ ਜਾਵਾਂਗੇ ਇਹ ਕਾਫਲਾ ਵੱਧਦਾ ਜਾਊਗਾ ਰਾਜਸਥਾਨ ਦਾ ਹਰ ਇੱਕ ਬੰਦਾ ਇੱਥੇ ਪਹੁੰਚੂਗਾ ਅਸੀਂ ਹਰਿਆਣੇ ਵਾਲੇ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਸਾਡੇ ਨਾਲ ਇੱਥੇ ਆਓ ਆਪਣਾ ਬਲ ਵਧੇ ਜਿਹੜਾ ਹਰਿਆਣਾ ਸਰਕਾਰ ਆ ਉਹ 'ਤੇ ਵੀ ਪ੍ਰੈਸ਼ਰ ਵਧੇ ਅਤੇ ਹਰਿਆਣਾ ਦੇ ਵੱਧ ਤੋਂ ਵੱਧ ਬੰਦੇ ਸਾਡੇ ਕੋਲ ਇੱਥੇ ਹੋਣ ਅਤੇ ਆਪਾਂ ਸ਼ਾਂਤੀਪ੍ਰਿਯ ਤਰੀਕੇ ਨਾਲ ਜਿਵੇਂ ਆਪਾਂ ਪਹਿਲਾਂ ਅੰਦੋਲਨ ਨੂੰ ਲੈ ਕੇ ਚੱਲ ਰਹੇ ਹਾਂ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਕੋਈ ਰੋਡ ਬਲੌਕ ਨਹੀਂ ਕਰਦੇ ਰੋਡ ਬਲੌਕ ਕਰਨ ਦਾ ਸਾਡਾ ਮਕਸਦ ਹੀ ਹੈ ਨਹੀਂ ਸਾਡਾ ਮਕਸਦ ਤਾਂ ਦਿੱਲੀ ਜਾਣਾ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਜਿਵੇਂ ਸਾਡੇ ਭਰਾ ਦੂਜੇ ਉੱਥੇ ਬੈਠੇ ਆ ਉਵੇਂ ਸਾਨੂੰ ਵੀ ਜਾਣ ਦਿਓ ਸਾਨੂੰ ਆਪਦੀ ਗੱਲ ਰੱਖਣ ਦਾ ਹੱਕ ਹੈ ਸੁਪਰੀਮ ਕੋਰਟ ਨੇ ਵੀ ਸਾਨੂੰ ਉਹ ਹੱਕ ਦਿੱਤਾ ਅਤੇ ਤੁਸੀਂ ਕਿਉਂ ਨਹੀਂ ਦੇ ਰਹੇ ਉਹਦਾ ਰੀਜ਼ਨ ਦੱਸ ਦਿਓ ਵੀ ਸਾਨੂੰ ਕਿਉਂ ਜੇ ਕੋਈ ਵੀਜ਼ਾ ਲੈਣ ਦਾ ਪ੍ਰੋਵੀਜ਼ਨ ਆ ਠੀਕ ਹੈ ਵੀ ਆਧਾਰ ਕਾਰਡ ਦਾ ਕੰਮ ਨਹੀਂ ਚੱਲਦਾ ਆਧਾਰ ਕਾਰਡ ਨੂੰ ਇਹ ਆਈਡੀ ਨਹੀਂ ਮੰਨਦੇ ਆਈਡੈਂਟੀ ਨਹੀਂ ਮੰਨਦੇਗੇ ਠੀਕ ਹੈ ਜਿਵੇਂ ਹੁਣ ਮੰਨ ਲਓ ਆਪਾਂ ਕਿਸੇ ਵੀ ਕੰਟਰੀ ਜਾਣਾ ਹੁੰਦਾ ਤਾਂ ਪਾਸਪੋਰਟ ਆਈਡੈਂਟੀ ਆਪਣੀ ਇੱਕ ਆਪਾਂ ਪਾਸਪੋਰਟ ਦੇ ਥਰੂ ਜਾ ਸਕਦੇ ਹਾਂ ਬਿਲਕੁਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਪਾਸਪੋਰਟ ਦੇ ਥਰੂ ਅਸੀਂ ਨਹੀਂ ਪਾਸਪੋਰਟ ਨਹੀਂ ਤਾਂ ਆਧਾਰ ਕਾਰਡ ਨਹੀਂ ਚੱਲਦਾ ਅਤੇ ਜੇ ਕੋਈ ਇਹਨਾਂ ਨੇ ਨਵੀਂ ਗਾਈਡਲਾਈਨ ਸ਼ੁਰੂ ਕੀਤੀ ਆ ਸਾਨੂੰ ਦੱਸੋ ਅਸੀਂ ਉਹ ਆਈਡੀਆਂ ਬਣਾ ਕੇ ਆ ਜਾਂਦੇ ਹਾਂ ਸਾਨੂੰ ਦਿੱਲੀ ਜਾਣ ਦਿਓ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸੋ ਇਹ ਜਿਹੜੇ ਹੈਗੇ ਸੀਗੇ ਭਰਾ ਜਿਹਦੇ ਖੁਦ ਦਾ ਚੱਲਿਆ ਵੀ ਨਹੀਂ ਜਾਂਦਾ ਪੈਰ 'ਤੇ ਸੱਟ ਸੀ ਫ੍ਰੈਕਚਰ ਵੀ ਤੋੜਤਾ ਜਿਹੜਾ ਹੈਗਾ ਉਦੋਂ ਬਾਅਦ ਇਹ ਤੁਹਾਨੂੰ ਜਿਹੜਾ ਹੈਗਾ ਸਾਰਾ ਕੁਝ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸਦਿਆਂ ਕਈ ਬੰਦੇ ਭਰਾ ਕਮੈਂਟ ਕਰਦੇ ਆ ਜਿਹੜੇ ਬੰਦੇ ਖਾਸ ਕਰਕੇ ਫੇਸਬੁੱਕ 'ਤੇ ਬਹੁਤ ਵੱਟ ਕੱਢਦੇ ਆ ਠੀਕ ਹੈ ਉਹ ਵੀ ਇੱਥੇ ਨਹੀਂ ਪਹੁੰਚੇ ਮੈਂ ਤੁਹਾਨੂੰ ਦੱਸਾਂ ਮੋਟੇ ਤੌਰ 'ਤੇ ਠੀਕ ਹੈ
ਜਿਹੜੇ ਆਪਾਂ ਕਹਿ ਸਕਦੇ ਫੇਸਬੁੱਕ ਦੇ ਹੀਰੋ ਕਹਿ ਸਕਦੇ ਹਾਂ, ਠੀਕ ਹੈ, ਉਹਨਾਂ ਨੂੰ ਵੀ ਦਿੰਦਾ ਹੀ ਹੈ, ਠੀਕ ਹੈ। ਕੋਈ ਅਸੀਂ ਉਹਨਾਂ ਨੂੰ ਕਾਲ ਕਰਕੇ ਤਾਂ ਹੁਣ ਬੁਲਾ ਨਹੀਂ ਸਕਦਾ ਵੀ ਗੁਰਪ੍ਰੀਤ ਸਪੈਸ਼ਲ ਕਾਲ ਕਰੇ ਫਲਾਣੇ ਬੰਦੇ ਨੂੰ। ਆ ਗਿਆ ਇੱਕ ਮਿੰਟ, ਹਾਂਜੀ ਭਾਈ, ਆਹ ਤੁਸੀਂ ਦੇਖ ਸਕਦੇ ਹੋ, ਇਹ ਜਿਹੜੇ ਹੈਗੇ ਆ ਰਾਤ ਗੋਲੇ ਸਿੱਟੇ ਗਏ ਆ, ਦਿਖਾਈ ਮਾੜਾ ਇਹਨੂੰ ਹੱਥ ਲਾ ਕੇ ਤਾਂ ਆਹ ਦੇਖ ਲਓ, ਇਹ ਇਹਦੇ ਨਾਲ ਮੂੰਹ ਮੱਚਦਾ, ਇਹਦੇ ਨਾਲ ਕਿਹੜੀ ਪ੍ਰੀਮੀਅਰ ਫੈਕਟਰੀ ਵਿਲੇਜ ਪਤਾ ਨੀ ਪੈਦੋਕੋਰ ਅਪਰ ਨਗਲਾਉਂਡ ਆਂਧਰਾ ਪ੍ਰਦੇਸ਼ ਦੇ ਵਿੱਚ ਬਣਿਆ ਇਹ, ਠੀਕ ਹੈ। ਪ੍ਰੈਸ ਦੀ ਲੈਵਲ ਐਂਡ ਹੋਲਡ ਰਿਮੂਵ ਦੀ ਸੇਫਟੀ ਪਿੰਨ ਥਰੂ ਦੀ ਡਿਜ਼ਾਇਰਡ ਪਲੇਸ, ਕਹਿੰਦੇ ਵੀ ਪਹਿਲਾਂ ਤਾਂ ਇਹਦੀ ਡੇਟ ਦੇਖੀ, ਇਹਦੀ ਪਿੱਛੇ ਐਕਸਪਾਇਰ ਐਕਸਪਾਇਰ ਵਾਲ ਤਾਂ ਬਥੇਰੇ ਦੇਖੇ ਆ ਆਪਣੇ ਕੋਲ, ਵਾਧੂ ਪਏ ਆ, ਐਕਸਪਾਇਰ ਡੇਟ ਇਹਨਾਂ ਦੇ ਹੈ ਨਹੀਂ। ਇੱਧਰੋਂ ਦੇਖੋ ਇਸ ਤਰ੍ਹਾਂ ਦੇ ਗੋਲੇ ਜਿਹੜੇ ਦਾਗੇ ਗਏ ਆ ਰਾਤ, ਠੀਕ ਹੈ। ਜਿਹੜਾ ਵਿੱਚੋਂ ਮਾੜਾ ਦਿਖਾਈ ਉਹਨਾਂ ਹੋਲ 'ਚ ਦਿਖਾ ਦੇਗੇ, ਜਿਹਨਾਂ ਨੇ ਨਹੀਂ ਦਰਸ਼ਨ ਕੀਤੇ, ਇਹੋ ਜਿਹੇ ਉੱਤੇ ਜਿਹੜੇ ਹੈਗੇ ਚਲਾਏ ਆ ਇਹਨਾਂ ਨੇ ਚਲਾਏ ਆ, ਸਾਹਮਣੇ ਦੇਖ ਲਓ ਆਹ ਖੜੇ ਆ, ਅਤੇ ਅੱਜ ਵੀ ਘਾਤੇ ਜਿਹੜਾ ਹੈਗਾ ਬਸ ਕਦੋਂ ਵੀ ਚਲਾ ਸਕਦੇ ਆ। ਪਰ ਮੈਂ ਹੁਣ ਤੁਹਾਨੂੰ ਜਿਹੜਾ ਹੈਗਾ ਲਾਈਵ ਕਰਨ ਦਾ ਕਾਰਨ ਇਹ ਸੀਗਾ ਵੀ ਕਿ ਜਿਹੜਾ ਹੈਗਾ ਮੀਡੀਆ ਉਹਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਦਿਖਾਇਆ ਜਾ ਸਕੇ, ਅਤੇ ਕਈ ਬੰਦੇ ਜਿਹੜਾ ਹੈਗਾ ਨਾਮ ਲੈ ਕੇ ਕਮੈਂਟ ਕਰਦੇ ਆ ਫਲਾਣੇ ਨੂੰ ਬੁਲਾਓ ਫਲਾਣੇ ਨੂੰ ਕਰਾਓ, ਯਾਰ ਉਹਨਾਂ ਦੇ ਕਿਹੜਾ ਅੱਖਾਂ ਨਹੀਂ ਦਿੰਦਾ ਨੀਗਾ ਵੀ ਕੀ ਹੋਈ ਜਾਂਦਾ। ਹੁਣ ਸਾਰਿਆਂ ਨੂੰ ਸੱਦੇ ਪਾਵਾਂਗੇ ਅਸੀਂ, ਕਿਹੜਾ ਵਿਆਹ ਤਰਿਆ ਇੱਥੇ ਹੈ ਨਹੀਂ, ਇਹ ਯਾਰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਐਵੇਂ ਵਾਧੂ ਦਾ ਕਿਸੇ ਭਗਤ ਨਾ ਬਣੋ, ਦੇਖਿਆ ਕਰੋ ਕਿਹੜਾ ਬੰਦਾ ਕਿੱਥੇ ਕਰਦਾ। ਆਹ ਪਏ ਆ ਆ ਜਿਹੜੇ ਹੈਗੇ ਗੋਲੇ ਸਿੱਟੇ ਆ ਰਾਤ ਦੇ, ਬਿਲਕੁਲ ਬਿਲਕੁਲ ਠੀਕ ਹੈ, ਨਾਲੇ ਪਤਾ ਲੱਗ ਜੂ ਤੁਹਾਨੂੰ ਸਾਰਿਆਂ ਨੂੰ ਵੀ ਕਿਹੜਾ ਬੰਦਾ ਖੜਦਾ ਤੇ ਕਿਹੜਾ ਬੰਦਾ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਐਵੇਂ ਹੀ ਹੈ ਫਾਲਤੂ ਤੁਰੇ ਪਿਆ। ਹੁਣ ਕਹਾਂ ਇੱਕ ਮੀਡੀਆ ਹੋਰ ਆਇਆ, ਆਹ ਵੀ ਦਿਖਾ ਦੇਣਾ ਵੀ ਆਪਾਂ ਤਾਰੀਫ ਤਾਂ ਉਹਨਾਂ ਦੀ ਕਰਾਂਗੇ ਜਿਹੜੇ ਆਏ ਆ। ਇਹ ਕਿਹੜਾ ਨਿਊਜ਼ ਨੇਸ਼ਨ ਆ ਤੇ ਨਿਊਜ਼ ਇੰਡੀਆ, ਨਿਊਜ਼ ਇੰਡੀਆ, ਸੋ ਨਿਊਜ਼ ਇੰਡੀਆ ਵਾਲੇ ਆਇਆ ਧੰਨਵਾਦ ਆ, ਅਤੇ ਬਾਕੀਆਂ ਦਾ ਮੈਂ ਨਾਂ ਲਾਈ ਦਿੱਤਾ ਸੀਗਾ। ਹੋਰ ਜਿਹੜੇ ਹੈਗੇ ਆ ਜਾਓ ਯਾਰ, ਆਹ ਜਨਤਾ ਟੀ ਵੀ ਮੈਂ ਕਹਿਤਾ ਸੀਗਾ ਜੀ ਪਹਿਲਾਂ, ਸੋ ਜਿਹੜੇ ਆ ਸਕਦੇ ਆ ਆਓ, ਠੀਕ ਹੈ। ਅੱਜ ਦੀ ਕੀ ਸਟ੍ਰੈਟਜੀ ਆ, ਅਮਨ ਗੋਇਲ ਦਿਖਾਉਣੇ ਆ ਸਾਰਾ ਕੁਝ, ਸੋ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਫੇਸਬੁੱਕ ਦੇ ਉੱਤੇ ਬਹੁਤ ਝੰਗੜਾ ਮਾਰਦੇ ਆ, ਠੀਕ ਹੈ, ਆ ਕੇ ਮੋਰਚੇ ਦੇ ਆਓ, ਫਿਰ ਹੁਣ ਲੱਗੂ ਪਤਾ ਪਤੰਦਰਾਂ ਨਾਲ, ਜਦੋਂ ਟੱਪੋ ਨਾ ਮਾੜਾ ਜਿਹਾ, ਠੀਕ ਹੈ। ਛਾਲਾਂ ਉਹ ਗੱਲ ਆ ਵੀ ਕਹਿੰਦਾ ਸ਼ੇਰਾਂ ਦੀਆਂ ਮਾਰਾਂ 'ਤੇ ਅੱਜ ਗਿੱਦੜ ਕਰਨ ਕਲੋਲਾਂ ਵਾਲਾ ਕੰਮ ਹੁੰਦਾ, ਬਾਅਦ ਵੱਡੀ ਵੱਡੀ ਢੇਰੀ ਮੇਰੀ ਬਾਂਦਰਾਂ ਵਾਲਾ ਕੰਮ ਕਰਦੇ ਆ, ਠੀਕ ਹੈ। ਆਪਣੇ ਤਾਂ ਗੱਲਾਂ ਸਿੱਧੀਆਂ, ਚਾਹੇ ਮੈਨੂੰ ਕਰੋ ਲਾਈਕ ਨਾ ਕਰੋ, ਸਿੱਧਾ ਹਿਸਾਬ ਹੈ ਸਾਨੂੰ, ਬਿਲਕੁਲ ਸਾਨੂੰ ਨਹੀਂ ਕੁਛ, ਬਿਲਕੁਲ ਆਹ ਜਿਹੜਾ ਲਾਈਵ ਆ ਮੀਡੀਆ ਵਾਸਤੇ ਆ, ਜਿਹੜਾ ਮੀਡੀਆ ਨਾ ਆਊਗਾ ਆਪਾਂ ਤਾਂ ਦੱਬ ਕੇ ਬਾਈ ਵਿਰੋਧ ਕਰਾਂਗੇ ਦੱਬ ਕੇ, ਕੋਈ ਚੱਕਰ ਨਹੀਂ, ਮੈਨੂੰ ਚਾਹੇ ਬਦਨਾਮ ਕਰੀ ਜਾਣ ਬਾਅਦ ਦੇ ਵਿੱਚ। ਹਾਂਜੀ ਹਾਂਜੀ, ਐਕਸਪਾਇਰ ਵਾਲੇ ਹੈਗੇ ਆ, ਇਹਦੇ ਉੱਤੇ ਮੂੰਹ ਤੇ ਬਹੁਤ ਰਾਤ ਬੜਾ ਲਾਲ ਹੋਇਆ ਪਿਆ ਸੀਗਾ, ਇਹਨਾਂ ਤਾਂ ਇਹ ਵਿਆਹ ਵਾਲੇ ਲਾਲ ਹੋਇਆ ਸੀ ਜਿੰਨਾ ਲਾਲ ਗੱਲਾਂ ਰਾਜ ਸਿੰਘ ਆ, ਹੁਣ ਠੀਕ ਹੈ ਸਕਿਨ ਸਹੀ ਹੈ, ਚਾਲ ਕੋਈ ਚੱਕਰ ਨਹੀਂ। ਸੋ ਦੇਖ ਸਕਦੇ ਹੋ ਲੋਕਾਂ ਦੀ ਸਕਿਨ ਦੇ ਇਫੈਕਟ ਆਉਣ ਵਾਲੇ ਟਾਈਮਾਂ 'ਚ ਪਤਾ ਲੱਗਣਾ, ਅਤੇ ਆਹੀ ਬੰਦੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ, ਹੈ ਗੈਸ ਬਹੁਤ ਚੜੀ ਹੈ ਬਿਲਕੁਲ, ਛਾਤੀ 'ਚ ਦਿੱਕਤ ਆਈ ਹੈ, ਸੋ ਛਾਤੀ 'ਚ ਦੇਖ ਇੱਧਰ ਦੇਖੋ ਆਹ ਗੋਲਾ, ਕਈਆਂ ਨੂੰ ਲੱਗਦਾ ਹੋਣਾ ਗੁਰਪ੍ਰੀਤ ਝੂਠ ਮਾਰਦਾ, ਮੈਨੂੰ ਫੜ ਲੈਂਦੇ ਇੱਕ ਮਿੰਟ ਛੱਡ ਦੇ, ਆਹ ਗੋਲਾ ਦੱਸੋ ਬਈ ਕਦੋਂ ਬਣਿਆ ਸੀਗਾ, ਜਨਵਰੀ 2017 'ਚ, ਅਤੇ ਐਕਸਪਾਇਰੀ ਡੇਟ ਹੈ ਜਨਵਰੀ 2020, ਤੁਸੀਂ 2000 ਇਹ 20 ਆ ਕੁਦਰਤੀ ਵਾਲਾ, 19 ਵਾਲੇ 17 ਵਾਲੇ ਵੀ ਦੇ ਗਏ ਆ। ਆਹ ਦੇਖੋ ਜਿਹੜੇ ਹੈਗੇ ਆ 15 ਜਿਹੜਾ ਹੈਗਾ ਡਿਸਚਾਰਜ ਸਟਾਰਟ ਮਿਰਚ ਹੱਥ ਗੋਲਾ, ਆਹ ਦੇਖੋ ਘਰੇ ਦਾਲ 'ਚ ਪਾਉਣ ਨੂੰ ਮਿਰਚਾਂ ਨਹੀਂ ਰਹਿਣੀਆਂ, ਸਿੱਟੀ ਤਾਂ ਜਾਂਦੇ ਹੋ ਮੈਂ ਤੁਹਾਨੂੰ ਦੱਸਦਾ ਹੁਣ ਅੰਬਾਨੀਆਂ ਦੇ ਪਿੱਛੇ ਲੱਗ ਲੱਗ ਕੇ, ਠੀਕ ਹੈ। ਉਹ ਵੀ ਆਇਆ ਕਰਨਾ 600 ਰੁਪਏ ਕਿਲੋ ਵਾਲੀ ਗੋਭੀ ਦੇਖੀ ਹੋਣੀ ਆ ਤੁਸੀਂ, ਠੀਕ ਹੈ। ਅਤੇ ਅੱਜ ਤਾਂ ਮਿਰਚਾਂ ਵਾਲੇ ਹੱਥ ਗੋਲੇ ਸਿੱਟ ਕੇ ਆਪਾਂ ਕਹਿੰਦੇ ਆ ਬੜਾ ਵਧੀਆ ਹੋ ਗਿਆ, ਅਤੇ ਕੱਲ੍ਹ ਨੂੰ ਜਿਹੜਾ ਮਿਰਚਾਂ ਜੋਗੇ ਪੈਸੇ ਨਹੀਂ ਰਿਹਾ ਕਰਨੇ, ਯਾਦ ਰੱਖੋ ਸਿੱਟਣ ਵਾਲਿਓ ਵੀ ਅਤੇ ਸਟਾਉਣ ਵਾਲਿਓ ਵੀ, ਜਿਹੜਾ ਹੈਗਾ ਦੇਖ ਦੇਣੀ ਆ ਮੋਦੀ ਦਾ ਵਿੱਚ ਭਾਇਆ ਵਿਆ। ਆਹ ਹੱਥ ਗੋਲਾ ਮਿਰਚ ਹੱਥ ਗੋਲਾ ਤੁਸੀਂ ਦੇਖ ਸਕਦੇ ਹੋ, ਚਿੱਲੀ ਪਤਾ ਨਹੀਂ ਕਿਹੜਾ ਚਿੱਲੀ ਗ੍ਰਨੇਡ ਬੋਲਦੇ ਆ, ਟੀਆਰ ਸਮੋਕ ਐਂਟੀ ਰਾਇਟ, ਠੀਕ ਆ, ਪਤਾ ਨਹੀਂ ਅਸੀਂ ਆਹ ਦੇਖ ਸਕਦੇ ਹੋ ਇੱਧਰਲੇ ਪਾਸੇ ਆਹ, ਠੀਕ ਹੈ। ਸੋ ਆਹ ਇਹੋ ਜਿਹੇ ਗੋਲੇ ਸਿੱਟ ਸਿੱਟ ਕੇ ਪਤੰਦਰਾਂ ਨੇ ਆਪਦੇ, ਮੈਂ ਕਹਿਣਾ ਜਿਹੜੇ ਪੁਰਾਣੇ ਪੁਰੂਣੇ ਸੀਗੇ, ਠੀਕ ਆ, ਆਹ ਪਤਾ ਨਹੀਂ ਕੀ ਪਤਾ ਨਹੀਂ ਕਿਹੜਾ ਪ੍ਰੂਫਰ ਬੈ, ਆਹ ਸਾਨੂੰ ਤਾਂ ਦਰਸ਼ਨ ਹੋਈ ਜਾਂਦੇ, ਤੁਸੀਂ ਵੀ ਕਰ ਲਓ ਉਹ ਭਰਾਵੋ ਸ਼ੇਅਰ ਕਰ ਲਓ ਦੱਬ ਕੇ, ਮੈਂ ਤੁਹਾਨੂੰ ਬੇਨਤੀ ਕਰਦਾ ਮੀਡੀਆ ਵਾਲਿਆਂ ਨੂੰ ਬੇਨਤੀ ਆ, ਖਾਸ ਕਰਕੇ ਪੰਜਾਬ ਵਾਲਿਆਂ ਨੂੰ ਵੀ ਉਹ ਛੱਡ ਦਿਓ ਸਟੇਜਾਂ ਤੋਂ, ਕੈਮਰੇ ਲਾ ਕੇ ਇੱਧਰ ਆ ਜਾਓ, ਠੀਕ ਆ, ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਸਾਰੇ ਦਿਖਾਓ ਤਾਂ ਕਿ ਤੁਹਾਨੂੰ ਪਤਾ ਲੱਗੇ, ਅਤੇ ਵੱਧ ਤੋਂ ਵੱਧ ਇਹ ਪੇਜ ਨੂੰ ਫੋਲੋ ਕਰੋ ਜੇ ਤੁਸੀਂ ਸਿੱਧਾ ਲਾਈਵ ਦੇਖਣਾ ਚਾਹੁੰਦਾ ਗੁਰਪ੍ਰੀਤ ਕੋਟਲੀ ਪੇਜ 'ਤੇ, ਸਭ ਤੋਂ ਵੱਧ ਲਾਈਵ ਫੋਲੋ ਕਰੋ ਯੂਟਿਊਬ 'ਤੇ ਫੋਲੋ ਕਰੋ, ਆਹ ਦੇਖੋ ਕਈ ਵੋਟਾਂ ਦਾ ਰਾਜ ਆ,
ਅੰਕਲ ਇਹ ਕੀ ਮਾਰਿਆ ਤੇ ਤੁਹਾਡੇ ਇਹਨਾਂ ਨੇ ਆਹ ਗੋਲੇ ਸਿੱਧੇ ਮਾਰਿਆ ਆਹ ਦੇਖ ਲੋ ਆਹ ਇੱਕ ਇੱਥੇ ਇੱਕ ਪੱਟ ਤੇ ਮਾਰਿਆ ਦਿਖਾਈ ਅੰਕਲ ਯਾਰ ਕੋਈ ਨੀ ਉਹਨਾਂ ਦੇ ਪੱਟਿਆਂ ਕਰ ਆਹ ਦੇਖੋ ਆਹ ਪੱਟ ਆਹ ਦੇਖ ਸਕਦੇ ਹੋ ਇਹ ਹਾਲ ਹੋਇਆ ਠੀਕ ਆ ਸਾਰੀ ਰਾਤ ਇਹ ਸਰਚ ਲਾਈਟ ਲੱਗੀ ਰਹੀ ਹੈ ਠੀਕ ਹੈ ਤੇ ਦਿਖਾਉਂਦੇ ਰਹੇ ਆ ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਇਹ ਕੋਈ ਕਿਸਾਨਾਂ ਨੇ ਜਾਮ ਨਹੀਂ ਲਾਇਆ ਸਰਕਾਰੀ ਜਾਮ ਆ ਖੁਦ ਜਿਹੜਾ ਹੈਗਾ ਪ੍ਰਸ਼ਾਸਨ ਨੇ ਲਾਇਆ ਆਹ ਦੇਖ ਸਕਦੇ ਹੋ ਮੂਹਰੇ ਪੱਥਰ ਸਿੱਟਿਆ ਉਹਦੇ ਪਿੱਛੇ ਕੰਟੇਨਰ ਹੈ ਠੀਕ ਹੈ ਦੱਬ ਕੇ ਜਿਹੜਾ ਹੈਗਾ ਤੁਹਾਨੂੰ ਮੈਂ ਗਾਂਹ ਜਾ ਕੇ ਦਿਖਾ ਦਿੰਦਾ ਸੋ ਲਗਾਤਾਰ ਜਿਹੜਾ ਇਹਨਾਂ ਟਰੱਕਾਂ ਦੀ ਹਵਾ ਕੱਢੀ ਗਈ ਆਹ ਦੇਖ ਲਓ ਜਿਹੜਾ ਹੈਗਾ ਟਾਇਰਾਂ ਦੇ ਹਾਲ ਹੈ ਕਿਸੇ ਦੀ ਜੋੜੀ ਮਰ ਗਈ ਗਰੀਬ ਨੂੰ ਤਾਂ ਕੁਛ ਨਹੀਂ ਮਿਲਣਾ ਠੀਕ ਹੈ ਅਤੇ ਭਾਈ ਵੀ ਸਾਡੇ ਕਨੀ ਦੇਖਦੇ ਆ ਕੱਲ੍ਹ ਦੇਖ ਲਓ ਮੈਂ ਵੀ ਤੁਹਾਨੂੰ ਦਿਖਾ ਦਿੰਦਾ ਸਾਰਿਆਂ ਨੂੰ ਅਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਜਾਮ ਹੈ ਸਰਕਾਰੀ ਜਾਮ ਲਾਇਆ ਹੋਇਆ ਠੀਕ ਹੈ ਇਹ ਸਰਕਾਰੀ ਜਾਮ ਹੀ ਆ ਹੋਰ ਕੀ ਕਹਾਂ ਕੰਟੇਨਰ ਬਿਨਾਂ ਉਹ ਤੋਂ ਮੰਨ ਕੇ ਆਪਦੀ ਰਾਜਧਾਨੀ ਦੇ ਵਿੱਚ ਬੰਦਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਮੋਦੀ ਚਾਹੇ ਕਰੋਨਾ ਦੇ ਵਿੱਚ ਰੈਲੀਆਂ ਕਰਜੇ ਚਾਹੇ ਲੱਖਾਂ ਦਾ ਬੰਦੇ ਦਾ ਕੋਈ ਨਹੀਂ ਹੁਣ ਇਹਨਾਂ ਨੂੰ ਕਰੋਨਾ ਯਾਦ ਆਉਂਦਾ ਆਹ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਸਰਕਾਰੀ ਜਾਮ ਆ ਜਾਓ ਕੋਈ ਨਹੀਂ ਪਿੱਛੇ ਆ ਜਾਓ ਇੱਕ ਵਾਰੀ ਕੋਈ ਨਹੀਂ ਮੁੜ ਕੇ ਇਹਨਾਂ ਨੇ ਕਹਿਣਾ ਮੀਡੀਆ ਵਾਲਾ ਬੰਦਾ ਲਿਆਇਆ ਸੀ ਆ ਜਾਓ ਚਲੋ ਚਲੋ ਸੋ ਤੁਸੀਂ ਦੇਖਦੇ ਹੋ ਨਾਲ ਦੀ ਨਾਲ ਸਾਰੇ ਭਰਾ ਖੜੇ ਹੈ ਅਤੇ ਪਿੱਛੇ ਬਾਪੂ ਚਲੋ ਕੋਈ ਨਹੀਂ ਪਿੱਛੇ ਚਲੋ ਕੋਈ ਨਹੀਂ ਬਾਅਦ 'ਚ ਕਰਦੇ ਆਪਾਂ ਗੱਲ ਠੀਕ ਹੈ ਸੋ ਇਹਨਾਂ ਟਰੱਕਾਂ ਵਾਲੇ ਚਾਹੁੰਦੇ ਅੱਗੇ ਜਾ ਕੇ ਅਸੀਂ ਟਰੱਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਹਾਲ ਹੈ ਅੱਜ ਜੈਪੁਰ ਦਿੱਲੀ ਬਾਰਡਰ ਦਾ ਮੇਰੀ ਵਾਰ ਵਾਰ ਅਪੀਲ ਹੈ ਅੱਛਾ ਚਾਬੀਆਂ ਲੈ ਕੇ ਕਾਗਜ਼ ਲੈ ਗਏ ਆਹ ਟਰੱਕਾਂ ਦੇ ਚਾਬੀਆਂ ਦੇ ਕਾਗਜ਼ ਆ ਜਿਹੜੇ ਸਾਰੇ ਸਾਰੇ ਜਿਹੜੇ ਪੁਲਿਸ ਕੋਲੇ ਹੈ ਫੌਜ ਕੋਲੇ ਹੈ ਇਹ ਖੱਟੜ ਕੋਲੇ ਆ ਮੋਦੀ ਕੋਲੇ ਹੈ ਬਿਲਕੁਲ ਲੰਗਰ ਅਸੀਂ ਛਕਾਇਆ ਉਹਨਾਂ ਨੂੰ ਚਾਹੇ ਸਾਨੂੰ ਮੈਂ ਕਹਾਂ ਰਾਤ ਦੀਆਂ ਰੋਟੀਆਂ ਵੀ ਨਸੀਬ ਹੋਗੀਆਂ ਮੈਂ ਵੀ ਚੌਲਾਂ ਤੇ ਹੀ ਚਲੀ ਜਾਂਦਾ ਮੈਂ ਤੁਹਾਨੂੰ ਕਹਿਣਾ ਇੱਕ ਸਾਰੇ ਜਣੇ 4000 ਬੰਦਾ ਦੇਖਦਾ ਇੱਕ ਦਾ ਇੱਕ ਪੋਸਟ ਬਣਾਓ ਵੀ ਮੀਡੀਆ ਵੱਧ ਤੋਂ ਵੱਧ ਜਿਹੜਾ ਹੈਗਾ ਦਿੱਲੀ ਜੈਪੁਰ ਬਾਰਡਰ ਤੇ ਪਹੁੰਚੇ ਜੇ ਤੁਸੀਂ 4000 ਜਾਣਾ ਜਿਹੜਾ ਹੁਣ ਦੇਖੀ ਜਾਂਦੇ ਹੋ ਇੰਨੇ ਵੀ ਪੋਸਟ ਪਾ ਦਿਓ ਨਾ ਤਾਂ ਉਹ ਲੱਖਾਂ ਲੋਕਾਂ ਤੱਕ ਜਾਣੀ ਹੈ ਇੱਕ ਉਹ ਤੇ ਲਿਖ ਲਓ ਵੀ ਮੀਡੀਆ ਜਿਹੜਾ ਦਿੱਲੀ ਜੈਪੁਰ ਬਾਰਡਰ ਤੇ ਪਹੁੰਚੇ ਕਿਉਂਕਿ ਇਦੋਂ ਬਾਅਦ ਅਸੀਂ ਅੱਧੇ ਘੰਟੇ ਘੁੰਟੇ ਬਾਅਦ ਜਦੋਂ ਚੱਲਣਗੇ ਕਿਸਾਨ ਉਹਨਾਂ ਨੂੰ ਕਵਰ ਕਰਨ ਵਾਸਤੇ ਆਉਣ ਠੀਕ ਹੈ ਬਿਨਾਂ ਕਵਰਿੰਗ ਤੋਂ ਬਿਨਾਂ ਜਿਹੜਾ ਖਤਮ ਹੋ ਜਾਂਦਾ ਇਹਨਾਂ ਕੋਲ ਕਵਰ ਫਾਇਰ ਬਹੁਤ ਹੈ ਇਹਨਾਂ ਨੇ ਹੱਥਾਂ ਦੇ ਵਿੱਚੋਂ ਹੱਥਾਂ ਤੋਂ ਗੋਲੇ ਨਾ ਡਿੱਗੇ ਤਾਂ ਮੁੜ ਕੇ ਆਹ ਜਿਹੜਾ ਆ ਦੀਦੀ ਆ 4 ਵਾਲੀ ਪਤਾ ਨਹੀਂ ਕੀ ਹੈ ਆਹ ਇਹਦੇ ਬਈ ਦੀ ਟਪਾਉਂਦਾ 10-10, 20-20 ਇਕੱਠੇ ਹੀ ਆਉਂਦੇ ਆ ਸੋ ਮੈਂ ਬੇਨਤੀ ਕਰਦਾ ਇੱਕ ਇਹ ਪੇਜ ਨੂੰ ਫੋਲੋ ਕਰ ਲਓ ਗੁਰਪ੍ਰੀਤ ਕੋਟਲੀ ਨੂੰ ਵੱਧ ਤੋਂ ਵੱਧ ਜੇ ਤੁਸੀਂ ਸਿੱਧਾ ਕਵਰ ਦੇਖਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਸਿੱਧਾ ਹੀ ਜੁੜ ਜਾਓ ਨਹੀਂ ਆਉਂਦਾ ਤਾਂ ਫਿਰ ਚੈਨਲ ਕੀ ਕਰਕੇ ਹੁਣ ਠੀਕ ਹੈ ਸੋ ਵੱਧ ਤੋਂ ਵੱਧ ਇਹ ਗੁਰਪ੍ਰੀਤ ਕੋਟਲੀ ਪੇਜ ਨੂੰ ਜਿਹੜਾ ਹੈਗਾ ਫੋਲੋ ਕਰ ਲਓ ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ 'ਤੇ ਇੰਸਟਾਗ੍ਰਾਮ 'ਤੇ ਉਦੋਂ ਬਿਨਾਂ ਜਿਹੜਾ ਹੈਗਾ ਸਾਡੀ ਕਿਸਾਨ ਏਕਤਾ ਵੈਬਸਾਈਟ ਆ ਉਹਦੇ ਉੱਤੇ ਅਤੇ ਮੈਂ ਫਿਰ ਤੋਂ ਬੇਨਤੀ ਕਰਦਾ ਜਿਹੜਾ ਹੈਗਾ ਕੁਝ ਕੁ ਚੈਨਲ ਹੈ ਜਿਹੜੇ ਇੱਥੇ ਪਹੁੰਚੇ ਆ ਮੈਂ ਉਹਨਾਂ ਦੇ ਦੁਬਾਰਾ ਨਾਂ ਦੱਸ ਦਿੰਦਾ ਕਿਉਂਕਿ ਇਹਨਾਂ ਦਾ ਹੌਸਲਾ ਵਧੇ ਵਿਚਾਰਿਆਂ ਦਾ ਠੀਕ ਹੈ ਇਹਨਾਂ ਦੇ ਵਿੱਚ ਆਪਾਂ ਕਹੀਏ RMB ਹੈਗਾ ਉਹ ਤੋਂ ਬਿਨਾਂ RMB ਚੈਨਲ ਉਹ ਤੋਂ ਬਿਨਾਂ ਦੈਨਿਕ ਸਵੇਰਾ ਪ੍ਰਾਈਮ ਏਸ਼ੀਆ ਅਤੇ ਆ ਦੈਨਿਕ ਸਵੇਰਾ ਹੀ ਆ ਨਾ ਇਹ ਆ ਦੋਨੇ ਜਾਣੇ ਠੀਕ ਹੈ ਇਹ ਪੰਜਾਬ ਦੇ ਬੰਦੇ ਪਹੁੰਚੇ ਅਤੇ ਬਾਕੀ ਖਾ ਕੇ ਲੰਗਰ ਮੈਨੂੰ ਲੱਗਦਾ ਉੱਥੇ ਪਤੰਦਰ ਲੰਗਰਾਂ ਦੀ ਕਰਾਈ ਜਾਂਦੇ ਆ ਲੈ ਵੀ ਉੱਥੇ ਕਹਿਣਗੇ ਕੰਬਲ ਵੰਡ ਤੇ ਜੀ ਫਲਾਣੇ ਨੇ ਵੀ ਭੈਣ ਨੇ ਉਹ ਕੰਬਲ ਤਾਂ ਘਰੇ ਸੀਗੇ ਰਜਾਂਗਾਂ 'ਚ ਸੌਂਦੇ ਸੀ ਕੰਬਲ ਲੈਣ ਥੋੜ੍ਹੇ ਆਏ ਆ ਇੱਥੇ ਹੱਕ ਲੈਣ ਆਏ ਆ ਸ਼ਰਮ ਨਹੀਂ ਆਉਂਦੀ ਜਦੋਂ ਕੰਬਲਾਂ ਦੀ ਵੀਡੀਓ ਬਣਾਈ ਜਾਣਗੇ ਉੱਥੇ ਫਿਰ ਵੜ ਜਾਣਗੇ ਐਵੇਂ ਟਰਾਲੀ 'ਚ ਇਹ ਦੇਖੋ ਬਦਾਮਾਂ ਦਾ ਲੰਗਰ ਵੀ ਕਦੇ ਭੁੱਖੜ ਸੀਗੇ ਹੈਂ ਇਹ ਸ਼ਰਮ ਆਉਣੀ ਚਾਹੀਦੀ ਆ ਯਾਰ ਇਹ ਸਟੋਰੀਆਂ ਹੁੰਦੀਆਂ ਫਿਰ ਉੱਥੇ ਜਾ ਕੇ ਇੱਕ ਕਈ ਦਾ ਇਹੋ ਜਿਹੇ ਪੇਜਾਂ ਨੇ ਘਰੇ ਰਜਾਂਗਾਂ 'ਚ ਪਏ ਜਿਹੜਾ ਉਈਂ ਬਸ ਬਣਾ ਬਣਾ ਕੇ ਤਾਂ ਉਹ ਯਾਰ ਸ਼ਰਮ ਆਉਣੀ ਚਾਹੀਦੀ ਆ ਜਿੱਥੇ ਕੰਮ ਦਾ ਕੰਮ ਆ ਉੱਥੇ ਆਉਂਦੇ ਨਹੀਂ ਤੁਸੀਂ ਆਹ ਦਿਖਾਈ ਆਹ ਦੇਖੋ ਵਿਚਾਰੇ ਦੇ ਗੋਲਾ ਵੱਜਿਆ ਵਿਚਾਰੇ ਭਰਾ ਦੇ ਆਹ ਦੇਖ ਲੈ ਆਹ ਕਿਉਂ ਨਹੀਂ ਦਿਖਾਉਂਦੇ ਉੱਥੇ ਜਾ ਕੇ ਤੁਸੀਂ ਦਿਖਾਈ ਇਹਨਾਂ ਕੰਬਲ ਵੀ ਕੰਬਲ ਵੰਡੀ ਜਾਂਦੇ ਆ ਆਹ ਭਰਾ ਦੇ ਜਿਹੜਾ ਹੈਗਾ ਫੇਰ ਵੀ ਖੁਸ਼ ਆ ਅੱਛਾ ਬੈਰੀਗੇਡ ਪਹਿਲਾਂ ਭੰਨੇ ਠੀਕ ਆ ਤੇ ਫਿਰ ਮੈਂ ਗੱਲਬਾਤ ਕਰਦਾ ਕਿਵੇਂ ਆਉਣ ਸਿਹਤ ਤੇਰੀ ਠੀਕ ਆ ਭਾਈ ਪੂਰੀ ਕਾਇਮ ਆ ਹਜੇ ਫੁੱਲ ਤਿਆਰ ਆ ਆਪਾਂ ਲੜਨ ਨੂੰ ਫੁੱਲ ਤਿਆਰ ਆ ਡੋਲ ਪੈ ਜੂ ਯਾਰ ਬਾਹਲਾ ਤੁਰਨ ਨਾਲ ਐਂ ਚ ਲੱਤ ਵੱਡੀ ਜਾਵੇ ਭਾਵਾਂ ਕੋਈ ਚੱਕਰ ਨਹੀਂ ਇਹਨਾਂ ਦੀ ਤਾਂ ਵੱਢਾਂਗੇ ਫਿਰ ਜੇ ਆਉਣ ਤਾਂ ਸਹੀ ਥੱਲੇ ਧੰਨਵਾਦ ਆ ਭਾਈ ਸਾਡੇ ਥੋੜੇ ਬੰਦੇ ਗਰਮਾ ਮੁੜ ਕੇ ਇਹ ਚੀਜ਼ ਇਹਨਾਂ ਨੇ ਨਾ ਕੱਟ ਕੱਟ ਕੇ ਪਾਈ ਜਾਣੀ ਆ ਮੈਂ ਤਾਂ ਨਹੀਂ ਬਾਹਲਾ ਕਰਦਾ ਬਾਈ ਨੂੰ ਕਿਉਂਕਿ ਦੁੱਖ ਬਹੁਤ ਹੈ ਇਹਨਾਂ ਨੂੰ ਸਾਨੂੰ ਲੰਗਰ ਖਵਾਇਆ 300 ਬੰਦੇ ਨੂੰ ਹੈ ਨਾ ਪਰਸੋਂ ਖਵਾਇਆ ਤੇ ਸਾਡੇ ਲੰਗਰ ਖਾ ਕੇ ਸਾਡੇ ਮਰੋ ਭੁੱਖੇ ਹੁਣ ਤੁਹਾਨੂੰ ਦਿੰਦੇ ਹੈ ਲੱਕੜਾਂ ਵੀ ਲੈ ਕੇ ਹੱਥ ਤੱਤੇ ਕਰ ਕਰਕੇ ਸਾਡੇ ਦੀ ਠੰਡੇ ਕੀਤੇ ਬਾਅਦ ਚ ਨਾ
ਆ ਦੇਖ ਲੋ ਆ ਆ ਆਹ ਜਿਹੜੇ ਹੈਗੇ ਆ ਬਾਈ ਬਾਹਲੇ ਨਾ ਚੱਕ ਨਾ ਮੁੜ ਕੇ ਹੱਥਾਂ ਨੂੰ ਨਾ ਹੱਥ ਆਣਾ ਹੁਣ ਰੱਖ ਦੇ ਸਿਰ ਤੇ ਕੋਈ ਨੀ ਆ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਬਸ ਸਿਰ ਦੇ ਕੋਈ ਨੀ ਹੱਥ ਧੋਲੋ ਥੱਲੇ ਹੱਥ ਅੱਖਾਂ ਔਖਾਂ ਨੂੰ ਨਾ ਲੱਗ ਜੇ ਸੋ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਬੇਨਤੀ ਆ ਵੀ ਸਾਰਿਆਂ ਨੂੰ ਪੇਜ ਨੂੰ ਫੋਲੋ ਕਰ ਲਓ ਅਸੀਂ ਇੱਥੋਂ ਚਲਾਉਣੇ ਹਾਂ ਠੀਕ ਆ ਬਸ ਮੀਟਿੰਗ ਹੋਈ ਜਾਂਦੀ ਹੈ ਕੁਝ ਟਾਈਮ ਬਾਅਦ ਇਹਨੂੰ ਅਸੀਂ ਖਿੱਚਦੇ ਹਾਂ ਜੇ ਨਾ ਲਾਈਵ ਹੋਇਆ ਕਈ ਵਾਰੀ ਫੇਸਬੁੱਕ ਚੱਕਦੇ ਨੇ ਇਹਨਾਂ ਨੇ ਤਾਂ ਮੈਂ ਯੂਟਿਊਬ 'ਤੇ ਹੈਗਾ ਗੁਰਪ੍ਰੀਤ ਕੋਟਲੀ ਉੱਥੇ ਆ ਜਾਓ ਗੁਰਪ੍ਰੀਤ ਕੋਟਲੀ ਅਫੀਸ਼ੀਅਲ ਮੇਰਾ ਇੰਸਟਾਗ੍ਰਾਮ 'ਤੇ ਹੈਗਾ ਉਹਦੇ ਥੋੜ੍ਹੇ ਬੰਦੇ ਆਏ ਤਾਂ 1300 ਬੰਦਾ ਉੱਥੇ ਆ ਜਾਓ ਅੱਛਾ ਪੱਕੀ ਗੱਲ ਹੈ ਕਿਵੇਂ ਇਹਨੇ ਕੀ ਕੀਤਾ ਇਹਨੇ ਗੋਲੇ ਬਹੁਤ ਚਲਾਏ ਸ਼ਰਮ ਆਉਣੀ ਚਾਹੀਦੀ ਆ ਸਰਦਾਰ ਜੀ ਨੂੰ ਇਧਰ ਮੈਂ ਬਾਈਆਂ ਨਾਲ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਆ ਆਪਦਿਆਂ ਤੇ ਵੱਧ ਗੁੱਸਾ ਆਉਂਦਾ ਹੁੰਦਾ ਠੀਕ ਹੈ ਤੇ ਮੈਂ ਜਿਹੜਾ ਹੈਗਾ ਹਾਂਜੀ ਬਾਈ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਵੀ ਸਰਦਾਰ ਹੋ ਕੇ ਪਹਿਲਾਂ ਸਭ ਤੋਂ ਵੱਡੀ ਗੱਲ ਸ਼ਰਮ ਵਾਲੀ ਗੱਲ ਹੈ ਸਰਦਾਰ ਹੋ ਕੇ ਆਪਣੇ ਤੇ ਅਟੈਕ ਕਰਦੇ ਇਹ ਕੱਲ ਕੀਤੇ ਬਈ ਇਹਨਾਂ ਨੇ ਕੱਲ ਬਹੁਤ ਕੀਤੇ ਜੀ ਸਾਰਾ ਕੁਝ ਚਾਹੇ ਢਿੱਡ ਵਾਸਤੇ ਕਰਨਾ ਪੈਂਦਾ ਪਰ ਯਾਰ ਪਰੇ ਸੱਟ ਸਕਦੇ ਹੋ ਜਰੂਰੀ ਥੋੜੀ ਆ ਵੀ ਨਿਸ਼ਾਨੇ ਬਣ ਬਣ ਕੇ ਹੁਣ ਤੁਸੀਂ ਪੱਕੇ ਨਿਸ਼ਾਨ ਚ ਹੀ ਬਣੇ ਪਏ ਹੋ ਠੀਕ ਹੈ ਜੇ ਮੰਨ ਲਓ ਇੱਧਰ ਆ ਇੱਥੋਂ ਸਿਰ ਤੇ ਥੋੜਾ ਥਾਂ ਪੈ ਇੱਧਰਲੇ ਪਾਸੇ ਗਾਲ ਦਿਓ ਉਹ ਗਰਾਊਂਡ ਦੇ ਸਿਰ ਦਿਓ ਇੱਧਰਲੇ ਪਾਸੇ ਬੂੰਗਾ ਝਾੜ ਬੂਟੀਆਂ ਉੱਧਰ ਸਿਰ ਦਿਓ ਵੀ ਭਾਈ ਨਹੀਂ ਲੱਗਦਾ ਨਿਸ਼ਾਨਾ ਕਿਹੜਾ ਕਿਸੇ ਨੇ ਮੈਡਲ ਦੇ ਦੇਣਾ ਤੁਹਾਨੂੰ ਨਹੀਂ ਉਹੀ ਗੱਲ ਹੈ ਵੀ ਕਿਹੜਾ ਤੁਹਾਨੂੰ ਮੈਡਲ ਦੇ ਦੇਣਾ ਕਿਸੇ ਨੇ ਇੱਥੇ ਕਿੰਨੇ ਸ਼ਹੀਦ ਹੋ ਗਏ ਠੀਕ ਆ ਉਹਨਾਂ ਨਾਲ ਕੀ ਹੋਈ ਜਾਂਦਾ ਪਰਿਵਾਰ ਰੁਲੀ ਜਾਂਦੇ ਆ ਵਿਚਾਰੇ ਠੀਕ ਆ ਆਏ ਨਹੀਂ ਕਹਿੰਦੇ ਵੀ ਦੇਸ਼ ਭਗਤੀ ਕਰੋ ਯਾਰ ਠੀਕ ਆ ਆਪਦੇ ਇੱਥੇ ਅੱਗ ਲੱਗੀ ਆ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਜੇ ਆਹ ਗੱਦੇ ਪਏ ਆ ਕੱਢੇ ਜਿੱਥੇ ਅੱਗ ਲੱਗੀ ਆ ਵੀ ਜੇ ਸਿੱਟਣੇ ਪੈਂਦੇ ਆ ਮਜਬੂਰੀ ਚ ਕੱਢੋ ਇੱਧਰ ਸਿੱਟ ਦਿਓ ਥੋੜਾ ਥਾਂ ਪਿਆ ਟਰਾਲੀ ਤੇ ਸਿੱਟ ਕੇ ਅੱਗ ਥੋੜੀ ਲਾਉਣੀ ਹੈ ਆਹ ਗੱਦੇ ਵਾਲੇ ਪਏ ਆ ਤੁਸੀਂ ਦੇਖ ਸਕਦੇ ਹੋ ਰਾਤ ਇੱਥੇ ਬਿਲਕੁਲ ਮੈਂ ਉਹੀ ਕਹਿਣਾ ਵੀ ਯਾਰ ਹੁਣ ਜਦੋਂ ਕਰਦਾ ਯਾਰ ਤੁਹਾਨੂੰ ਇੱਕ ਮੈਂ ਤੁਹਾਨੂੰ ਕਹਿਣਾ ਵੀ ਉੱਥੇ ਜਾ ਕੇ ਇੱਕੋ ਥਾਂ ਲੰਗਰ ਨਾ ਖਵਾਈ ਜਾਓ ਮੈਂ ਤੁਹਾਨੂੰ ਬਾਹਰਲੇ ਬੂਰ ਲੈ ਲਿਓ ਬਿਨਾ ਲੰਗਰ ਤੋਂ ਠੀਕ ਹੈ ਆਪਦਾ ਲੰਗਰ ਖਾ ਕੇ ਸਾਡੇ ਤੇ ਖਰੀ ਹੋਈ ਜਾਂਦੀ ਹੈ ਸਿੱਧਾ ਸਾਹਿਬ ਹੈ ਯਾਰ ਇੱਧਰਲੇ ਪਾਸੇ ਜਿਹੜਾ ਹੈਗਾ ਤੁਸੀਂ ਸਪੋਰਟ ਕਰੋ ਠੀਕ ਆ ਬਾਬਿਆਂ ਨੂੰ ਵੀ ਬੇਨਤੀ ਆ ਤੜਕੇ ਚਲੋ ਕੋਈ ਨੀ ਕਹਿ ਲਓ ਭਾਈ ਜੀ ਨੂੰ ਕਹਿਣਾ ਚਾਹੁੰਦੇ ਦੱਸੋ ਕਹਿਣਾ ਚਾਹੁੰਦੇ ਵੀਰ ਤੇਰੇ ਅੱਗੇ ਹੱਥ ਜੋੜ ਕੇ ਇੱਕ ਵਾਰੀ ਜ਼ਰੂਰ ਅੱਜ ਤੁਸੀਂ ਕੋਈ ਇੱਥੇ ਮਾੜੀ ਮੋਟੀ ਆਪਦੀ ਗੱਲਬਾਤ ਰੱਖ ਕੇ ਸਾਡੇ ਸਾਹਮਣੇ ਤੇ ਤੁਸੀਂ ਆਓ ਜ਼ਰੂਰ ਓਕੇ ਸੋ ਭਰਾਵਾਂ ਦੀ ਜਿਹੜੀ ਅਪੀਲ ਵੀ ਹੈ ਸੋ ਅੱਡ ਅੱਡ ਬੰਦਿਆਂ ਨੂੰ ਅਪੀਲ ਆਹ ਭਾਂਗਾ ਦੇ ਆਹ ਡਰਾਈਵਰ ਬੈਠੇ ਆ ਇਹਨਾਂ ਤੋਂ ਪੁੱਛਣਾ ਸਰ ਕਿਆ ਹੋਊਗਾ ਆਪਕੇ ਟਰੱਕੋ ਕੇ ਸਾਥ ਹਮਾਰੇ ਟਰੱਕੋ ਕੀ ਹਵਾ ਨਿਕਾਲ ਦੀ ਹੈ ਟਰੱਕ ਹਮਾਰੇ ਖੜੇ ਹੋਏ ਹੈ ਹਮਾਰੀ ਚਾਬੀ ਔਰ ਕਾਗਜ਼ ਕਹਾਂ ਹੈ ਆਪਕੇ ਸਭ ਉਧਰ ਹੀ ਹੈ ਸਭ ਪੁਲਿਸ ਹੀ ਲੈ ਗਈ ਹਾਂ ਸਭ ਕੁਝ ਆਪਕੇ ਵੀ ਐਸੇ ਹੀ ਹੁਆ ਹਮਾਰੇ ਵੀ ਐਸੇ ਹੋਏ ਹਮਾਰੇ ਕੰਬਲ ਵੀ ਗਾੜੀ ਕੇ ਅੰਦਰ ਰਹਿ ਗਏ ਐਸੇ ਬਾਹਰ ਹੀ ਰਾਤ ਕੱਟੀ ਹੈ ਰਾਤ ਕੰਬਲ ਵੀ ਗਾੜੀ ਕੇ ਅੰਦਰ ਰਹਿ ਗਏ ਸਟੀਅਰਿੰਗ ਉਪਾੜ ਦਿਆ ਹੈ ਅੱਛਾ ਗਾੜੀ ਦਾ ਸਟੀਅਰਿੰਗ ਵੀ ਚੱਕ ਲਿਆ ਹਾਂ ਗਾੜੀ ਦਾ ਸਟੀਅਰਿੰਗ ਉਪਾੜ ਦਿਆ ਹੈ ਹਾਂ ਫੌਜ ਦੀ ਹੱਦ ਹੋ ਗਈ ਕੱਟੜ ਦੀ ਗਾੜੀਆਂ ਦਾ ਲੋਡ ਵੀ ਪਟ ਕੇ ਲੈ ਗਏ ਹਾਂ ਲੋਡ ਗਾੜੀਆਂ ਦਾ ਟਾਇਰੋਂ ਦਾ ਹਵਾ ਨਿਕਾਲ ਰਹਾ ਹੈ ਖੜੀ ਖੜੀ ਹੋ ਗਾ ਭਾਈ ਅੱਜ ਸਾਈਡ ਮੇ ਨੇਟ ਅਸਕੇ ਇਨਕੋ ਹੈ ਕੀ ਹੋ ਗਿਆ ਗਾੜੀਆਂ ਦੀ ਹਵਾ ਨਿਕਾਲ ਦੀ ਭਾਈ ਗਾੜੀਆਂ ਕੋ ਸਾਈਡ ਮੇ ਨੇਟ ਅਸਕੇ ਰਸਤੇ ਸੇ ਹਮ ਕਿਧਰ ਜਾਏ ਮੈਂ ਜੋ ਦੇਰ ਬੈਠੇ ਬੈਠੇ ਹਮਨੇ ਕਿਸੇ ਦਾ ਕੀ ਵਿਗਾੜਾ ਹੈ ਹੈ ਹਮ ਕੀ ਕਰੇ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਆ ਭਰਾ ਇਹ ਭਰਾ ਜਿਹੜੇ ਆ ਇਹ ਟਰੱਕਾਂ ਵਾਲਿਆ ਵਿਚਾਰੇ ਬੈਠੇ ਆ ਕਹਿੰਦੇ ਸਾਡੇ ਕੰਬਲ ਵੀ ਯਾਰ ਜਿਹੜੇ ਹੈਗੇ ਆ ਟਰੱਕਾਂ 'ਚ ਰਹਿ ਗਏ ਸਾਡਾ ਜਿਹੜਾ ਫੌਜ ਹੈ ਠੀਕ ਆ ਜਿਹੜਾ ਖੱਟੜ ਤੇ ਮੋਦੀ ਸਰਕਾਰ ਵਾਲੇ ਬੰਦੇ ਆ ਉਹ ਇਹਨਾਂ ਟਰੱਕਾਂ ਦਾ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਕਾਗਜ਼ ਤੇ ਚਾਬੀਆਂ ਲੈ ਗਏ ਤਾਂ ਕਿ ਪਰੇ ਨਾ ਹੋ ਸਕਣ ਕਿਉਂਕਿ ਜੇ ਪਰੇ ਹੁੰਦੇ ਤਾਂ ਕਿਸਾਨ ਅੱਗੇ ਵੱਧਦੇ ਆ ਠੀਕ ਹੈ ਹੁਣ ਟਰੱਕਾਂ ਦੇ ਵਿੱਚ ਚਾਬੀਆਂ ਨਹੀਂਗਾ ਹੁਣ ਇਹਨਾਂ ਨੂੰ ਭਰੇ ਟਰੱਕ ਹੈ ਕਿਹੜੇ ਤਰੀਕੇ ਨਾਲ ਪਿੱਛੇ ਹਟਾਇਆ ਜਾ ਸਕਦਾ ਤੁਸੀਂ ਆਪ ਸੋਚ ਸਕਦੇ ਹੋ ਸੋ ਲਗਾਤਾਰ ਫੌਜ ਵਧੀ ਹੋਈ ਆ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮੀਡੀਆ 'ਤੇ ਪ੍ਰੈਸ਼ਰ ਪਾਓ ਮੀਡੀਆ ਨੂੰ ਆਉਣਾ ਹੀ ਪਵੇ ਅਤੇ ਮੈਨੂੰ ਲਗਭਗ ਹਰੇਕ ਬੰਦਾ ਦੇਖਦਾ ਮੈਨੂੰ ਪਤਾ ਹਰੇਕ ਚੈਨਲ ਦੇਖਦਾ ਹਰੇਕ ਪੇਜ ਦੇਖਦਾ ਅਤੇ ਮੈਂ ਖੁਦ ਤੁਹਾਨੂੰ ਬੇਨਤੀ ਕਰਦਾ ਯਾਰ ਵੀ ਚਾਹੇ ਇਹਨੂੰ ਗੁੱਸਾ ਮੰਨੋ ਚਾਹੇ ਮੰਨੋ
जे आपां सच्ची मुची पैसे कमाउणे नहीं आए, आपां पंजाब दे पुत बन के आए, इस भारत दे पुत बन के आए, भारत दी माता दी रख्या बचाउणा चाहुणे आ, तां इत्थे कबर करो। तुसी कबर करोगे तां इह कबरिंग फायर नहीं होणी, मैनूं पक्का पता। जे गुरप्रीत कोटली आ के इत्थों सारी सारी पुलिस जिहड़ा जदों आउंदा लाइव करदा तां इत्थों जिहड़ी पुलिस आउंदी आ पिछे चली जांदी आ, जिहड़ी के पहलां इत्थे जिहड़ा हैगा आर एम बी वाला रतन नूं नहीं अग्गे जाण दिंदा, जदों ही मैं आया ठीक है मैं नाल का उहदे कीता, तां हुण जिहड़ा हैगा आह स्टेयरिंग पट्टे होए आ, आह स्टेयरिंग आ, मैं झूठ नहीं मारदा, तुहानूं पता ना अज तक कितें मारिया। इह किहदा ट्रक आ, तेरा ट्रक है, दूसरे ड्राइवर का ट्रक आ, आह स्टेयरिंग पट ते, आह स्टेयरिंग तोड़ के फौज ने रखते आ, पुलिस ने रखते आ, आ स्टेयरिंग तोड़िया ट्रकां दे देखो पट्टे आ, आ देखो ठीक है, तां के इह हां जी बिलकुल। सो सारे बिलकुल, सो तुसी देख सकते हो बिलकुल बिलकुल। सो इत्थे हर एक भरा जिहड़ा दुखी है, इत्थे तक के हुण जिहड़ा हैगा मेरी वार वार जिहड़ा हैगा मीडिया नूं बेनती है कि आओ, मैं तुहानूं बेनती करदा गुरप्रीत कोटली पेज नूं वध तों वध फॉलो करो, रिश्ते दोस्तेदारां नूं लिंक लूंक भेज दिओ वध तों वध, आपां जिहड़ा हैगा इस पेज ते जुड़ जाईए यार, आपणी घट्टो घट्ट इन्नी स्ट्रेंथ ही होवे भी जिहड़ा आपां नूं किसी नूं आवाजां मारनियां ना पैण। अज मैं तां आवाजां मार रहा क्योंकि मेरे नाल लगभग 1,20,000 बंदा है, ते उह पेज भी हैगा जिन्हां नाल 7-7, 8-8, 20-20 लाख बंदे है ठीक है। जे तुसी साथ दिओ आपां भी उत्थे पहुंच गए, ते आपां नूं इन्ना आवाजा मार दी लोड़ ही ना पवे, आपां आप ही खिच्चिया करिए काम। सो बेनती आ वध तों वध फॉलो करो, वध तों वध जिहड़ा इह पेज नूं यूट्यूब ते इहदे उत्ते तां खास करके फेसबुक ते तां जुड़ो। बाकी कोई इनक्वायरी है तुहाडी 9591971 मेरा नंबर है, तुसी वट्सअप कर सकदे हो, उह तों बिना टैक्सट कर सकदे हो, कॉल कई वारी हुण नहीं चक्की जाणी, अज दा दिन सारा बिजी रहि जाणा। सो बेनती है आ देखो जिस तरह प्राइम एशिया काम कर रहा, जिस तरह जिहड़ा आर एम बी कर रहा, दैनिक सवेरा कर रहा, ते बाकियां नूं कड़ा गोली पई है ठीक है। मैं बेनती करदा कि इह बंदे ने कल मैं कहना जी मैं भी थोड़ा चाहे लेट आया, पर इह मुंडा जिहड़ा हैगा सीगा प्राइम एशिया वाला, इहने बहुत वट कढ़े, आपां चंगे नूं चंगा कहण नूं मैनूं कोई इतराज़ नहीं गा ठीक है। इहने भरा ने कल जिहड़ा हैगा बहुत वधिया कवरेज कीती, इत्थे इत्थों लाइव भी करदा रहा, इत्थों पता जी एस के जी के एस दे जिहड़ा हैगा उह मुंडे ने भी इत्थों लाइव चलाया, पर जिन्ना इत्थे तशद्दुद होया किते वी नहीं होया, इह तुसीं आपदा गल्लां समझो। आ देखो लगातार अग्गां लगियां जिहड़ा हज़ारां दी तादाद च गोले, आ बंदे ने कल जिहड़ा हैगा जिहड़ा फोटोआं कीतियां, इह कोई इंटरनेशनल चैनल है उहदा जिहड़ा फोटोग्राफर है ठीक है। सो बेनती है वध तों वध जिहड़ा हैगा तुसीं साडे नाल जुड़ो, गुरप्रीत कोटली पेज नूं फॉलो करो, मैं इस नूं बार बार बेनतियां करदा। सो धन्नवाद आ भाई, होर ठीक हो? हाँ कोई गल नहीं, होर ठीक हो जी? बहुत वड्डा रोल अदा कर रहे हो। नहीं 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 नहीं, तुहाडा तुहाडे नाल तों वड्डा तां है नहीं, कोई चक्कर नहीं ठीक है, कोई गल। सो जिहड़ा हैगा कोई चक्कर नहीं यार, आपां नाल आ तुहाडे, एडा नहीं आपां उहनां नाल थोड़ा ही है वी हुण जी अफलां ना करो धमका करो, आपां सिद्धा जट सौदा तां आपां तां ही उड्डांगे फिर ठीक है। सो इधरले पासे ट्रैक्टर खड़े आ, ट्रैक्टर बिलकुल तैयार है अगे वधन वास्ते, पर ट्रकां दी हवा कड्डी होण दे करके ट्रकां दे जिहड़े हैगा स्टेयरिंग पट्टे होण दे करके थोड़ी दिक्कत आऊगी, थोड़ी मोटी प्लानिंग चल रही है, मुंडे पिछे खड़े है। इत्थों तक कि हजे तक जिहड़ा मैं किसान यूनियन नूं भी कहना, सिर्फ ते सिर्फ जिहड़ा हैगा बी के यू क्रांतिकारी सुरजीत सिंह फूल दा जरूर बयान है, उन्होंने गल भी हुई, उह कहिंदे असीं इहनां मुंडे दे नाल है, क्योंकि जदों पहली वारी किसान यूनियन दी मीटिंग हुंदी है उदों इह कहा गया सीगा वी पंजे दे पंजे नाके जिहड़े राजस्थान तों दिल्ली तक आउणगे तोड़े जाणगे, पर कुछ कु बंदे शरारती बंदिया ने आ के शाहजहांपुर बार्डर ते बहि गए, इह उह बंदे आ, मैं इहनां दे नां नशर भी कर दूं, हजे मैं कहना कम चली जांदा, इक वारी जंग फतेह हो जाए फिर मैं तुहानूं कल्ले कल्ले दा इत्थों चिट्ठे कढ के दिउं विद प्रूफ, मैं इकट्ठे करी जाणा। इक मैं तुहानूं दसदा किसान यूनियन वाले जिहड़े जिन्हां कोल स्ट्रेंथ नहीं उही वध खराब करदे आ, जिन्हां दे कोल स्ट्रेंथ आ उह बहुत अच्छे तरीके नाल कम कर रहे आ, जिन्हां दे पिछे कोई नहीं कल्ले आप बने आ उह इन्हां ने इत्थे भी खराब कीता ठीक है। जिन्हां दे नाल 10 बंदे नहीं राजनीतिक पार्टियां ठीक है, उह इन्हां मुंडिया दे उत्ते कल ऑब्जेक्शन लाउंदे सीगे थोड़े दिन पहलां ठीक है। सो बेनती आ, मैं तुहानूं इही कहना, इन्हां दे नाल भी मैं कोई नहीं दो हथ करूँगा, हजे मैनूं इह है भी जिहड़ा हैगा यार असीं तार पन्ने कर दईए ठीक है। तो दूजी गल है
ਅਸੀਂ ਮੈਂ ਬੀਕੇਯੂ ਕ੍ਰਾਂਤੀਕਾਰੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮੁੰਡੇ ਦੇ ਹੱਕ 'ਚ ਨਾਰਾ ਮਾਰਿਆ। ਅੱਜ ਪ੍ਰੈਸ ਕਾਨਫਰੰਸ ਹੋਊਗੀ ਵਿਗਿਆਨ ਭਵਨ ਦੇ ਵਿੱਚ, ਉੱਥੇ ਵੀ ਉਹਨਾਂ ਨੇ ਕਿਹਾ ਸੀ ਇਹਨਾਂ ਦੀ ਗੱਲ ਰੱਖਾਂਗੇ ਵੀ ਅੱਜ ਜਿਹੜਾ ਇੰਨਾ ਅੱਤਿਆਚਾਰ ਕਿਉਂ ਹੋਇਆ। ਅਤੇ ਮੈਂ ਸਾਰੇ ਜਿਹੜੇ ਹੈਗੇ ਆ ਜਿਹੜੇ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਉਹ ਵੀ ਦੇਖਦੇ ਆ ਵੀ ਘੱਟੋ ਘੱਟ ਅੱਜ ਜਿਹੜੀ ਵਿਗਿਆਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਉੱਥੇ ਇਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਨਾਰਾ ਮਾਰਿਆ ਜਾਵੇ ਵੀ ਸਾਡੇ ਮੁੰਡਿਆਂ ਦੇ ਉੱਤੇ ਇੰਨਾ ਅੱਤਿਆਚਾਰ ਕਿਉਂ ਹੋਇਆ। ਠੀਕ ਆ, ਅੱਜ ਤੁਹਾਡੀ ਜਿਹੜੀ ਮੀਟਿੰਗ ਆ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਆ, ਉੱਥੇ ਹੀ ਪੁੱਛਿਆ ਜਾਵੇ। ਇੱਕ ਪਾਸੇ ਤੁਸੀਂ ਮੀਟਿੰਗਾਂ ਕਰ ਰਹੇ ਹੋ, ਦੂਜੇ ਪਾਸੇ ਸਾਨੂੰ ਅੰਦਰ ਆਉਣ ਤੋਂ ਵੀ ਰੋਕ ਰਹੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਹੈਗਾ ਸਾਡੇ ਕਿਸਾਨ ਆਗੂਆਂ ਨੂੰ ਪੁੱਛਣੀਆਂ ਚਾਹੀਦੀਆਂ। ਹਜੇ ਤੱਕ ਅਸੀਂ ਪੰਜਾਬ ਦਾ ਮੈਂ ਵੀ ਕਦੇ ਕ੍ਰੋਸ ਕੁਐਸਚਨ ਨਹੀਂ ਕੀਤਾ ਕਦੇ। ਠੀਕ ਹੈ, ਸੋ ਜੀ ਕੇ ਐਸ ਇੱਥੇ ਆ ਗਈ ਆ, ਮੇਰੀ ਅਮਨਦੀਪ ਆ ਗਈ ਆ, ਜਿਹੜਾ ਹੈਗੇ ਇੱਥੇ ਉਹਨਾਂ ਨਾਲ ਗੱਲ ਹੋਈ ਆ, ਉਹ ਇਹਦੇ ਨਾਲ ਹੀ ਆ ਟਰਾਲੀਆਂ ਦੇ ਵਿੱਚ। ਜੀ ਕੇ ਐਸ ਜ਼ਰੂਰ ਅੱਗੇ ਵੱਧ ਗਈ ਆ, ਬਾਕੀ ਲਾਲਟੈਨਾਂ ਵਾਲੇ ਅਤੇ ਦਾਤੀਆਂ ਜੀ ਵਾਲੇ ਉੱਥੇ ਬੈਠੇ ਆ ਹਜੇ। ਠੀਕ ਆ, ਸਵਰਾਜ ਵਾਲੇ, ਠੀਕ ਆ, ਲਹਿਰ ਵਾਲੇ, ਉਹਨਾਂ ਨੇ ਜਿਹੜਾ ਹੈਗਾ ਆਪਾਂ ਕਹੀਏ ਉਹ ਉੱਥੇ ਹੀ ਬੈਠੇ ਪਿੱਛੇ। ਸੋ ਬੇਨਤੀ ਹੈ ਇਹਨਾਂ ਮੁੰਡਿਆਂ ਦਾ ਹੌਸਲਾ ਵਧਾਇਆ ਜਾਵੇ ਇੱਥੇ, ਜਿਨ੍ਹਾਂ ਨੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਹੁਣ ਇਹ ਸਿਰਫ ਰੇਂਜ 'ਚੋਂ ਬਾਹਰ ਖੜ੍ਹੇ ਆ, ਸਿੱਟਣ ਨੂੰ ਉਹ ਹੁਣ ਵੀ ਸਿੱਟ ਸਕਦੇ ਆ ਕਿਉਂਕਿ ਇਹ ਗੋਲਾ 120 ਮੀਟਰ ਤੋਂ ਲੈ ਕੇ 300 ਮੀਟਰ ਤੱਕ ਮਾਰ ਕਰਦਾ। ਸੋ ਇੰਨੀ ਦੂਰ ਪਿੱਛੇ ਖੜ੍ਹੇ ਆ, ਆਹ ਛੋਟੇ ਛੋਟੇ ਜਵਾਕ ਆਏ ਆ ਨਾਲ, ਤੁਹਾਨੂੰ ਦਿਖਾਵਾਂ। ਤੁਸੀਂ ਇੱਕ ਦੂਜੇ 'ਤੇ ਕੀ ਲੱਗਦੇ ਹੋ ਜੀ? ਅੱਛਾ, ਪਿਓ ਪੁੱਤ ਆਏ ਆ, ਪਿਓ ਵੀ ਆਇਆ ਪੁੱਤ ਵੀ ਆ, ਬੜੀ ਛੋਟੀ ਉਮਰ ਆ, ਕਿਹੜੀ ਕਲਾਸ 'ਚ ਪੜ੍ਹਨਾ ਬਈ? 8th 8th 'ਚ ਪੜ੍ਹਦਾ ਬਾਈ। ਇੱਕ ਪਾਸੇ ਗੋਲੇ ਵਰੀ ਜਾਂਦੇ ਆ ਯਾਰ ਜਵਾਕ ਵੀ, ਤੂੰ ਆਪਦਾ ਨਾਲ ਲਈ ਫਿਰਦਾ, ਡਰ ਨਹੀਂ ਲੱਗਦਾ? ਕੋਈ ਡਰ ਨਹੀਂ। ਇੱਕ ਮਿੰਟ ਮੈਂ ਤੁਹਾਨੂੰ ਇੱਧਰ, ਨਹੀਂ ਤੁਸੀਂ ਆਪਦਾ ਬੱਚਾ ਵੀ ਨਾਲ ਲੈ ਕੇ ਆਏ ਹੋ ਤੇ ਪਰਿਵਾਰ, ਆਪਾਂ ਦਾ ਮੇਰੇ ਵਰਗੇ ਦਾ ਕਹਿੰਦਾ ਜਵਾਕਾਂ ਨੂੰ ਭਾਈ ਘਰੇ ਰੱਖੋ, ਵਰਦੀ ਅੱਗ ਦੇ ਵਿੱਚ ਬੱਚੇ ਲੈ ਕੇ ਆਉਣੇ ਕਿੰਨਾ ਕੁ ਜਾਇਜ਼ ਕੰਮ ਹੈ? ਜਾਇਜ਼ ਹੈ, ਹੁਣ ਆਪਣੇ ਮੰਗਾਂ ਦਾ ਜਿਹੜੇ ਆਪਣੇ ਨਜਾਇਜ਼ ਆਪਣੇ ਉੱਤੇ ਧੱਕਿਆ ਕਰੀ ਜਾਂਦੀ ਸਰਕਾਰ ਤੇ ਉਹਨਾਂ ਦੇ ਖਿਲਾਫ ਕਰਨ ਵਾਸਤੇ ਅਸੀਂ ਆਇਆ ਜੀ, ਸਾਡੇ ਵਾਪਸ ਲਓ ਜਿਹੜੇ ਬਿੱਲ ਕਾਨੂੰਨ ਕਾਲੇ ਕਾਨੂੰਨ ਵਾਪਸ ਲੈਣ ਵਾਸਤੇ। ਤੇ ਸਾਡੇ ਬੇਟੇ ਵੀ ਜ਼ਿਆਦਾ ਸੀ ਮਨਸ਼ਾ ਵੀ ਮੈਂ ਜਾਣਾ ਜਾਣਾ, ਪਰ ਡੈਡੀ ਮੈਂ ਜਾਣਾ, ਜੋ ਮਰਜ਼ੀ ਹੋ ਜੇ, ਹਾਲੇ ਕਹਿੰਦਾ ਮੈਂ ਜਿਹਨਾਂ ਕਾਨੂੰਨ ਨਹੀਂ ਵਾਪਸ ਕਰਦੇ ਮੈਂ ਘਰੇ ਨਹੀਂ ਜਾਣਾ। ਨਹੀਂ ਨਹੀਂ ਕੋਈ ਗੱਲ ਨਹੀਂ। ਸੋ ਤੁਹਾਡਾ ਨਾਂ ਕੀ ਹੈ ਰਾਜੇ? ਗੁਰਜੋਬਨ ਸਿੰਘ। ਗੁਰਜੋਬਨ, ਫਿਰ ਕੀ ਕਹਿਣਾ ਚਾਹੇਗਾ ਕੱਲ ਜਦੋਂ ਇੱਥੇ ਗੋਲਾਬਾਰੀ ਦੇਖੀ ਤੂੰ ਸਾਰੀ ਅੱਖੀ? ਹਾਂਜੀ। ਕਿੰਨਾ ਕੁ ਮਨ ਨੂੰ ਦੁੱਖ ਲੱਗਿਆ, ਕੀ ਲੱਗਿਆ ਵੀ ਕੀ ਫੀਲ ਕੀਤਾ ਉਦੋਂ? ਵਧੀਆ ਨਹੀਂ ਕਰਦੇ। ਸੋ ਇਹ ਦੇਖੋ, ਮੈਂ ਬਾਲਾ ਕੁਛ ਤਾਂ ਜਵਾਕਾਂ ਤੋਂ ਨਹੀਂ ਪੁੱਛਣਾ, ਕਾਰਨ ਹੈ ਕਿਉਂਕਿ ਜਵਾਕਾਂ ਦੇ ਦਿਮਾਗ ਦੇ ਵਿੱਚ ਸਾਰੀ ਉਮਰ ਵਾਸਤੇ ਉਮੀਦ ਚਲੀ ਜਾਂਦੀ ਹੈ ਉਸ ਤਰ੍ਹਾਂ ਦੀ। ਜੇ ਤੁਹਾਨੂੰ ਦੇਖੋ ਵੀ 8th ਕਲਾਸ ਦਾ ਜਵਾਕ ਵੀ ਇੰਨਾ ਸਮਝਦਾ ਵੀ ਜੋ ਇਹ ਫੌਜ ਕਰ ਰਹੀ ਉਹ ਚੰਗਾ ਨਹੀਂ ਕਰ ਰਹੀ, ਤਾਂ ਤੁਸੀਂ ਦੇਖੋ ਤੁਸੀਂ ਦੇ ਜਿਹੜੇ ਹੋਰ ਭਰਾ ਨੇ, ਠੀਕ ਆ, ਉਹ ਕੀ ਸੋਚਣਗੇ ਯਾਰ ਅੱਜ ਜਿਹਦਾ ਮੰਨ ਲਾ 13-14 ਸਾਲ ਦੀ ਉਮਰ ਦੇ ਵਿੱਚ ਜਿਹਨੇ ਇੰਨਾ ਤਸ਼ੱਦਦ ਦੇਖਿਆ, ਕੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਬੰਦਾ ਸੋਚੂਗਾ? ਠੀਕ ਹੈ, ਜਿਹੜਾ ਆਹ ਹਰੇਕ ਟਰੈਕਟਰ 'ਤੇ ਤਿਰੰਗਾ ਲੱਗਿਆ ਸੀ, ਆਹ ਦੇਖੋ ਅੱਜ ਇਹਦੇ ਵੀ ਤਿਰੰਗਾ ਲੱਗਿਆ, ਇਹਦੇ ਵੀ ਤਿਰੰਗਾ ਲੱਗਿਆ, ਜੇ ਮੈਂ ਕਹਾਂ ਸਾਰੇ ਟਰੈਕਟਰਾਂ ਦੇ ਤਿਰੰਗੇ ਲੱਗੇ ਸੀ, ਤਿਰੰਗਿਆਂ ਉੱਤੇ ਮਿੰਨੀ ਬੰਬ ਸਿੱਟੇ ਇਹਨਾਂ ਨੇ। ਆਹ ਕਿਹੜਾ ਟਰੈਕਟਰ ਸੀ ਜਿਹਦੇ ਤਿਰੰਗਾ ਨਾ ਲੱਗਿਆ ਹੋਵੇ? ਹਰ ਇੱਕ ਟਰੈਕਟਰ 'ਤੇ ਤਿਰੰਗਾ ਲਾ ਕੇ ਗਏ, ਸਿਰਫ ਇੰਨਾ ਸੀਗਾ ਵੀ ਤਿਰੰਗਿਆਂ ਦੇ ਉੱਤੇ ਸ਼ਾਇਦ ਇਹਨਾਂ ਨੇ ਜਿਹੜਾ ਹੈਗਾ ਵੀ ਬੰਬਾਰੀ ਨਹੀਂ ਕਰਨੀ, ਪਰ ਤਿਰੰਗਿਆਂ ਦਾ ਇਹਨਾਂ ਨੇ ਜੋ ਅਪਮਾਨ ਕੀਤਾ, ਦੇਖੋ ਦੋਨੇ ਵੱਡੇ ਤਿਰੰਗੇ ਲੱਗੇ, ਠੀਕ ਹੈ, ਕੀ ਹਾਲ ਤੇ ਤੇ ਆਹ ਤੁਸੀਂ ਦੇਖ ਸਕਦੇ ਹੋ ਤਿਰੰਗੇ ਲੱਗੇ, ਜਿਹੜਾ ਕਿ ਕਿਸਾਨ ਯੂਨੀਅਨਾਂ ਵੀ ਸੋਚਦੀਆਂ ਨਾ ਵੀ 26 ਤਰੀਕ ਨੂੰ ਅਸੀਂ ਪਰੇਡ ਕਰ ਲਾਂਗੇ ਜਾ ਕੇ ਤਿਰੰਗੇ ਲਾ ਕੇ, ਕੋਈ ਕਿਸੇ ਨਾਲ ਖੈਰ ਨਹੀਂ ਗੁਜ਼ਾਰ ਨਹੀਂ, ਜੇ ਕਰਾਸਤਾਨਾ ਦੇ ਅੱਜ ਇੰਨਾ ਕੁਛ ਵਰ ਗਿਆ, ਤੁਹਾਨੂੰ ਵੀ ਸੋਚਣਾ ਚਾਹੀਦਾ, ਸਟ੍ਰੈਟਜੀ ਬਦਲ ਲੈਣੀ ਚਾਹੀਦੀ ਹੈ। ਸੋ ਅੱਜ ਵਾਲਾ ਜਿਹੜਾ ਮੀਟਿੰਗ ਦੇ ਵਿੱਚ ਦੋ ਹੀ ਹੱਥ ਕਰਿਓ, ਇੱਕ ਜਾਂ ਉੱਧਰ। ਹਾਂਜੀ ਬਾਈ, ਕੀ ਕਹਿਣਾ ਚਾਹੋਗੇ? ਬਾਈ ਯਾਰ, ਅਸੀਂ ਤਾਂ ਕੁਛ ਨਹੀਂ ਕਹਿਣਾ ਚਾਹੁੰਦੇ, ਅਸੀਂ ਤਾਂ ਨਹੀਂ ਕਹਿਣਾ ਚਾਹੁੰਦੇ ਹਾਂ ਵੀ ਲੱਕਾ ਸਿਧਾਣਾ ਆਵੇ ਇੱਥੇ, ਕੋਈ ਆਪਦਾ ਭਾਸ਼ਣ ਦੇਵੇ ਬਾਈ, ਆ ਕੇ ਥੋੜ੍ਹਾ ਮੁੰਡਾ ਜੋਸ਼ ਆਵੇ, ਅਸੀਂ ਨਾਕਾ ਤੋੜ ਦਈਏ ਛੇਤੀ ਛੇਤੀ ਫਿਰ ਵੀ ਵਧੀਏ। ਠੀਕ ਆ ਬਾਈ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਬਿਲਕੁਲ ਭਰਾ, ਅਸੀਂ ਨਾਲ ਆ ਨਾਕਾ ਤੋੜਨ ਜਸਤੇ ਕਹਿੰਦੇ ਹਾਂ ਬਾਈ, ਅਸੀਂ ਤਾਂ ਨਾਲ ਦਾ ਜੋਸ਼ ਜ਼ੋਰ ਲਾਤਾ ਬਾਈ, ਅਸੀਂ ਗੋਲੇ ਸੁੱਟ ਰਹੇ, ਸਾਡੇ ਪੈਰਾਂ 'ਚ ਚੱਲੇ ਆ, ਮੇਰੇ ਪੈਰਾਂ 'ਚ ਚੱਲੇ, ਠੀਕ ਆ ਬਾਈ, ਮੇਰੇ ਤੋਂ ਪਾਣੀ ਦੀ ਬਾਲਟੀ, ਮੈਂ ਪਾਣੀ ਦੀ ਬਾਲਟੀ ਪਾ ਕੇ ਉਹਨੂੰ ਟਰਾਲੀ ਨੂੰ ਅੱਗ ਅਸੀਂ ਬੁਝਾਈ ਬਾਈ, ਇੱਥੇ ਟਰਾਲੀ ਨੂੰ ਅੱਗ ਲੱਗੀ ਬਾਈ, ਇਹਨੇ ਦਿੱਲੀ ਰਜਾਈ ਸੁੱਟੀ, ਮੈਂ ਪਾਣੀ ਪਾਇਆ। ਓਕੇ, ਤੇ ਉਸ ਤੋਂ ਬਾਅਦ ਭਰਾ ਅਸੀਂ ਉੱਥੇ ਜਦੋਂ ਗੋਲੇ ਸੁੱਟਦੇ ਰਹੇ, ਅਸੀਂ ਅੱਗੇ ਜਾਂਦੇ ਰਹੇ, ਇਹਨਾਂ ਨੂੰ ਕਹਿੰਦੇ ਰਹੇ ਬਾਈ ਸਾਡੇ ਨਾਲ ਅੱਗੇ ਚੱਲੋ, ਅਸੀਂ ਜੀ ਕੇ ਸਰ ਕਹਿਣਾ ਚਾਹੁੰਦੇ ਆ, ਜਿੰਨੇ ਵੀ ਜਾਂਦੇ ਹੀ ਨਹੀਂ ਸੀ ਸਾਡੇ ਨਾਲ ਅੱਗੇ, ਅਸੀਂ ਕਹਿਣਾ ਚਾਹੁੰਦੇ ਆ ਬਾਈ ਜੀ ਅੱਗੇ ਚੱਲੋ ਸਾਡੇ ਨਾਲ, ਇਹ ਪਿੱਛੇ ਖੜੇ ਰਾਜੂ ਵਰਗੇ, ਅਸੀਂ ਕਹਿਣਾ ਚਾਹੁੰਦੇ ਆ ਰਾਜੂ ਨੂੰ ਅੱਗੇ ਚੱਲ, ਸਾਡੇ ਮੋਹਰੀ ਲੱਗ ਕੇ ਜੋ ਸਟੇਜਾਂ ਤੇ ਬੋਲਣਾ ਹੁੰਦਾ ਅੱਗੇ ਹੋ ਕੇ ਬੋਲਦਾ, ਸਾਡੇ ਵਰਗੇ ਨੂੰ ਨੌਜਵਾਨਾਂ ਨੂੰ ਬੋਲਣ ਨਹੀਂ ਦਿੰਦਾ, ਤੂੰ ਅੱਗੇ ਚੱਲ ਸਾਡੇ ਪਤਾ ਲੱਗੇ, ਅੱਗੇ ਅੱਗੇ ਜੇ ਚੱਲੂ ਆ ਫੇਰ ਹੀ ਪਤਾ ਲੱਗੂ ਬਾਈ, ਜੋ ਬਗਾਨੇ ਪੁੱਤਾਂ ਦਾ ਵਾਹ ਪੈਂਦਾ ਸਾਰ ਤੋਂ ਬਈ, ਪੈਰਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ, ਦੇਖੋ ਆ, ਦੇਖੋ ਪੈਰ ਗਲਿਆ ਪਿਆ ਯਾਰ, ਦੇਖੋ ਯਾਰ ਕੀ ਬਾਈ, ਅਸੀਂ ਫੇਰ ਵੀ ਆਏ ਹੋਏ ਆ, ਕਹਿੰਦਾ ਮੈਂ ਜਾਣਾ ਮੇਰੇ ਘਰੇ, ਬਹੁਤ ਦਿਨ ਬੈਠਾ ਰਿਹਾ ਬਾਈ, ਟਰਾਲੀ ਲੈ ਕੇ ਚੱਲੀਏ, ਅਸੀਂ ਰਾਸ਼ਨ ਦੀ ਟਰਾਲੀ ਭਰ ਕੇ ਲਿਆਏ ਆ, ਅਸੀਂ ਰਾਸ਼ਨ ਦੀ ਟਰਾਲੀ ਭਰ ਕੇ ਲਿਆਏ ਆ,
ਜਿੱਥੇ ਲੋੜ ਪਊਗੀ ਰਾਸ਼ਨ ਦੀ ਇੱਥੇ ਦੇਵਾਂਗੇ। ਸੋ ਜਿਹੜਾ ਹੈਗਾ ਭਰਾਵਾਂ ਦਾ ਪਿਛਲਾ ਨਾਕਾ ਵੀ ਤੋੜਿਆ ਭਰਾ, ਜਿਹੜਾ ਪਿੱਛੋਂ ਆਉਂਦੇ ਸੀਗੇ ਰਾਜਸਥਾਨ ਵਾਲੇ, ਉਹ ਨਾਕਾ ਤੋੜਾ ਕੇ ਉਸ ਤੋਂ ਬਾਅਦ ਚੜਾ ਕੇ ਫਿਰ ਅਗਲਾ ਵਾਰੀ ਵਾਲਾ ਨਾਕਾ ਵੀ ਅਸੀਂ ਤੋੜਾਇਆ, ਦੋਵਾਂ ਭਰਾਵਾਂ ਨੇ ਨਾਲ ਲੱਗੇ ਰਹੇ। ਉਸ ਤੋਂ ਬਾਅਦ ਜੀ ਬਾਅਦ ਆਹ ਕੰਟੇਨਰਾਂ ਨੂੰ ਅਸੀਂ ਖਿੱਚਣ ਦੀ ਕੋਸ਼ਿਸ਼ ਕਰੀ ਆ, ਅਸੀਂ ਆਪ ਖੁਦ ਹੱਥਾਂ ਨਾਲ ਖਿੱਚਦੇ ਰਹੇ ਕੰਟੇਨਰ। ਸ਼ਾਦੀ ਤੇ ਮੇਰੇ ਸੱਟ ਵੀ ਲੱਗ ਚੁੱਕੀ ਸੀਗੀ ਪਰ ਜਿੱਦ ਨਹੀਂ ਰਹੀ, ਪਰ ਉਸ ਤੋਂ ਬਾਅਦ ਅਸੀਂ ਕੰਟੇਨਰ ਖਿੱਚਦੇ ਰਹੇ, ਨਹੀਂ ਖਿੱਚੇਗਾ ਭਾਰਾ ਬਹੁਤ ਸੀਗਾ, ਅਸੀਂ ਸੰਗਲ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਉਸ ਤੋਂ ਬਾਅਦ ਟਰੱਕ ਦੀਆਂ ਮੈਂ ਬ੍ਰੇਕਾਂ ਖੋਲਦਾ ਰਿਹਾ ਬਾਈ, ਉਹ ਖੋਲ ਤਾਂ ਦਿੱਤੀਆਂ ਪਰ ਉਹ ਪੁਲਿਸ ਵਾਲੇ ਕਹਿੰਦੇ ਟਰੱਕ ਨਹੀਂ ਅਸੀਂ ਅੱਗੇ ਪਿੱਛੇ ਕਰਨ ਦੇਵਾਂਗੇ। ਸੋ ਉਸ ਤੋਂ ਬਾਅਦ ਬਾਕੀ ਬਾਈ ਇਹ ਜਿਹੜੇ ਆ ਜਿਹੜੇ ਆਗੂ ਆ ਇਹ ਬਾਈ ਆਪ ਅੱਗੇ ਨਹੀਂ ਤੁਰਦੇ, ਸਾਨੂੰ ਤੁਰਨਾ ਪੈਂਦਾ ਜਦੋਂ ਵੀ ਜਾਂਦੇ ਅਸੀਂ ਅੱਗੇ ਜਾਂਦੇ। ਮੰਨ ਕੇ ਜਿਹੜੇ ਆਗੂ ਆ ਉਹ ਅੱਗੇ ਨਹੀਂ ਤੁਰਦੇ, ਮੁੰਡਿਆਂ ਨੂੰ ਤੁਰਨਾ ਪੈਂਦਾ ਬਾਈ ਜੀ। ਅਸੀਂ ਤੁਰਦੇ ਆ, ਸਾਨੂੰ ਤੁਰ ਜਾਣ ਕਹਿ ਰਹੇ ਆ, ਤੁਸੀਂ ਫਲਾਣਾ ਅੱਤਵਾਦੀ ਹੋ, ਤੁਸੀਂ ਫਲਾਣੇ ਹੋ, ਤੁਸੀਂ ਖਰਾਬ ਕਰਦੇ ਹੋ ਕੰਮ ਨੂੰ, ਸਾਡੇ ਨੂੰ ਮਾੜਾ ਬੋਲਦੇ ਆ ਬਾਈ, ਸਾਨੂੰ ਅੱਗੇ ਫਲਾਣ। ਤੁਸੀਂ ਇੱਕ ਮੀਡੀਆ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੀਡੀਆ ਦੇ ਕੱਲ ਨਹੀਂ ਆਏ ਵੀਰੇ, ਟਾਈਮੋ ਟਾਈਮ ਕੱਲ ਕੋਈ ਨਹੀਂ ਸੀ ਮੀਡੀਆ ਦਾ ਇੱਥੇ, ਕੱਲ ਜਿਹੜੇ ਨੈਸ਼ਨਲ ਚੈਨਲ ਆ ਜਿਹੜੇ ਮੋਦੀ ਦੇ ਜਿਹੜੇ ਖਰੀਦੇ ਹੋਏ ਚੈਨਲ ਆ ਉਹ ਜ਼ਰੂਰ ਉੱਤੇ ਖੜੇ ਸੀ। ਉਹ ਤਾਂ ਪੁਲਿਸ ਵਾਲੇ ਪਾਸੇ ਨੂੰ ਅੱਗ ਲੱਗੀ ਨਾ ਵੀਰ ਜੀ, ਉਹਨਾਂ ਨੇ ਬਸ ਉਹ ਦਿਖਾਇਆ ਵੀ ਇਹ ਕਿਸਾਨ ਹਿੰਸਾ ਕਰ ਰਹੇ ਆ, ਇਹ ਫਲਾਨਾ ਕਰ ਰਹੇ ਆ। ਅੱਛਾ ਅੱਗ ਲੱਗੀ ਲਾਈਵ ਪੁਲਿਸ ਨੇ ਤੇ ਦਿਖਾ ਦਿਓ ਨਹੀਂ ਆਪਾਂ ਨਹੀਂ ਛਿੱਟਾ ਨਾ, ਜਦੋਂ ਅਸੀਂ ਅੱਗ ਬੁਝਾਈ ਆ ਉਹਨਾਂ ਨੇ ਫੇਰ ਉੱਤੇ ਗੋਲੇ ਦਾਗੇ ਉਹਨਾਂ ਦੇ। ਮੈਂ ਤੇ ਮੇਰਾ ਭਰਾ ਉੱਤੇ ਖੜੇ ਸਾਡੇ ਨਾਲ ਸਰਦਾਰ ਬਾਈ, ਇੱਕ ਮੁੰਡਾ ਸਰਦਾਰ ਬਾਈ ਸੀ ਉਹਦਾ ਬੁਰਾ ਹਾਲ ਹੋ ਗਿਆ ਬਾਈ ਜੀ, ਉਹਨੇ ਮੁੰਡੇ ਨੇ ਬਹੁਤ ਜ਼ੋਰ ਲਾਇਆ ਉਹ ਮੁੰਡੇ ਦਾ ਪੂਰਾ ਸਾਥ ਰਿਹਾ ਸਾਨੂੰ ਅੱਗ ਬੁਝਾਉਣ 'ਚ, ਇਹ ਤਾਂ ਮੁੰਡੇ ਪਿੱਛੋਂ ਬੰਦਿਆਂ ਨੇ ਬਾਲਟੀਆਂ ਭਰ ਭਰ ਕੇ ਡਿੱਗੀ ਜੀ ਤੋਂ ਲਿਆ ਲਿਆ ਕੇ ਉੱਥੇ ਅੱਗ ਬੁਝਾਈ ਅਸੀਂ। ਤੇ ਬਾਅਦ 'ਚ ਰਾਜੂ ਵਰਗਿਆਂ ਨੂੰ ਮੈਂ ਕਿਹਾ ਬਾਈ ਜੀ ਤੁਸੀਂ ਪਿੱਛੇ ਚੱਲੋ, ਪਿੱਛੇ ਕਿਉਂ ਕਰ, ਹੁਣ ਇੱਥੇ ਖੜਿਆ ਬਾਈ ਜੀ, ਸਾਰੇ ਮੁੰਡੇ ਅੱਗੇ ਖੜੇ ਆ, ਜਿੰਨੇ ਖੜੇ ਆ ਸਾਰੇ ਅੱਗੇ ਖੜੇ ਆ, ਹੁਣ ਸਾਨੂੰ ਕਹਿੰਦੇ ਤੁਸੀਂ ਯਾਰ ਤੁਸੀਂ ਮਾਹੌਲ ਖਰਾਬ ਕਰ, ਤੁਸੀਂ ਅੱਗੇ ਜਾਓ। ਚਲੋ ਧੰਨਵਾਦ ਬਾਈ। ਸੋ ਤੁਸੀਂ ਦੇਖ ਸਕਦੇ ਹੋ ਮੈਂ ਰਾਤ ਦਾ ਹੀ ਹੈ ਖਿੱਚੀ ਤਰੀ ਰਾਤ ਕਰਤਾ ਸਾਰਾ ਲਾਈਵ ਏ ਟੂ ਜ਼ੈਡ ਚੀਜ਼ਾਂ ਰਾਤ, ਬਸ ਮਿਹਰਬਾਨੀ ਕੋਈ ਨਹੀਂ ਆ ਕੇ ਪੀਂਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਮੀਡੀਆ ਨੂੰ ਵੀ ਕਿਹਾ ਜਾ ਰਿਹਾ, ਕੁਝ ਬੰਦਿਆਂ ਨੂੰ ਵੀ ਕਿਹਾ ਜਾ ਰਿਹਾ ਵੀ ਤੁਸੀਂ ਆਓ ਭਾਈ ਭਾਸ਼ਣ ਭੂਸ਼ਣ ਦਿਓ, ਇੱਥੋਂ ਤੱਕ ਨੇਤਾਵਾਂ ਨੂੰ ਵੀ ਕਿਹਾ ਜਾ ਰਿਹਾ ਵੀ ਤੁਸੀਂ ਅੱਗੇ ਚੱਲੋ, ਕਿਉਂਕਿ ਮੁੰਡੇ ਉਹ ਕਹਿੰਦੇ ਵੀ ਖਾਣ ਪੀਣ ਨੂੰ ਬਾਂਦਰੀ ਖੇਡਾਂ ਪਾਉਣ ਨੂੰ ਰਿਸ਼ ਵਾਲਾ ਕੰਮ ਹੋਇਆ ਪਿਆ। ਤੁਹਾਨੂੰ ਬੇਨਤੀ ਕਰਦੇ ਹਾਂ ਵੀਰ ਮੇਰਿਓ, ਸਾਰਿਆਂ ਨੂੰ ਪਤਾ ਇੱਥੇ ਕੀ ਹੋ ਜਾਂਦਾ, ਕਿਸੇ ਬੰਦੇ ਤੋਂ ਲੁਕਿਆ ਨਹੀਂ ਗੱਲ, ਠੀਕ ਹੈ, ਕਿਸੇ ਯੂਨੀਅਨ ਆਗੂ ਤੋਂ ਨਹੀਂ, ਕਿਸੇ ਇੰਡੀਪੈਂਡੈਂਟ ਬੰਦੇ ਤੋਂ ਨਹੀਂ ਲੁਕੀ ਗੱਲ, ਕਿਸੇ ਚੈਨਲ ਤੋਂ ਨਹੀਂ ਲੁਕੀ ਗੱਲ, ਆਉਂਦਾ ਕਿਉਂ ਨਹੀਂ ਜਾਂ ਆਉਂਦੇ ਕਿਉਂ ਨਹੀਂ ਉਹਦਾ ਤੁਹਾਨੂੰ ਹੀ ਪਤਾ, ਰੱਬ ਜਾਣੇ ਹੋ ਜਾਣੀ ਇਹ ਮੈਂ ਆਉਣ ਵਾਲੇ ਟਾਈਮਾਂ ਦੇ ਵਿੱਚ ਇਹ ਵੀ ਦੱਸ ਦੂੰਗਾ ਵੀ ਕਿਉਂ ਨਹੀਂ ਆਏ, ਠੀਕ ਹੈ, ਠੀਕ ਆ, ਕੋਈ ਮੈਂ ਕੋਈ ਜਿਹੜਾ ਸ਼ਕਤੀਮਾਨ ਤਾਂ ਬਣਿਆ ਨਹੀਂ ਯਾਰ, ਠੀਕ ਆ ਵੀ ਭਾਈ ਇਕੱਲਾ ਗੁਰਪ੍ਰੀਤ ਜਾ ਸਕਦਾ, ਪਰ ਮੈਂ ਤੁਹਾਨੂੰ ਸਮਝ ਦਿਓ, ਵੱਧ ਤੋਂ ਵੱਧ ਆਪਣਾ ਪੇਜ ਫੋਲੋ ਕਰ ਲਓ ਮੈਂ ਤੁਹਾਨੂੰ ਦੱਸਦਾ, ਬਾਕੀ ਜਾਂ ਛੱਡ ਦਿਓ, ਲੋੜ ਨਹੀਂ ਐਵੇਂ ਜੇ ਘਰੇ ਬਈ ਖੁਸ਼ ਹੋਣਾ ਜਵਾਕਾਂ ਨੂੰ ਕਲਾ ਕੁਲਾ ਕਾਰ ਜੇ ਦਿਖਾਈ ਜਾਣੇ ਆ ਜਾਂ ਕੋਈ ਲੀਡਰ ਦਿਖਾਈ ਜਾਣੇ ਤਾਂ ਗੱਲ ਹੈਗੀ ਆ ਵੱਖਰੀ, ਜੇ ਅਸਲ ਅੰਦੋਲਨ ਦੇਖਣਾ, ਅਸਲਾਂ ਮੁੰਡਿਆਂ ਦੇ ਹੱਕ ਦੇਖਣੇ, ਅਸਲ ਲੜਦੇ ਦੇਖਣੇ, ਜਜ਼ਬੇ ਦੇਖਣੇ ਆ, ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਇਹ ਪੇਜ ਨੂੰ ਫੋਲੋ ਕਰ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ, ਬਾਕੀ ਜੇ ਮੈਂ ਧੰਨਵਾਦ ਬਈ ਬਾਈ ਕੇਲੇ ਲੈ ਕੇ ਆਇਆ ਕਹਿੰਦਾ ਜਾਂਦਾ ਰਿਹਾ ਵੀਰੇ। ਸੋ ਜਿਹੜਾ ਹੈਗਾ ਇਹ ਨਹੀਂ ਗੱਲ, ਤੁਸੀਂ ਦੇਖ ਸਕਦੇ ਹੋ ਲਗਾਤਾਰ ਟਰੈਕਟਰਾਂ 'ਤੇ ਤਿਰੰਗੇ ਜਿਹੜੇ ਹੈਗੇ ਆ ਲੱਗੇ ਹੋਏ ਆ, ਤਿਰੰਗੇ ਆਹ ਦੇਖ ਲਓ, ਠੀਕ ਹੈ, ਅਤੇ ਇਹ ਸੋਚਣਾ ਚਾਹੀਦਾ ਹੁਣ ਸਾਨੂੰ, ਠੀਕ ਹੈ। ਸੋ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰੋ ਦੱਬ ਕੇ ਜਿਹੜਾ ਇਹ ਗੱਲਾਂ ਨੂੰ, ਤਾਂ ਕਿ ਦੁਨੀਆਂ ਤੱਕ ਇਹ ਗੱਲਾਂ ਪਹੁੰਚਣ, ਠੀਕ ਹੈ। ਬਾਕੀ ਸਾਰੇ ਜਾਣੇ ਮੈਂ ਜਿੰਨਾ ਥੋੜ੍ਹਾ 5000 ਬੰਦਾ ਦੇਖੀ ਜਾਂਦਾ, ਮੈਂ ਤੁਹਾਨੂੰ ਇਹ ਕਹਿਣਾ ਵੀ ਪੋਸਟਾਂ ਪਾਓ ਇੱਕ ਇੱਕ ਸਾਰੇ ਜਾਣੇ ਵੀ ਜਿਹੜਾ ਮੀਡੀਆ ਪੰਜਾਬ ਦਾ ਮੀਡੀਆ ਖਾਸ ਕਰਕੇ ਉਹ ਜਿਹੜਾ ਹੈਗਾ ਦਿੱਲੀ ਜੈਪੁਰ ਰੋਡ 'ਤੇ ਪਹੁੰਚੇ, ਠੀਕ ਹੈ, ਦਿੱਲੀ ਜੈਪੁਰ ਰੋਡ 'ਤੇ ਪਹੁੰਚੇ, ਜਿੰਨਾ ਮੀਡੀਆ ਹੋਊਗਾ ਉਨਾ ਇੱਥੇ ਇਹਨਾਂ 'ਤੇ ਤਸ਼ੱਦਦ ਨਹੀਂ ਹੋਣਾ, ਇਹਨਾਂ ਨਾਲ ਗੱਲਬਾਤ ਹੋ ਕੇ ਇਹਨਾਂ ਨੂੰ ਸ਼ਾਂਤੀ ਤਰੀਕੇ ਨਾਲ, ਅਸੀਂ ਕਦੋਂ ਕਹਿੰਦੇ ਹਾਂ ਵੀ ਇਹੋ ਜਿਹਾ ਕੁਛ ਹੋਵੇ, ਅਸ ਤਾਂ ਉੱਧਰ ਵੀ ਸਾਡੇ ਭਰਾ ਇੱਧਰ ਵੀ ਸਾਡੇ ਭਰਾ, ਠੀਕ ਹੈ। ਸੋ ਮੈਂ ਤੁਹਾਨੂੰ ਇਹ ਕਹਿਣਾ, ਮੈਂ ਕਹਿਣਾ ਵੀ ਮਿੰਨਤਾਂ ਤੁਹਾਡੇ ਮੂਹਰੇ, ਤੁਸੀਂ ਵੀਰੋ ਸਾਰੇ ਜਾਣੇ ਪੋਸਟਾਂ ਪਾਓ ਵੀ ਪੰਜਾਬ ਦਾ ਮੀਡੀਆ ਦਿੱਲੀ ਜੈਪੁਰ ਇਸ ਵਕਤ ਜਿਹੜਾ ਸੁਖਦੇਵ ਦੇ ਢਾਬੇ ਕੋਲ ਖੜ੍ਹੇ ਹਾਂ, ਠੀਕ ਆ, ਸੁਖਦੇਵ ਦਾ ਢਾਬਾ ਇਸ ਰੋਡ 'ਤੇ ਆ, ਮੈਂ ਦਿਖਾ ਦਿੰਦਾ ਇੱਥੇ ਖੜ੍ਹੇ ਹਾਂ। ਸੋ ਮਿੰਨਤਾਂ ਯਾਰ ਤੁਹਾਡੇ ਕੋਲ ਵੱਧ ਤੋਂ ਵੱਧ ਪੋਸਟਾਂ ਪਾਓ, ਤੁਸੀਂ ਜਿਹੜਾ ਹੈਗਾ ਅੱਗੇ ਵਧਣਾ, ਠੀਕ ਹੈ। ਇੱਕ ਵਾਰੀ ਹੁਣ ਪਿੱਛੋਂ ਆ ਸਾਰਾ ਮੈਨੂੰ ਇੱਕ ਵਾਰੀ ਹੁਣ ਜਿਹੜਾ ਬੰਦ ਕਰਨਾ ਪੈਣਾ, ਗੁਰਵਿੰਦਰ ਵਰਗ ਕੋਈ ਚੱਕਰ ਨਹੀਂ, ਉਹ ਬਾਕਾ ਹਜੇ ਥੋੜ੍ਹਾ ਚਾਹ ਪਾਣੀ ਪੀਂਦੇ ਹਾਂ, ਇੱਥੇ ਕਰਦੇ ਹਾਂ ਲਾਸਟ ਵਾਰੀ ਕਹਿਣਾ ਭਰਾਵੋ ਗੁਰਪ੍ਰੀਤ ਕੋਟਲੀ ਇਹ ਜਿਹੜਾ ਪੇਜ ਹੈ ਇਹਨੂੰ ਫੋਲੋ ਕਰ ਲਓ, ਸਭ ਤੋਂ ਵੱਧ ਸਾਰੇ ਜਾਣੇ ਜਿੰਨੇ ਦੇਖ ਰਹੇ ਆ ਹੋਰਾਂ ਤੋਂ ਫੋਲੋ ਕਰਾਓ, ਠੀਕ ਹੈ। ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ 'ਤੇ ਸਬਸਕ੍ਰਾਈਬ ਕਰੋ ਵੀਰੋ ਦੱਬ ਕੇ, ਠੀਕ ਹੈ। ਇੰਸਟਾਗ੍ਰਾਮ 'ਤੇ ਗੁਰਪ੍ਰੀਤ ਕੋਟਲੀ ਅਫੀਸ਼ੀਅਲ 'ਤੇ ਆਓ ਸਾਰੇ ਜਾਣੇ, ਉਹ ਤੋਂ ਬਿਨਾਂ ਜਿਹੜਾ ਟਵਿੱਟਰ 'ਤੇ ਆਓ ਮੇਰੇ ਨਾਲ ਗੁਰਪ੍ਰੀਤ ਕੋਟਲੀ, ਗੁਰਪ੍ਰੀਤ ਐੱਸ ਕੋਟਲੀ,
ਟਵਿੱਟਰ ਤੇ ਹੈਗਾ ਅਕਾਊਂਟ ਠੀਕ ਹੈ ਕਿਸਾਨ ਜਿਹੜਾ ਹੈਗਾ ਕਿਸਾਨ ਏਕਤਾ ਸਾਡੀ ਵੈਬਸਾਈਟ ਆ ਉਹ ਤੇ ਜੁੜੋ ਜਿਹੜਾ ਤੁਸੀਂ ਜੇ ਸਹੀ ਤਰੀਕੇ ਨਾਲ ਕਵਰੇਜ ਦੇਖਣੀ ਹੈ ਮੈਂ ਜੁੜਨ ਵਾਸਤੇ ਤਾਂ ਕਹਿ ਰਿਹਾ ਕਿਉਂਕਿ ਯਾਰ ਇੱਥੇ ਕੋਈ ਮੀਡੀਆ ਨਹੀਂ ਆ ਰਿਹਾ ਤੁਹਾਨੂੰ ਘੱਟੋ ਘੱਟ ਹੁਣ ਤਾਂ ਕਈਆਂ ਨੇ ਸ਼ੇਅਰ ਕੀਤਾ ਹੋਣਾ ਤਾਂ ਤੁਸੀਂ ਦੇਖ ਰਹੇ ਹੋ ਜਾਂ ਕਿਸੇ ਪੇਜ ਨੇ ਚਲਾਇਆ ਹੋਣਾ ਜਾਂ ਕਿਸੇ ਚੈਨਲ ਨੇ ਚਲਾਇਆ ਹੋਣਾ ਪਰ ਗੁਰਪ੍ਰੀਤ ਕੋਟਲੀ ਸਿੱਧਾ ਸਰਚ ਮਾਰੋ ਗੁਰਪ੍ਰੀਤ ਕੋਟਲੀ ਲਾਈਵ ਤੁਹਾਨੂੰ ਮੇਰਾ ਉੱਥੇ ਜਾ ਕੇ ਪੇਜ ਕੱਢੋਗੇ ਇੱਥੇ ਤੁਸੀਂ ਗੁਰਪ੍ਰੀਤ ਕੋਟਲੀ ਨਾਲ ਸਿੱਧਾ ਜੁੜੋਗੇ ਤੁਹਾਨੂੰ ਸਿੱਧਾ ਜਿਹੜਾ ਹੈਗਾ ਸਭ ਕੁਝ ਇੱਥੋਂ ਪਤਾ ਲੱਗੂਗਾ ਤੁਸੀਂ ਦੇਖ ਸਕਦੇ ਹੋ ਹੁਣ ਕਿਸਾਨ ਜਿਹੜਾ ਹੈਗਾ ਸਵੇਰ ਦਾ ਖਾਣਾ ਪੀਣਾ ਥੋੜ੍ਹਾ ਖਾ ਰਹੇ ਆ ਇਹਦੂ ਬਾਅਦ ਸੂਰਜ ਚੜ੍ਹ ਚੁੱਕਿਆ ਵੀਰੇ ਇੱਥੇ ਕੋਈ ਚੱਕਰ ਨਹੀਂ ਗਾ ਇੱਥੇ ਵੱਧ ਰਹੇ ਹਾਂ ਸਾਰੇ ਪੇਜ ਵਾਲਿਆਂ ਨੂੰ ਬੇਨਤੀ ਹੈ ਮੈਂ ਕਹਿਣਾ ਵੀ ਭਰਾਵੋ ਪੂਰੀ ਚਲਾਇਓ ਵੀਡੀਓ ਕੱਟ ਕੇ ਨਾ ਪਾਇਓ ਠੀਕ ਹੈ ਹਜੇ ਤੱਕ ਮੈਂ ਕਿਸੇ ਨੂੰ ਕੁਛ ਨਹੀਂ ਕਿਹਾ ਨਾ ਕਿਸੇ ਨੂੰ ਸਟ੍ਰਾਈਕ ਪਾਈ ਨਾ ਮਾਰਨੀ ਹੈ ਠੀਕ ਹੈ ਕਿਉਂਕਿ ਆਪਣਾ ਕੰਮ ਆ ਵੀ ਜਿਹੜੀ ਗੱਲ ਪਹੁੰਚੇ ਭਰਾ ਬਣ ਕੇ ਹੈਸ਼ਟੈਗ ਗੁਰਪ੍ਰੀਤ ਕੋਟਲੀ ਲਾ ਕੇ ਚਲਾ ਦਿਓ ਅਤੇ ਜਿਹੜਾ ਕਿਹਨੇ ਮਰਜ਼ੀ ਪੇਜ 'ਤੇ ਪਾਉਣੇ ਆ ਕੋਈ ਖੁੱਲ੍ਹੀਆਂ ਛੁੱਟੀਆਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਇੱਥੇ ਬੰਦੇ ਆਓ ਸਾਰੇ ਜਾਣੇ ਠੀਕ ਹੈ ਇੱਕ ਸਾਰੇ ਜਾਣੇ ਪੋਸਟਾਂ ਪਾਓ ਵੀਰ ਬਣ ਕੇ ਸਾਰੇ ਜਾਣੇ ਇੱਕ ਇੱਕ ਲਿਖ ਕੇ ਪਾ ਦਿਓ ਵੀ ਦਿੱਲੀ ਜੈਪੁਰ ਰੋਡ 'ਤੇ ਜਿਹੜਾ ਹੈਗਾ ਮੀਡੀਆ ਪਹੁੰਚੇ ਪੰਜਾਬੀ ਮੀਡੀਆ ਹਰਿਆਣਾ ਵਾਲਾ ਮੀਡੀਆ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਜਿਹੜਾ ਪਹੁੰਚੇ ਕਿਉਂਕਿ ਇੱਥੋਂ ਕੂਚ ਕਰਨੀ ਹੈ ਠੀਕ ਹੈ ਅੱਜ ਵਿਗਿਆਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਆ ਜ਼ਰੂਰ ਉੱਥੇ ਕਵਰ ਕਰੋ ਯਾਰ ਇੰਨੇ ਇੰਨੇ ਤੁਹਾਡੇ ਕੋਲ ਹੈਗਾ ਮੈਂ ਤਾਂ ਇਕੱਲਾ ਲਿਆ ਮੈਂ ਉੱਥੇ ਵੀ ਜਾਵੜੂ ਨਾਲੇ ਜੇ ਮੈਂ ਜਾਣਾ ਹੋਵੇ ਨਾ ਪਰ ਮੈਂ ਇਹ ਛੱਡ ਕੇ ਨਹੀਂ ਜਾਂਦਾ ਕਿਉਂਕਿ ਇਹ ਵੱਡਾ ਕੰਮ ਹੈ ਵਿਗਿਆਨ ਭਵਨ ਵਾਲੀ ਕਾਨਫਰੰਸ ਤਾਂ ਤੁਹਾਨੂੰ 1000 ਬੰਦੇ ਦਿਖਾ ਦੇਣਗੇ ਨਿਊਜ਼ 18 ਆ ਗਿਆ ਬਈ ਆ ਗਿਆ ਇੱਥੇ ਠੀਕ ਆ ਮੈਂ ਬਾਕੀਆਂ ਨੂੰ ਕਹਿਣਾ ਪਹੁੰਚੋ ਖਾਸ ਕਰਕੇ ਜਿਹੜੇ ਨਵੇਂ ਚੈਨਲ ਬਣਾਏ ਆ ਤੁਹਾਡੇ 'ਤੇ ਬਹੁਤ ਆਸਾਂ ਲੋਕਾਂ ਨੂੰ ਵੀ ਪਹੁੰਚੋਗੇ ਅਤੇ ਆਓ ਯਾਰ ਹੁਣ ਤਾਂ ਆਉਣਾ ਚਾਹੀਦਾ ਨਿਊ ਯੂਟਿਊਬਰਾਂ ਨੂੰ ਕਹਿਣਾ ਮੈਂ ਸਾਰੇ ਆਓ ਵੀਰ ਬਣ ਕੇ ਇੱਥੇ ਆਓ ਆਪਾਂ ਇਕੱਠੇ ਹੋ ਕੇ ਦਿਖਾਗੇ ਕੋਈ ਆਏ ਨਹੀਂਗਾ ਵੀ ਮੈਂ ਕੋਈ ਯੂਨੀਕ ਦਿਖਾਵਾਂ ਮੈਂ ਤਾਂ ਕਹਿਣਾ ਜੇ ਮੈਂ ਇਹੋ ਜਿਹਾ ਹੋਵਾਂ ਵੀ ਮੈਂ ਤਾਂ ਫਿਰ ਕਹਾਂ ਮੈਂ ਹੀ ਦਿਖਾਉਣਾ ਬਈ ਕਿਸੇ ਹੋਰ ਨੂੰ ਮੈਂ ਕਹਿਣਾ ਆਪਣਾ ਇੱਥੇ ਕੋਈ ਚੈਨਲ ਚਲਾਉਣੇ ਕੰਮ ਥੋੜ੍ਹਾ ਹੀ ਆਪਣਾ ਕੰਮ ਆ ਆਹ ਜਿਹੜਾ ਘੋਲ ਆ ਇਹਨੂੰ ਪਾਰ ਲਾਉਣਾ ਕਿਸ ਤਰੀਕੇ ਨਾਲ ਅਤੇ ਪਾਰ ਲਾਉਣ ਵਾਸਤੇ ਆਪਣਾ ਬਹੁਤ ਵੱਡਾ ਯੋਗਦਾਨ ਹੈ ਸੋ ਵੀਰ ਬਣ ਕੇ ਸਾਰੇ ਜਾਣੇ ਜਿਹੜੇ ਹੈਗੇ ਇੱਥੇ ਆਓ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜਿੱਥੇ ਤੱਕ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੇ ਅੱਜ ਦੇਖ ਰਹੇ ਹੋ ਚਾਹੇ ਛੁੱਟੀ ਲੈ ਲਓ 100-100, 200-200, 300-300 ਗਰੁੱਪ ਸਿੱਟੀ ਆਓ ਚਾਹੇ ਵਟਸਐਪ ਗਰੁੱਪ ਆ ਚਾਹੇ ਇੰਸਟਾ ਦੇ ਗਰੁੱਪ ਆ ਚਾਹੇ ਫੇਸਬੁੱਕ ਦੇ ਗਰੁੱਪ ਆ ਘੰਟਾ ਘੰਟਾ ਲਾਓ ਯਾਰ ਜਵਾਕ ਇੱਥੇ 8-8 ਅੱਠਵੀਂ ਜਵਾਕ ਦੇ ਵਿੱਚ ਪੜ੍ਹਨ ਵਾਲੇ ਜਵਾਕ ਤੋਂ ਲੈ ਕੇ ਬੁੱਢਾ ਬੱਚਾ ਸਾਰਿਆਂ ਨੇ ਧੱਕੇ ਪਏ ਯਾਰ ਮੌਤ ਦੇ ਮੂੰਹ 'ਚ ਖੜ੍ਹੇ ਭਰਾ ਸਾਰੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਜੁੜੇ ਮੈਂ ਕੁਝ ਟਾਈਮ ਬਾਅਦ ਫਿਰ ਲਾਈਵ ਹੋਊਂਗਾ ਮੈਂ ਚਾਰਜ ਲਾ ਲਾਂ ਕਿਉਂਕਿ ਇਹਦਾ ਚਾਰਜ ਮੁੱਕ ਜਾਂਦਾ ਅਤੇ ਮੈਂ ਤੁਹਾਨੂੰ ਫਿਰ ਤੋਂ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਅਪ ਟੂ ਡੇਟ ਦਿੰਦਾ ਰਹੂੰਗਾ ਸਾਰੇ ਭਰਾ ਅੱਜ ਗੁਰਪ੍ਰੀਤ ਕੋਟਲੀ ਪੇਜ ਨਾਲ ਜੁੜੇ ਰਹੋ ਗੁਰਪ੍ਰੀਤ ਕੋਟਲੀ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਯੂਟਿਊਬ ਚੈਨਲ ਨੂੰ ਗੁਰਪ੍ਰੀਤ ਕੋਟਲੀ ਨੂੰ ਯੂਟਿਊਬ ਚੈਨਲ 'ਤੇ ਸਰਚ ਕਰੋ ਉੱਥੇ ਹੀ ਮਿਲ ਜੂਗਾ ਗੁਰਪ੍ਰੀਤ ਕੋਟਲੀ ਅਫੀਸ਼ੀਅਲ ਮੈਂ ਇੰਸਟਾਗ੍ਰਾਮ 'ਤੇ ਵੀ ਹਾਂ ਉਹਦਾ ਮੈਂ ਲਿੰਕ ਵੀ ਪਾ ਦੇਣਾ 2 ਮਿੰਟਾਂ ਬਾਅਦ ਉੱਥੇ ਵੀ ਆਓ ਉਹ ਤੋਂ ਬਾਅਦ ਆਪਾਂ ਜਿਹੜਾ ਹੈਗਾ ਟਵਿੱਟਰ 'ਤੇ ਗੁਰਪ੍ਰੀਤ ਐਸ ਕੋਟਲੀ 'ਤੇ ਜੁੜੋ ਵੱਧ ਤੋਂ ਵੱਧ ਭਰਾ ਸਾਰੇ ਜੁੜੋ ਨਾਲ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰਦਾ ਕਿਉਂਕਿ ਹੋ ਸਕਦਾ ਇੱਕ ਅੱਧੀ ਏੜੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਕਰ ਦਿੰਦੀ ਹੈ ਸਰਕਾਰ ਤਾਂ ਆਪਣੇ ਕੋਲ ਹੋਰ ਪਲੇਟਫਾਰਮ ਹੋਣ ਇੰਸਟਾ ਹੋਵੇ ਯੂਟਿਊਬ ਹੋਵੇ ਫੇਸਬੁੱਕ ਹੈਗੀ ਆ ਟਵਿੱਟਰ ਤਾਂ ਕਿ ਆਪਾਂ ਗੱਲਾਂ ਰੱਖ ਸਕੀਏ ਤੁਹਾਡੇ ਸਾਹਮਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।